ਹਰਾ ਮੂਲਾ ਸੂਜਾ ਧਾਵਨੇ ਚੰਦੂ ਚੌਜੜ ਆਸ RAMDAS PANDHARIA BALA SAIN DAS ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਲਾ ਸੂਜਾ ਧਾਵਨੇ ਚੰਦੂ ਚੌਜੜ ਆਸ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਕੋਲ ਹੁਣ ਸਿੱਖਾਂ ਦੇ ਪ੍ਰਸੰਗ ਚੱਲ ਰਹੇ ਨੇ ਸੋ ਇਸ ਵਕਤ ਜਿਹੜਾ ਹੈ ਜੋ ਇਹ ਪ੍ਰਸੰਗ ਹੈ ਭਾਈ ਮੂਲਾ ਜੀ ਭਾਈ ਸੂਝਾ ਜੀ ਉਹਨਾਂ ਦੀ ਜਾਤ ਜਾਂ ਉਹਨਾਂ ਦਾ ਗੋਜਿਆ ਸੀ ਢਾਬ ਨੇ ਤੇ ਤੀਜੇ ਸਨ ਚੰਦੂ ਤੇ ਉਹਨਾਂ ਦੀ ਜਿਹੜੀ ਜਾਤ ਹੈ ਚੌਜੜ ਸੋ ਇਹ ਜਿਹੜੇ ਹਨ ਤਿੰਨ ਸਿੱਖ ਜਿਹੜੇ ਹਨ ਅਤੇ ਹੋਰ ਤਿੰਨ ਜਿਹੜੇ ਹਨ ਉਹ ਅੱਗੇ ਸੁਣੋ RAMDAS PANDHARIA BALA SAINDA ਜਿਹੜਾ ਹੈ ਅੱਗੇ RAMDAS ਜੋ ਉਹਨਾਂ ਦਾ ਤਖੱਲੂ ਸੀਗਾ ਪੰਡਹਾਰੀਆ ਸੋ ਪੰਡਹਾਰੀਆ ਤੇ ਅੱਗੇ ਜਿਹੜਾ ਸੀ ਪੰਜਵਾਂ ਭਾਈ ਬਾਲਾ ਜੀ ਤੇ ਫਿਰ ਭਾਈ ਸਾਈਂ ਦਾਸ ਤੋ ਇਹ ਛੇ ਸਿੱਖ ਜਿਹੜੇ ਨੇ ਗੁਰੂ ਅਰਜਨ ਦੇਵ ਜੀ ਕੋਲ ਆਏ ਚਾਪਈ ਖਸ਼ ਚ ਮਿਲੈ ਸੇ ਅਰਜਨ ਪਾਸ ਦੇਖੋ ਕਹਿੰਦੇ ਖਸ਼ਟ ਛੇਵੇਂ ਛੇ ਜਿਹੜੇ ਹਨ ਆਕੇ ਗੁਰੂ ਅਰਜਨ ਦੇਵ ਜੀ ਨੂੰ ਮਿਲੇ ਸ੍ਰੀ ਅੰਮ੍ਰਿਤਸਰ ਵਿਖੇ ਧਰਮ ਬੰਦਨ ਕੀਨੀ ਅਰਦਾਸ ਉਹਨਾਂ ਨੇ ਆਕੇ ਬੰਦਨਾ ਕੀਤੀ ਨਮਸਕਾਰ ਕੀਤੀ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ ਗੁਰੂ ਗਰੀਬ ਨਿਵਾਜ ਪ੍ਰਾਨੀ ਤੇ ਅਰਜੋਈ ਕੀਤੀ ਬੇਨਤੀ ਕੀਤੀ ਕਹਿੰਦੇ ਗੁਰੂ ਗਰੀਬ ਨਿਵਾਜ ਤੁਸੀਂ ਗਰੀਬਾਂ ਨੂੰ ਨਿਵਾਜਣ ਹਲੇ ਹੋ ਪਾਤਸ਼ਾ ਜੀ ਉਹ ਕਿਰਪਾ ਕਰੋ ਹੁਣ ਕਰਮ ਕਰਤ ਦੁਐ ਬਿਦ ਸਭ ਜਾਣੀ ਦੇਖੋ ਕਹਿੰਦੇ ਕਰਮ ਕਰਤ ਹੈ ਕਹਿੰਦੇ ਹਰ ਕੋਈ ਕਰਮ ਕਰਦਾ ਹੈ ਜੋ ਜਿਉਂਦਾ ਹੈ ਉਹ ਕੁਝ ਨਾ ਕੁਝ ਕਰਦਾ ਹੀ ਹੈ ਸੋ एवरीवन ਡਸ ਸਮ ਡੀਡਸ ਜਿਹੜੇ ਹਣ ਕੋਈ ਨਾ ਕੋਈ ਕੁਝ ਕਰਦਾ ਹੈ ਪਰ ਕਹਿੰਦੇ ਦੁਐ ਬਿਦ ਦੋ ਤਰ੍ਹਾਂ ਦੇ ਕਰਮ ਹਰ ਕੋਈ ਬੰਦਾ ਕਰਦਾ ਹੈ ਦੋ ਤਰ੍ਹਾਂ ਦੇ ਕਰਮ ਕਰਦਾ ਹੈ ਉਹ ਕਿਹੜੇ ਹਨ ਧਰਮ ਰਾਏ ਕੇ ਟਿਗ ਸਭ ਕੋਏ ਇਹ ਦੋ ਤਰ੍ਹਾਂ ਦੇ ਕਰਮ ਕਿਹੜੇ ਜਿਹਨੇ ਇੱਕ ਪਾਪ ਹੈ ਇੱਕ ਪੁੰਨ ਹੈ ਸੋ ਪੁੰਨ ਜਿਹੜਾ ਚੰਗੇ ਕੰਮ ਕਰਨੇ ਪਾਪ ਜਿਹੜੇ ਮਾੜੇ ਕੰਮ ਕਰਨੇ ਸੋ ਦੋ ਜਿਹੜੇ ਹਨ ਪਾਪ ਤੇ ਪੁੰਨ ਕਹਿੰਦੇ ਇਹ ਦੋਵੇਂ ਜਿਹੜੇ ਹਨ ਇਹਨਾਂ ਦਾ ਜਿਹੜਾ ਹਨ ਜੱਜਮੈਂਟ ਕਿੱਥੇ ਹੁੰਦਾ ਜਾ ਕੇ ਧਰਮਰਾਜ ਕੋਲ ਹੁੰਦਾ ਹੈ ਮਾਰ ਕੇ ਧਰਮਰਾਜ ਕੋਲ ਜਾ ਕੇ ਫਿਰ ਇਹਦੇ ਫੈਸਲੇ ਹੁੰਦੇ ਨੇ ਵੀ ਇਹ ਪਾਪ ਦੀ ਸਜ਼ਾ ਕੀ ਹੈ ਤੇ ਇਹ ਪੁੰਨ ਦਾ ਜਿਹੜਾ ਹੈ ਇਹਦੀ ਬੈਨੀਫਿਟ ਕੀ ਹੈ ਇਹਦਾ ਜਿਹੜਾ ਹਨ ਰਿਟਰਨ ਕੀ ਹੈ ਸੋ ਇਹ ਫੈਸਲੇ ਧਰਮਰਾਜ ਕੋਲ ਹੁੰਦੇ ਹਨ ਪਾਪ ਨੂੰ ਕੋ ਲੇਖਾ ਹੋਏ ਦੇਖੋ ਇਹ ਪਾਪ ਤੇ ਪੁੰਨ ਦਾ ਫੇ ਲੇਖਾ ਹੁੰਦਾ ਹੈ ਲੇਖਾ ਹੁੰਦਾ ਇਹਦਾ ਜਿਹੜਾ ਹੈ ਇਹਦਾ ਡਿਟੇਲਿੰਗ ਦੇ ਵਿੱਚ ਇਹਦੇ ਅਕਾਊਂਟਸ ਤਿਆਰ ਕੀਤੇ ਜਾਂਦੇ ਨੇ ਵੀ ਇਹ ਪਾਪ ਦੇ ਕਿੰਨੇ ਪੁੰਨ ਦੇ ਕਿੰਨੇ ਹਨ ਫਲ ਦੋਨ ਹਨ ਦੋਨ ਹਨ ਨੇ ਕੇ ਨਿਆਰੇ ਨਿਆਰੇ ਹੁਣ ਦੇਖੋ ਨਾ ਇਹਨਾਂ ਦਾ ਸਵਾਲ ਬੜਾ ਕੰਪਲੈਕਸ ਹੈ ਇਹ ਕਹਿੰਦੇ ਵੀ ਜਿਹੜਾ ਪਾਪ ਕਰੀਏ ਤੇ ਪੁੰਨ ਕਰੀਏ ਇਹ ਦੋਨੇ ਕਹਿੰਦੇ ਇਹਨਾਂ ਦੇ ਜਿਹੜੇ ਫਲ ਮਿਲਦਾ ਹੈ ਮਤਲਬ ਕਿ ਨਿਆਰੇ ਨਿਆਰੇ ਮਤਲਬ ਕਿ ਪਾਪ ਦੇ ਵਖਰੇ ਸੈਪਰੇਟਲੀ ਇਹਦੇ ਇਹਦੇ ਜਿਹੜੇ ਹਨ ਰਿਟਰਨਸ ਮਿਲਦੇ ਨੇ ਤੇ ਪੁੰਨ ਦੇ ਸੈਪਰੇਟਲੀ ਮਿਲਦੇ ਨੇ ਇਹ ਅੱਡ-ਅੱਡ ਮਿਲਦੇ ਨੇ ਮਤਲਬ ਕਿ ਜਿੰਨਾ ਤੁਸੀਂ ਪੁੰਨ ਕੀਤਾ ਜਿਵੇਂ ਤੁਸੀਂ ਅੱਜ ਕਿਸੇ ਨੂੰ ਐਪਲ ਦਿੱਤਾ ਕਿਸੇ ਨੂੰ ਤੁਹਾਨੂੰ ਐਪਲ ਦਿੱਤਾ ਸੋ ਕਮ ਕਮ ਮੁੱਕ ਗਿਆ ਸੋ ਇਹਦੇ ਨਿਆਰੇ-ਨਿਆਰੇ ਹੁੰਦੇ ਆ ਜਾਂ ਤੁਸੀਂ ਕਿਸੇ ਦਾ ਮਾੜਾ ਕੀਤਾ ਉਹਨੇ ਤੁਹਾਡਾ ਮਾੜਾ ਕਰਤਾ ਸੋ ਦੈਟ ਮੀਨਸ ਅਗਲੇ ਜਨਮ ਚ ਜਿੰਨੇ ਪਾਪ ਕੀਤੇ 1 ਟੂ 1 ਇਹਨਾਂ ਦਾ ਹਿਸਾਬ ਹੋਵੇਗਾ ਜਾਂ ਹੋਰ ਕਿਵੇਂ ਹੋਵੇਗਾ ਕਿਦੋਂ ਛੇਕ ਰਹਿ ਦੇ ਫਲ ਫਿਆ ਬਿਆਰੇ ਜਾਂ ਕਹਿੰਦੇ ਇਹ ਸਾਰਿਆਂ ਨੂੰ ਪਲੱਸ ਕਰਕੇ ਜਿੰਨੇ ਪੁੰਨੇ ਜਿੰਨੇ ਪਾਪ ਨੇ ਇਹਨਾਂ ਦਾ ਇਕੁਇਵਲੈਂਟ ਕਰਕੇ ਤੇ ਫਿਰ ਇਹਨਾਂ ਦਾ ਜਿਹੜਾ ਐਂਡ ਰਿਜ਼ਲਟ ਜਿਵੇਂ ਲਾਸ ਐਂਡ ਪ੍ਰੋਫਿਟ ਆਪਾਂ ਇੱਕ ਅਕਾਊਂਟ ਤਿਆਰ ਕਰਨਾ ਹੈ ਬੈਲੈਂਸ ਅਕਾਊਂਟ ਨਾ ਅਕਾਊਂਟ ਬੈਲੈਂਸ ਹੁੰਦਾ ਬੈਲੈਂਸ ਸ਼ੀਟ ਉਹਦੇ ਵਿੱਚ ਘਾਟਾਂ ਤੇ ਪ੍ਰੋਫਿਟ ਲਾਸ ਐਂਡ ਪ੍ਰੋਫਿਟ ਨੂੰ ਕਰਕੇ ਸਾਰਾ ਐਂਡ ਆਫ ਦਿ ਡੇ ਯੂ ਵਿਲ ਸੀ ਵੈਦਰ ਇਟਸ ਪ੍ਰੋਫਿਟ অর ਲਾਸ ਕਹਿੰਦੇ ਇਸ ਤਰ੍ਹਾਂ ਹੁੰਦਾ ਜਾ ਇਹਨਾਂ ਦਾ ਅੱਡ ਡ ਹੋਵੇਗਾ ਦੇਖੋ ਇਹਨਾਂ ਦਾ ਜਿਹੜਾ ਸਵਾਲ ਸੀਗਾ ਕਾਫੀ ਜਿਹੜਾ ਹੈ ਜਿਹੜਾ ਚੰਗਾ ਸਵਾਲ ਕੀਤਾ ਇਹਨਾਂ ਨੇ ਹਨਾ ਪਾਪ ਤੇ ਪੁੰਨ ਡਿਫਰੈਂਟਲੀ ਮਿਲਣਗੇ ਜਾਂ ਇਹਨਾਂ ਨੂੰ ਪਲੱਸ ਕਰਕੇ ਇੱਕ ਬੈਲੈਂਸ ਸ਼ੀਟ ਚ ਪਾ ਕੇ ਐਂਡ ਆਫ ਦਿ ਡੇ ਯੂ ਆਰ ਸੀ ਇਜ਼ ਇਟ ਪ੍ਰੋਫਿਟ অর ਲਾਸ ਇਜ਼ ਇਟ ਪਾਪ ਆਪੁੰਨ ਫੇਰ ਕਿਵੇਂ ਹੋਗਾ ਜੀ ਤੇ ਅਰਜਨ ਸ੍ਰੀ ਅਰਜਨ ਸੁਣ ਬਾਕ ਬਖਾਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਉਹਨਾਂ ਦੀ ਬੇਨਤੀ ਨੂੰ ਸੁਣ ਕੇ ਚਾਰ ਪ੍ਰਕਾਰ ਨੇ ਕੇ ਸਿੱਖ ਜਾਣੇ ਮਹਾਰਾਜ ਨੇ ਉਹਨਾਂ ਨੂੰ ਸਿੱਖਾਂ ਨੂੰ ਦੱਸਿਆ ਕਹਿੰਦੇ ਦੇਖੋ ਇਹ ਜਿਹੜਾ ਹਨ ਕੋਈ ਜਿਹੜਾ ਹਾਰਡ ਰੂਲ ਨਹੀਂ ਹੈਗਾ ਇਟਸ ਨਾਟ ਵਨ ਰੂਲ ਦੈਟ ਫਾਰ एवरीवन ਇੱਕ ਰੂਲ ਨਹੀਂ ਹੈਗਾ ਇਹ ਅੱਡ ਅੱਡ ਸਿੱਖਾਂ ਵਾਸਤੇ ਅੱਡ ਅੱਡ ਇੰਡੀਵਿਜੂਅਲ ਵਾਸਤੇ ਅੱਡ ਅੱਡ ਬੰਦਿਆਂ ਵਾਸਤੇ ਇਹ ਅੱਡ ਅੱਡ ਰੂਲ ਨੇ ਸੋ ਮਹਾਰਾਜ ਕਹਿੰਦੇ ਚਾਰ ਪ੍ਰਕਾਰਨ ਚਾਰ ਪ੍ਰਕਾਰ ਦੇ ਸਿੱਖ ਹੁੰਦੇ ਹਨ ਚਾਰ ਪ੍ਰਕਾਰ ਦੇ ਉਹ ਕਿਹੜੇ ਹਨ ਇਕ ਸਹ ਕਾਮ ਕਰਮ ਕੇ ਕਰਤਾ ਇਕ ਜਿਹੜੇ ਨੇ ਉਹ ਸਹ ਕਾਮ ਕਰਮ ਕਰਦੇ ਨੇ ਸਹ ਕਾਮ ਕਮ ਦਾ ਮਤਲਬ ਹੁੰਦਾ ਹੈ ਵੀ ਜਿਹੜਾ ਕਿ ਆਪਾਂ ਕਰਦੇ ਹਾਂ ਫॉर ਅ ਰੀਜ਼ਨ ਮਤਲਬ ਮੈਂ ਇਹ ਕੀਤਾ ਮੈਨੂੰ ਇਹ ਮਿਲਣਾ ਚਾਹੀਦਾ ਥੈਟ ਮੀਨਸ ਸਹ ਕਾਮ ਕਰਮ ਆਈ ਡੂ ਸਮਥਿੰਗ ਫॉर ਸਰਟਨ ਡਿਜ਼ਾਇਰ ਮੈਂ ਉਹ ਡਿਜ਼ਾਇਰ ਕਰਕੇ ਉਹ ਕੰਮ ਕਰਦਾ ਹਾਂ ਸੋ ਉਹਦੇ ਕਰਕੇ ਕਹਿੰਦੇ ਇਹ ਜਿਹੜਾ ਹਨ ਇਹ ਸਕਾਰਮ ਕਰਮ ਹੈ ਪਹਿਲੇ ਤਰ੍ਹਾਂ ਦੇ ਫਿਰ ਦੂਜੇ ਬੇਨਿਸ਼ਕਾਮ ਕਰਮ ਕੋ ਧਰਤਾ ਦੂਜਾ ਹੈ ਨਿਸ਼ਕਾਮ ਕਰਮ ਨਿਸ਼ਕਾਮ ਕਰਮ ਆਈ ਡੂ ਚੈਰਿਟੀ ਬਾਈ ਆ ਡੋਨਟ ਆਸ ਐਨੀਥਿੰਗ ਇਨ ਰਿਟੇਨ ਸੋ ਸੈਲਫਲੈਸ ਜਿਹਨੂੰ ਕਹਿੰਦੇ ਆ ਸੈਲਫਲੈਸਲੀ ਜਿਹੜਾ ਕੰਮ ਕਰਨਾ ਉਹਨੂੰ ਨਿਸ਼ਕਾਮ ਕਹਿੰਨੇ ਹਾਂ ਕਰ ਉਪਾਸਨਾ ਤ੍ਰਿਤੀ ਪਛਾਨੋ ਹੋਣ ਤੀਜਾ ਕਿਹੜਾ ਹੈ ਉਪਾਸਨਾ ਉਪਾਸ਼ਨਾ ਵਾਲੇ ਹੁੰਦੇ ਨੇ ਤੀਜੇ ਉਹ ਹਨ ਚਾਤਰਾਥ ਬ੍ਰਹਮ ਗਿਆਨੀ ਸਿੱਖ ਜਾਨੋ ਇਹ ਚੌਥੇ ਤਰ੍ਹਾਂ ਦੇ ਬ੍ਰਹਮ ਗਿਆਨੀ ਨੇ ਓਕੇ ਨਾ ਦੇ ਆਰ ਫੋਰ ਟਾਈਪਸ ਨਾ ਸਕਾਮ ਨਿਸ਼ਕਾਮ ਉਪਾਸ਼ਨਾ ਤੇ ਬ੍ਰਹਮ ਗਿਆਨ ਇਹ ਚਾਰ ਤਰ੍ਹਾਂ ਦੇ ਨੇ ਸੋ ਫਿਰ ਤੁਮ ਚਾਰਨ ਮੈਂ ਬੂਝੋ ਕਾ ਹੁਣ ਗੁਰੂ ਅਰਜਨ ਦੇਵ ਜੀ ਵਾਪਸ ਉਹ ਸਿੱਖਾਂ ਨੂੰ ਪੁੱਛਦੇ ਨੇ ਵੀ ਤੁਸੀਂ ਕਿਹੜੀ ਦੀ ਗੱਲ ਕਰਦੇ ਹੋ ਇਹ ਚਾਰ categories ਨੇ ਤੁਸੀਂ ਕਿਹੜੀ ਕੈਟਾਗਰੀ ਦੀ ਗੱਲ ਕਰਦੇ ਹੋ ਫਿਰ ਕਰਾ ਸੁਣਾਵਨ ਜਸ ਗੱਤ ਤੋਂ ਹਾਂ ਕਹਿਣ ਲੱਗੇ ਵੀ ਜਿਸ ਤਰ੍ਹਾਂ ਦੀ ਤੁਸੀਂ ਉਹ ਗੱਤੀ ਤੁਸੀਂ ਕਿਦੇ ਬਾਰੇ ਇਹ ਚਾਰਾਂ ਵਿੱਚੋਂ ਤੁਸੀਂ ਕਿਹਦੀ ਗੱਲ ਕਰਦੇ ਹੋ ਅਸੀਂ ਫਿਰ ਉਹੀ ਤੁਹਾਨੂੰ ਸੁਣਾਵਾਂਗੇ ਆਈਲ ਟੈਲ ਯੂ ਇਨ ਡੀਟੇਲ ਪਰ ਮੈਨੂੰ ਦੱਸੋ ਕਿਹੜੀ ਕੈਟਾਗਰੀ ਦੀ ਗੱਲ ਹੈ ਸਕਾਮ ਨਿਸ਼ਕਾਮ ਉਪਾਸ਼ਨਾ ਜਾਂ ਵਰਮ ਗਿਆਨ ਸੋਨੇ ਸਿੱਖਨ ਭਾਖਿਓ ਜੇ ਚਾਰ ਹੋ ਹੋਰ ਸਿੱਖ ਜਿਹੜੇ ਸੀਗੇ ਮਹਾਰਾਜ ਇਹ ਚਾਰ ਹੈ ਨਾ ਸਾਰੇ ਜਿਵੇਂ ਵਰਤਾਂਜ ਹੋਏ ਤਥਾ ਉਚਾਰੋ ਮਹਾਰਾਜ ਸਾਨੂੰ ਚਾਰਾਂ ਬਾਰੇ ਦੱਸੋ ਟੈਲ ਅਸ ਅਬਾਊਟ 올 ਫੋਰ ਸਾਰੇ ਚਾਰਾਂ ਬਾਰੇ ਦੱਸੋ ਵੀ ਇਹਨਾਂ ਦਾ ਕੀ ਵਿਚਾਰ ਹੈ ਇਹ ਸਾਰਾ ਤੁਸੀਂ ਦੱਸੋ ਸਾਨੂੰ ਅਡਡ ਕਰਕੇ ਗੁਰੂ ਕਹਿਣ ਲਾਗੇ ਤਿਸਕਾ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬੇਨਤੀ ਸੁਣ ਕੇ ਇਹ ਕਿਹਾ ਜਮ ਇੱਕ ਹੋਤ ਮਹਾ ਮਹਪਾਹ ਮਹਾਰਾਜ ਨੇ ਐਗਜ਼ਾਮਪਲ ਦਤਾ ਤੂੰ ਜਿਹੜਾ ਹਨ ਕੈਟ ਗਰਾਇਜ਼ ਦ ਫੋਰ ਸਕਾਮ ਨਿਸ਼ਕਾਮ ਉਪਾਸ਼ਨਾ ਐਂਡ ਬ੍ਰह्म ਗਿਆਨ ਮਹਾਰਾਜ ਨੇ ਐਗਜ਼ਾਮਪਲ ਕੀ ਲਿਆ ਕਹਿੰਦੇ ਇੱਕ ਰਾਜਾ ਹੈ ਜੈਸੋ ਕਿੰਗ ਆਫ ਅ ਕੰਟਰੀ ਜਿਵੇਂ ਇੱਕ ਰਾਜਾ ਹੁੰਦਾ ਹੈ ਚਾਰ ਪ੍ਰਕਾਰ ਪ੍ਰਜਾ ਇਸਕੇਰੀ ਉਹਦੀ ਪ੍ਰਜਾ ਚਾਰ ਤਰ੍ਹਾਂ ਦੀ ਹੈ ਹੀ ਗਾਟ ਫੋਰ ਟਾਈਪਸ ਆਫ ਪੀਪਲ ਫੋਰ ਕੈਟੇਗਰੀਜ਼ ਆਫ ਹਿਸ ਸਿਟੀਜ਼ਨਸ ਉਹ ਸਿਟੀਜ਼ਨਸ ਨੂੰ ਚਾਰ ਕੈਟੇਗਰੀ ਚ ਵੰਡਦਾ ਹੈ ਕਿਹੜੀ ਕੈਟੇਗਰੀ ਹੈ ਇੱਕ ਤਾਂ ਖੇਤੀ ਕਰੈ ਕਨੇਰੀ ਪਹਿਲੇ ਕੋਣਾ ਸੁਕਾਮਨਾ ਸੁਕਾਮ ਦਾ ਐਗਜ਼ਾਮਪਲ ਹੈ ਇਹ ਕਹਿੰਦੇ ਇੱਕ ਉਹ ਨੇ ਜਿਹੜੇ ਖੇਤੀ ਬਾੜੀ ਕਰਦੇ ਨੇ ਜਿਹੜੇ ਆਮ ਲੋਕ ਜਿਵੇਂ ਜਿਹੜੀ ਰੀਅਤ ਹੁੰਦੀ ਆ ਬੰਦੇ ਹੁੰਦੇ ਨੇ ਉਹ ਜਾ ਕੇ ਖੇਤੀ ਬਾੜੀ ਕਰਦੇ ਨੇ so they are given a land on loan o raaje di laina they are asked to do the kheti for them na o oh kheti karde ne <laughs> jivein aap kehde vi o oh, jehde han employees ne ਰਾਜੇ ਦੇ ਫਿਰ ਨਿਰਪਕੋਨਾਰ ਤਿੰਨ ਉੱਪਰ ਰਹਾ ਉਹਨਾਂ ਦਾ ਸੁਪਰਵੀਜ਼ਨ ਕਰਨ ਵਾਸਤੇ ਰਾਜਾ ਆਪਣਾ ਬੰਦਾ ਭੇਜਦਾ ਹੈ ਸੋ ਰਾਜਾ ਉਹਨਾਂ ਨੂੰ ਨਿਗਰਾਨੀ ਹੇਠ ਰੱਖਦਾ ਹੈ ਆ ਜੇ ਡੂਇੰਗ ਕਾਰੈਕਟਲੀ ਇਹ ਕੰਮ ਹੋ ਰਿਹਾ ਕਿ ਨਹੀਂ ਚੰਗਾ ਬੀਜ ਪਾਰੇ ਨੇ ਕਿ ਇਸ ਸਮੇਂ ਚ ਪਾਣੀ ਪਾਰੇ ਨੇ ਕਿ ਨਹੀਂ ਉਹ ਸਭ ਕੁਝ ਉਹ ਦੇਖਦਾ ਹੈ ਆ ਕੇ ਕਰੇ ਭਾਵਲੇ ਅਨਜੇ ਲਹ ਹਾਂ ਜੇ ਕਹਿੰਦੇ ਕਰੇ ਭਾਵਲੀ ਫਿਰ ਉਹ ਭੂਲੀ ਕਰਦੇ ਕਿ ਨਹੀਂ ਉਹ ਵੰਡ ਕਰਦੇ ਕਿ ਨਹੀਂ ਪ੍ਰੋਪਰਲੀ ਹਾਂਜੀ ਜੋ ਉਹ ਬੀਜਦੇ ਨੇ ਉਹ ਵੱਢਦੇ ਨੇ ਕਿ ਉਹਨਾਂ ਦੇ ਉਹ ਪ੍ਰੋਪਰਲੀ ਅਕਾਊਂਟਸ ਰੱਖਦੇ ਆ ਵੀ ਕਿੰਨਾ ਕੁ ਅਨਾਜ ਹੋਇਆ ਕਿੰਨਾ ਕੁ ਕੀ ਹੋਇਆ ਸਦਾ ਮੁਹਸਲ ਬਟਹ ਦਾਣਾ ਫੇਰ ਕਹਿੰਦੇ ਜਦੋਂ ਦਾਣਾ ਉਹਨਾਂ ਦਾ ਫਸਲ ਪੂਰੀ ਹੋ ਜਾਂਦੀ ਹੈ ਜਦੋਂ ਉਹਨਾਂ ਦਾ ਉਹ ਅਨਾਜ ਆ ਜਾਂਦਾ ਹੈ ਫਿਰ ਉਹਦੇ ਬਾਰੇ ਕੀ ਹੁੰਦਾ ਹੈ ਫਿਰ ਉਹ ਆਪਣਾ ਤਹਿਸੀਲਦਾਰ ਪੇਸ਼ਦਾ ਹੈ ਫਿਰ ਉਹ ਅਕਾਊਂਟਸ ਕਰਦੇ ਨੇ ਵੀ ਇਹ ਕਿੰਨੇ ਕਿਲੋਸ ਨੇ ਗ੍ਰੇਡ 1 ਗ੍ਰੇਡ 2 ਗ੍ਰੇਡ 3 ਸਾਰੇ ਨੂੰ ਡਿਵਾਈਡ ਕਰਕੇ ਉਹਨਾਂ ਨੂੰ ਅਡੜ ਰੱਖਦੇ ਹਨ ਜੇ ਖਿਆਨਤ ਕੋ ਕਰਿਆ ਅਜਾਨਾ ਜੇ ਅਗਰ ਉਹ ਜ਼ਿੰਮੇਦਾਰ ਕੋਈ ਉਹ ਜ਼ਿੰਮੇਦਾਰ ਨਹੀਂਗਾ ਉਹ ਕੰਟਰੈਕਟ ਇਹ ਹੈ ਕਹਿੰਦੇ ਉਹ ਜੇ EMPLOYEE ਜਿਹੜਾ ਉਹ ਰਾਜੇ ਦਾ ਹੈ ਜਿਹੜਾ ਖੇਤੀਬਾੜੀ ਪਲੋ ਕਰਦਾ ਧਰਤੀ ਨੂੰ ਜੇ ਕਿਤੇ ਉਹ ਖਿਆਨਤ ਕਰਦਾ ਮਤਲਬ ਕਿ ਉਹ ਅਨਾਜ ਦੇ 50 ਕਿਲੋਸ ਆਪਣੇ ਘਰ ਵਿੱਚ ਰੱਖ ਲੇ ਬਾਕੀ ਦੇ ਡਿਕਲੇਅਰ ਕਰਤੇ ਜੋ ਐਸਾ ਕਰੇ ਤਾਂ ਦੰਦ ਦੇ ਰਾਖਾਂ ਚੁਕਸਾਈ ਉਹ ਫੇ ਰਾਜਾ ਉਹਨੂੰ ਪਨਿਸ਼ ਕਰਦਾ ਹੈ ਉਹ ਆਪਣੇ EMPLOYE ਨੂੰ ਪੁਨਿਸ਼ ਕਰਕੇ ਫਿਰ ਅਗਾ ਨੂੰ ਉਹਨੂੰ ਮੋਨੀਟਰ ক্লোਸਲੀ ਕਰਦਾ ਵੀ ਇਹ ਫੇਰ ਧੋਖਾ ਕਰੇਗਾ ਕੋਇਓ ਅੰਨ ਸਭ ਲੈ ਹੈ ਬਟਾਈ ਜਿਹੜਾ ਅੰਨ ਹੁੰਦਾ ਹੈ ਉਹ ਰਾਜਾ ਸਾਰਾ ਆਪਣਾ ਲੈ ਜਾਂਦਾ ਹੈ ਵੰਡ ਕਰਕੇ ਉਹਦਾ ਹਿੱਸਾ ਜਿਹੜਾ ਉਹਦੀ ਮਿਹਨਤਾ ਉਹਨੂੰ ਦੇ ਦਿੰਦਾ ਤੇ ਬਾਕੀ ਆਪ ਲੈ ਜਾਂਦਾ ਹੈ ਦੂਤਿਆ ਪਟਾ ਲਿਖਾਏ ਚੁਕਾਵੇ ਇਹ ਫਸਤਰਾਂ ਦੇ ਸਾਕਾਮ ਕਰਮ ਨੇ ਸੋ ਕਾਮ ਕਰਮੋ ਜਿਹੜੇ ਲੋਕ ਕਰਨ ਵਾਲੇ ਨੇ ਉਹ ਇਹ ਕੈਟਾਗਰੀ ਵਿੱਚ ਆਉਂਦੇ ਨੇ ਬਿਕਾਜ਼ ਉਹਨਾਂ ਨੂੰ ਕੀ ਆ ਉਹ ਕੰਮ ਰਾਜੇ ਦਾ ਕਰਦੇ ਨੇ ਉਹਨਾਂ ਦੀ ਮਿੰਤ ਉਹਨੂੰ ਰਾਜਾ ਦਿੰਦਾ ਹੈ ਬਾਕੀ ਰਾਜਾ ਲੈ ਜਾਂਦਾ ਹੈ ਬਟ ਰਾਜਾ ਡਸਨਟ ਟਰਸ them ਆ ਇੱਕ ਗੱਲ ਹੈ ਰਾਜਾ ਉਹਨੂੰ ਟਰਸਟ ਨਹੀਂ ਕਰਦਾ ਉਹਨੂੰ ਹਮੇਸ਼ਾ ਮੋਨਿਟਰ ਕਰਦਾ ਹੈ ਥਿਸ ਇਜ਼ ਦ ਫਸਟ ਕੈਟਾਗਰੀ ਜਿਹੜੇ ਸ ਕਾਮ ਹਨ ਹੋਣ ਨਿਸ਼ਕਾਮ ਬਾਰੇ ਦੱਸਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾ ਕਹਿੰਦੇ ਦੁੱਤਿਆ ਜਿਹੜੇ ਹਨ ਉਹ ਨਿਸ਼ਕਾਮੀ ਨੇ ਨਿਸ਼ਕਾਮੀ ਕੌਣ ਨੇ ਕਹਿੰਦੇ ਜਿਵੇਂ ਰਾਜਾ ਜਿਹੜਾ ਹੈ ਆਪਣੀ ਲੈਂ ਦੇ ਵਿੱਚੋਂ ਪੱਟਾ ਬਣਾ ਦਿੰਦਾ ਗ੍ਰੰਹ ਬਣਾ ਕੇ ਉਹਨਾਂ ਨੂੰ ਜ਼ਮੀਨ ਦੇ ਦਿੰਦਾ ਹੈ ਉਹ ਲੈਂਦਾ ਕਿ ਉਹਨੂੰ ਗ੍ਰਾਂਟ ਜਿਹੜਾ ਉਹਦੇ ਪੱਟਾ ਲਿਖ ਕੇ ਉਹਨੂੰ ਜ਼ਮੀਨ ਦਾ ਮਾਲਕ ਜ਼ਮੀਂਦਾਰ ਬਣਾ ਕੇ ਉਹਨੂੰ ਜਦੋਂ ਦੰਦਾ ਹੈ ਕਸ਼ਟਮਾ ਅਸਤਮਹਿ ਨਿਰਪਨਰ ਜਾਵੇ ਫਿਰ ਕੀ ਹੁੰਦਾ ਹੈ ਫਿਰ ਜੋ 6 ਮਹੀਨਿਆਂ ਬਾਅਦ ਜਦੋਂ ਉਹਦੀ ਕਣਕ ਵੱਢੀ ਜਾਂਦੀ ਹੈ ਉਹ ਬੰਦਾ ਜਿਹੜਾ ਉਹ ਕਣਕ ਵੱਢਦਾ ਹੈ ਜਿਹੜਾ ਜ਼ਮੀਂਦਾਰ ਹੈ ਉਹ ਫਿਰ ਕੀ ਕਰਦਾ ਉਹ ਰਾਜੇ ਕੋਲ ਲੈ ਕੇ ਜਾਂਦਾ ਰਾਜੇ ਦਾ ਹਿੱਸਾ ਫਿਰ ਕਰਿਓ ਜੋ ਹੋਤ ਦੇਤ ਤਿਸਤਾਈ ਜਿੰਨਾ ਹੋਇਆ ਜਿੰਨਾ ਉਹਨੇ ਪ੍ਰੋਮਿਸ ਕੀਤਾ ਰਾਜਾ ਉਹ ਮੋਨੀਟਰ ਨਹੀਂ ਕਰਦਾ ਉਹਦੇ ਤੇ ٹرسٹ ਕਰਦਾ ਹੈ ਵੀ ਇਹ ਲੈ ਕੇ ਆਏਗਾ ਐਂਡ ਰਾਜਾ ਡਸਨਟ ਵਾਦਰ ਵੀ ਜਿੰਨਾ ਕੋ ਲੈ ਕੇ ਆਇਆ ਲੈ ਕੇ ਆਇਆ ਹੀ ਟਿਕਟਸ ਐਟ ਇਟ ਇਸ ਉਹ ਫਿਰ ਉਹਦੇ ਤੇ ਸ਼ੱਕ ਨਹੀਂ ਕਰਦਾ ਆਪਾਂ ਚਿੰਤਾ ਚਿਤ ਤਰੈ ਨਾ ਕਰੇ ਹੋਰ ਕੋਈ ਚਿੰਤਾ ਰਾਜਾ ਨਹੀਂ ਉਹਦੇ ਤੇ ਧਰਦਾ ਮਤਲਬ ਇਹ ਬੰਦਾ ਠੀਕ ਆ ਵੀ ਇਹਨੇ ਮੈਨੂੰ ਦੇ ਦੇਣਾ ਜਿੰਨਾ ਹੈਗਾ ਹੈ ਸੋ ਇਸ ਤਰ੍ਹਾਂ ਕਰਕੇ ਇਹ ਨਿਸ਼ਕਾਮੀ ਨੇ ਨਿਸ਼ਕਾਮੀ ਮੀਨਸ ਜਿਹੜੀ ਸੈਲਫਲੈਸ ਨੇ ਤੇ ਹੁਣ ਤੀਜੀ categories ਉਪਾਸ਼ਤਾਂ ਦੀ ਆਉਂਦੀ ਹੈ ਤ੍ਰਿਤੀਏ ਨਰ ਸੋਗਾਤੀ ਜਾਨ ਓਕੇ ਤੀ ਤੀਜੀ ਬੰਦਿਆਂ ਨੂੰ ਸੋਗਾਤੀ ਕਹਿੰਦੇ ਹਨ ਸੋਗਾਤੀ ਕੌਣ ਹਨ ਜਿਨ੍ਹਾਂ ਨੂੰ ਸੋਗਾਤ ਮਤਲਬ ਕਿ ਉਹ ਸੋਗਾਤ ਦੰਦੇ ਨੇ ਰਾਜੇ ਨੂੰ ਸੋਗਾਤ ਜਿਵੇਂ ਪੁਰਾਣੇ ਸਮਿਆਂ ਚ ਨਾ ਜਿਹੜਾ ਰਾਜਾ ਪਾਵ ਫੁੱਲ ਹੋਵੇ ਜਿਹੜੇ ਵੀਕ ਰਾਜੇ ਨੇ ਉਹਨਾਂ ਨੂੰ ਕੋਈ ਪ੍ਰੈਜ਼ੈਂਟ ਭੇਜਦੇ ਹੁੰਦੇ ਆ ਛੇ ਮਹੀਨਿਆਂ ਬਾਅਦ ਸਾਲ ਬਾਅਦ ਉਹਨਾਂ ਨੂੰ ਕੁਝ ਦੰਦੇ ਨੇ ਉਹਨਾਂ ਨੂੰ ਖੁਸ਼ ਰੱਖਣ ਵਾਸਤੇ ਇਹਨਾਂ ਉਹ ਟੈਕਸ ਦੰਦੇ ਨੇ ਰਾਜੇ ਨੂੰ ਜਾਂ ਕੁਝ ਦੰਦੇ ਨੇ ਉਹਨੂੰ ਐਗਨੋਲਿਜ ਕਰਦੇ ਵੀ ਤੂੰ ਵੱਡਾ ਰਾਜਾ ਹੈਂ ਸੋ ਕਹਿੰਦੇ ਉਹਨੂੰ ਸੁਗਾਤੀ ਕਹਿੰਦੇ ਆ। ਸੋ ਕਹਿੰਦੇ ਤੀਜੀ ਸੁਗਾਤੀ ਨੇ ਨਿਰਪਕੇ ਹੱਦ ਪਰ ਵਾਸਾ ਥਾਨ। ਉਹਨਾਂ ਦਾ ਜਿਹੜਾ ਹੈ ਵਾਸਾ ਕਿੱਥੇ ਹੁੰਦਾ ਜਿੱਥੇ ਰਾਜੇ ਦੀ ਹੱਦ ਹੁੰਦੀ ਹੈ ਬਾਉਂਡਰੀ। ਜਮੀਨ ਰਾਜੇ ਦਾ ਜਿਹੜਾ ਇਲਾਕਾ ਇਹ ਹੁੰਦਾ ਉਹਨਾਂ ਦੀ ਇਹਨਾਂ ਬਾਉਂਡਰੀ ਤੇ ਉਹਨਾਂ ਦੀ ਲਾਈਨ ਹੁੰਦੀ ਹੈ। ਬਾਜੀ ਬਾਜ ਆ ਸੁਗਾ। ਹਾਂ ਕਿਉਂ ਕਰਕੇ ਜਿਹੜਾ ਹੈ ਰਾਜਾ ਜਿਹੜਾ ਹੈ ਕਹਿੰਦੇ ਬਾਜੀ ਬਾਜ ਤੋ ਉਹਨੂੰ ਸੌਗਾਤ ਦੰਦੇ ਨੇ ਰਾਜੇ ਨੂੰ ਆਫਟਰ ਸਮ ਟਾਈਮਸ ਜੁਮੇ ਰਾਜੇ ਦਾ ਹੁਣ ਬਰਥਡੇ ਆ ਗਿਆ ਉਹ ਚੰਗੀ ਗਿਫਟ ਲਿਆ ਕੇ ਦੰਦੇ ਕੀ ਦੰਦੇ ਨੇ ਘੋੜਾ ਦੇਣਗੇ ਜਾਂ ਫਲਕਨ ਜਿਹੜੇ ਬਾਜ ਹੈ ਇਹ ਜੀਆਂ ਚੀਜ਼ਾਂ ਜਿਹੜੀਆਂ ਬਹੁਤ ਰੈ ਚੀਜ਼ਾਂ ਹੁੰਦੀਆਂ ਨੇ ਇਹ ਜੇ ਪ੍ਰੈਜ਼ੈਂਟ ਲਿਆ ਕੇ ਰਾਜੇ ਨੂੰ ਦੰਦੇ ਹਨ ਭੇਜੈ ਨਿਰਪਟੇਗ ਨਿਤ ਹਰਖਾ ਦੇਖਿਓ ਉਹ ਰਾਜੇ ਨੂੰ ਹਮੇਸ਼ਾ ਦੰਦੇ ਰਹਿੰਦੇ ਨੇ ਇਵਨ ਉਹ ਰਾਜਾ ਮੰਗਦਾ ਨਹੀਂ ਉਹ ਆਪੇ ਹੀ ਦੇ ਦਿੰਦੇ ਨੇ ਦੇ ਹੀ ਜਾਂਦੇ ਨੇ ਰਾਜੇ ਨੂੰ ਬਹੁ ਗ੍ਰਾਮਨ ਕੇ ਰਾਜ ਕਰਨਤੇ ਹੁਣ ਇਹ ਜਿਹੇ ਬੰਦਿਆਂ ਤੇ ਜਿਨੂੰ ਰਾਜੇ ਨੇ ਸੋਗਾਤੀ ਬਣਾਤਾ ਉਹਨੂੰ ਫੇਰ ਰਾਜਾ ਹੋਰ ਵੀ ਜ਼ਮੀਨਾਂ ਦਿੰਦਾ ਵੀ ਤੂੰ ਮੈਨੇਜ ਕਰ ਮੇਰੇ ਵਾਸਤੇ ਜ਼ਮੀਨ ਸੋ ਉਹਨੂੰ ਬਹੁਤ ਸਾਰੀਆਂ ਜ਼ਮੀਨਾਂ ਦਿੱਤੀਆਂ ਜਾਂਦੇ ਆ ਉਹ ਰਾਜਾ ਬਣ ਕੇ ਰਹਿੰਦਾ ਹੈ ਫੇਰ ਉਹ ਲੈੰਦਾ ਰਾਜਾ ਬਣ ਜਾਂਦਾ ਹੈ ਦਰਬਲੇ ਸਭ ਸੁਖ ਪਹਗੰਤੇ ਜਿੰਦਗੀ ਫੇਰ ਇਹ ਜਿਹੜੇ ਹੁੰਦੇ ਨੇ ਇਹਨਾਂ ਨੂੰ ਪੈਸਾ ਵੀ ਜਿਆਦਾ ਮਿਲਦਾ ਹੈ ਫੇਰ ਇਹ ਰਾਜੇ ਨਾਲ ਇਹਨਾਂ ਦਾ ਰਿਲੇਸ਼ਨਸ਼ਿਪ ਵੀ ਚੰਗਾ ਹੁੰਦਾ ਹੈ ਔਰ ٹرسٹ ਦਾ ਹੁੰਦਾ ਹੈ ਚੌਥੇ ਮਾਫੀ ਕੇਤਕ ਹੋਏ ਹੁਣ ਬ੍ਰਹਮ ਗਿਆਨੀ ਦੀ ਅਵਸਥਾ ਆਉਂਦੀ ਹੈ ਹੁਣ ਜਿਹੜਾ ਬ੍ਰਹਮ ਗਿਆਨੀ ਹੈ ਕਹਿੰਦੇ ਉਹਦਾ ਕੀ ਹੈ ਕਹਿੰਦੇ ਚੌਥੀ ਮਾਫੀ ਕੇਤਕ ਹੋਏ ਰਾਜਾ ਉਹਨੂੰ ਮਾਫ ਕਰ ਦਿੰਦਾ ਉਹਨੂੰ ਦੇ ਕੇ ਨਾ ਜ਼ਮੀਨ ਰਾਜਾ ਕਹਿੰਦਾ ਮੈਨੂੰ ਕੁਛ ਨਾ ਦੇਈ ਇਹ ਸਾਰੀ ਤੇਰੀ ਹੈ ਸੋ ਇਹ ਜਿਹੜੀ ਸੀਗੀ ਕਿੱਥੇ ਸੀਗੀ ਜਿਵੇਂ ਗੋਵਿੰਦ왈 ਸਾਹਿਬ ਚ ਜਦੋਂ ਅਕਬਰ ਆਇਆ ਸੀਗਾ ਗੁਰੂ ਅਮਰਦਾਸ ਜੀ ਕੋਲ ਉਹਨਾਂ ਨੇ ਅਮਰਸਰ ਦੀ ਜ਼ਮੀਨ ਦਾ ਪੱਟਾ ਜਿਹੜਾ ਸੀ ਮੱਲੂ ਮੱਲੀ ਲਿਖ ਕੇ ਗੁਰੂ ਅਮਰਦਾਸ ਨੂੰ ਦਿੱਤਾ ਉਸੀ ਕੀ ਇਹ ਮਾਫੀ ਮਤਲਬ ਕਿ ਇਹ ਸਾਰੀ ਜ਼ਮੀਨ ਤੁਹਾਡੀ ਹੈ ਫੇ ਜਿਵੇਂ ਅਕਬਰ ਨੇ ਆਕੇ ਗੋਵਿੰਦਵਾਲ ਸਾਹਿਬ ਦਾ ਜਿੰਨਾ ਟੈਕਸੀ ਉਹ ਵੀ ਮਾਫ ਕਰਤਾ ਵੀ ਇਹ ਤੁਹਾਨੂੰ ਦੇਣ ਦੀ ਲੋੜ ਨਹੀਂ ਗਈ ਹਾਂ ਉਹਨੂੰ ਮਾਫੀ ਕਹਿੰਦੇ ਹਾਂ ਮਤਲਬ ਰਾਜਾ ਉਹਦੇ ਵਿੱਚੋਂ ਕੁਝ ਨਹੀਂ ਲੰਦਾ ਫਿਰ ਆਪਣਾ ਰਾਜਕਰਤ ਹਾਂ ਸੋਏ ਜਿਵੇਂ ਅੱਜਕੱਲ ਤੁਸੀਂ ਲੈ ਲਓ ਫ੍ਰੀ ਹੋਲ ਜਿਵੇਂ ਥੋੜਾ ਕੋ ਫ੍ਰੀ ਹੋਲ ਲੈਣ ਹੈ ਸੋ ਉਹ ਉਹ ਚੀਜ਼ ਇਹ ਬਣ ਜਾਂਦੀ ਹੈ ਜਿਵੇਂ ਮਾਫੀ ਹੋ ਗਈ ਪਰ ਮੈਂ ਤੁਸੀਂ ਮੁੱਢ ਲਈ ਹੈ ਉਸ ਸਮੇਂ ਤੇ ਤਾਂ ਫ੍ਰੀ ਮਿਲਦੇ ਸੀ ਤੁਸੀਂ ਲੈ ਕੇ ਉਹ ਫ੍ਰੀ ਹੋਲ ਹੈ ਤੁਹਾਡੀ ਹੈ ਸੋ ਦੇਖੋ ਕੋਈ ਥੋੜੇ ਗ੍ਰਾਂਟ ਕੋਈ ਰਿਸਟ੍ਰਿਕਸ਼ਨ ਨਹੀਂ ਆਉਂਦਾ ਸੋ ਇੱਥੇ ਜਿਹੜਾ ਹੰ ਕਹਿੰਦੇ ਆਪਣੋ ਰਾਜ ਕਰਤਾ ਹੈ ਸੋਏ ਹੁਣ ਜਿਹਦੀ ਜ਼ਮੀਨ ਆ ਆਪਣਾ ਰਾਜ ਕਰਦਾ ਹੈ ਜਿਵੇਂ ਉਹਨੇ ਚਲਾਉਣਾ ਉਹ ਚਲਾਉਂਦਾ ਹੈ ਦੇਰਪ ਕੇ ਸੰਗ ਚੜਹਿ ਜਾਏ ਜਾਏ ਫੇਰ ਜਦੋਂ ਰਾਜਾ ਕਿਤੇ ਵੀ ਜਾਂਦਾ ਉਹ ਨਾਲ ਜਾਂਦੇ ਨੇ ਡੈਲੀਗੇਟ ਬਣ ਕੇ ਜਿਵੇਂ ਰਾਜੇ ਨੇ ਹੰਟਿੰਗ ਜਾਣਾ ਰਾਜੇ ਨੇ ਕੋਈ ਹੋਲਡ ਕਰਨ ਉਹ ਫੇਰ ਨਾਲ ਰਾਜੇ ਦੇ ਜਾਂਦੇ ਨੇ ਉਹ ਰਾਜੇ ਨੂੰ ਸਪੋਰਟ ਕਰਨ ਵਾਸਤੇ ਚੱਪਰ ਆਪਣੋ ਹੁਕਮ ਚਲਾਏ ਦੇਖੋ ਇਹ ਜਿਹੇ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਦਾ ਹੁਕਮ ਸਾਰਿਆਂ ਤੇ ਚੱਲਦਾ ਸਾਰੇ ਲੋਕ ਡਰਦੇ ਬਿਕੋਜ਼ ਹੀਸ ਕਲੋਸ ਟੂ ਦਾ ਰਾਜਾ ਸੋ ਉਹਦਾ ਉਹ ਜਿਹੜਾ ਇਹ ਗੱਲ ਕਹੂਗਾ ਲੋਕ ਡਰਦੇ ਨੇ ਉਹਦੇ ਤੋਂ ਸਾਰੇ ਉਹ ਵੀ ਇੱਕ ਰਾਜੇ ਦੀ ਤਰ੍ਹਾਂ ਹੁੰਦਾ ਹੈ ਖਾਣਾ ਆਰ ਦਾਣਾ ਹੋਏ ਜੋਏ ਦੇਖੋ ਜੋ ਵੀ ਖਾਣਾ ਤੇ ਦਾਣਾ ਉਹਦਾ ਬਣਦਾ ਹੈ ਨੇਤੇ ਮਹਪਾਲਕ ਤੇ ਸੋਏ ਉਹ ਸਾਰਾ ਰਾਜੇ ਤੋਂ ਲੰਦਾ ਹੈ ਰਾਜਾ ਉਹਨੂੰ ਖੁਸ਼ ਹੋ ਕੇ ਦਿੰਦਾ ਹੈ ਰਾਜਾ ਮੰਗਦਾ ਕੁਝ ਨਹੀਂ ਉਹਦੇ ਤੋਂ ਦਿੰਦਾ ਸਭ ਕੁਝ ਉਸ ਨੂੰ ਲਖੋ ਪਰਜਾ ਪ੍ਰਵ ਕੀ ਇਮਚਾਰ ਦੇਖੋ ਇਹ ਰਾਜੀ ਦੀ ਪਰਜਾ ਚਾਰ ਤਰ੍ਹਾਂ ਦੀ ਹੈ ਜਿਹੜੀ ਇੱਥੇ ਦਿੱਤੀ ਹੈ ਸੋ ਸਕਾਮੀ ਹੋਏ ਹਨੇ ਨਿਸ਼ਕਾਮੀ ਹੋਏ ਇੱਕ ਤਾਂ ਜਿਨ੍ਹਾਂ ਨੂੰ ਉਹਨਾਂ ਨੂੰ ਕੌਂਟਰੈਕਟ ਦਿੱਤਾ ਜਾਂਦਾ ਹੈ ਦੂਜੇ ਜਿਨ੍ਹਾਂ ਨੂੰ ਪੱਟਾ ਲਿਖ ਕੇ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਜਿਹੜਾ ਹਨ ਉਹਨੂੰ ਮਾਫੀ ਕੀਤਾ ਜਾਂਦਾ ਜਾਂ ਦਿੱਤਾ ਜਾਂਦਾ ਫਿਰ ਤੀਜਾ ਜਿਹੜਾ ਆਸੀਗਾ ਸੋਗਾਤੀ ਹੁੰਦੇ ਨੇ ਜਿਹੜੇ ਸੋਗਤ ਭੇਜਦੇ ਨੇ ਚੌਥੇ ਮਾਫੀ ਹੁੰਦੇ ਨੇ ਸੋ ਇਹ ਚਾਰ ਤਰ੍ਹਾਂ ਦੀ ਹੈ 100 ਸਹਿ ਕਾਮੇ ਬ੍ਰਿਤਧਾਰ ਹੁਣ ਗੁਰੂ ਅਰਜਨ ਦੇਵ ਜੀ ਧਰਮ ਦੇ ਪਰਸਪੈਕਟਿਵ ਤੋਂ ਸਮਝਾਉਂਦੇ ਨੇ ਕਹਿੰਦੇ ਇੱਕ ਜਿਹੜੇ ਹੁੰਦੇ ਨੇ ਸਕਾਮੀ ਹੁੰਦੇ ਨੇ ਜਿਹੜੇ ਪਹਿਲੇ ਕੈਟਾਗਰੀ ਦੇ ਬੰਦੇ ਨੇ ਸਕਾਮੀ ਕਹਿੰਦੇ ਉਹ ਜਿਹੜੇ ਸਕਾਮੀ ਹਨ ਕਾਮ ਰੂ ਕ੍ਰੋਧ ਕੂਰ ਕਹੋ ਲਾਗੇ ਦੇਖੋ ਉਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਨਾ ਕਹਿੰਦੇ ਉਹ ਲੱਗੇ ਰਹਿੰਦੇ ਨੇ ਉਹਨਾਂ ਦਾ ਚਿੱਤ ਜਿਹੜਾ ਨਾ ਬਿਰਤੀ ਆਟੋਮੈਟਿਕਲੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਜਾਂਦੀ ਹੀ ਰਹਿੰਦੀ ਹੈ ਭਟਕਦੀ ਰਹਿੰਦੀ ਹੈ ਮੈਂ ਕਬੂ ਹਰ ਕੇ ਰਾਸ ਪਾਗੇ ਉਹ ਕਿਦੇ ਵੀ ਨਾ ਉਹ ਪਰਮਾਤਮਾ ਦੇ ਚਰਨਾਂ ਨਾਲ ਪ੍ਰੇਮ ਨਾਲ ਨਹੀਂ ਜੁੜਦੇ ਉਹ ਹਮੇਸ਼ਾ ਕਾਮ ਕ੍ਰੋਧ ਲੋਭ ਮੋਹ ਘਾੜਚੇ ਵਿੱਚ ਫਰੀ ਤੁਰੇ ਜਾਂਦੇ ਹਨ ਉਹਨਾਂ ਨੂੰ ਉਹੀ ਚੀਜ਼ ਦਾ ਦਬਾਅ ਪੈ ਜਾਂਦਾ ਹੈ ਦੇ ਆ ਕੰਟਰੋਲ ਓਵਰ ਉਹਨਾਂ ਮਾਈਂਡ ਕੰਟਰੋਲ ਹੁੰਦਾ ਹੈ ਇਹ ਵਾਇਸਰ ਦੇ ਨਾਲ ਤੀਰਥਦਾਨ ਬ੍ਰਤ ਜੇ ਕਰਹੀਂ ਕਹਿੰਨ ਲਈਏ ਜੇ ਇਹ ਜਿਹੜਾ ਬੰਦਾ ਜਿਹੜਾ ਸਾਕਾਮੀ ਹੋਵੇ ਨਾ ਜਿਹੜਾ ਦਿਨ ਰਾਤ ਕੰਮ ਕਰੋ ਲੋਭ ਮੁਹਕਾਰ ਚ ਫਸਿਆ ਹੋਇਆ ਹੋਵੇ ਕਹਿੰਦੇ ਇਹ ਤੀਰਥ ਵੀ ਜਾਂਦਾ ਹੈ ਦਾਨ ਵੀ ਕਰਦਾ ਹੈ ਬਰਤ ਕਰਮ ਜਿਹੜੇ ਆਪਣਾ ਜਾਂ ਫਾਸਟਿੰਗ ਹੈ ਉਹ ਵੀ ਕਰਦਾ ਹੋਵੇ ਫਲ ਹੋਏ ਅਮੁਖ ਕਾਮਨਾ ਧਰਹੀਂ ਦੇਖੋ ਫਲ ਹੋਏ ਅਮੁਖ ਕਾਮਨਾ ਧਰਹੀਂ ਕਹਿੰਦੇ ਫਲ ਹੋਏ ਅਮੁਖ ਉਹ ਚਾਹੁੰਦਾ ਹੈ ਮੈਂ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਮੈਨੂੰ 5 ਮਿਲਣ ਦੀ ਲੋਟਰੀ ਲੱਗਣੀ ਚਾਹੀਦੀ ਹੈ ਸੋ ਉਹਦਾ ਫਲ ਜਿਹੜਾ ਨਾ ਬਹੁਤ ਵੱਡਾ ਦੇਖਦਾ ਉਹਦਾ ਕਰਮ ਬਹੁਤ ਛੋਟਾ ਹੁੰਦਾ ਸੋ ਕਹਿੰਦੇ ਫਲ ਹੋਏ ਅਮੁੱਖ ਕਾਮਨਾ ਤਰਹੀ ਉਹ ਹਮੇਸ਼ਾ ਕਾਮਨਾ ਤਰਦੇ ਹਜੇ ਝਾੜੂ ਚੱਕਿਆ ਨਹੀਂ ਗੁਰਦੁਆਰੇ ਚ ਫੇਰਨ ਨੂੰ ਅਨੇ ਜਾਂ ਵੈਕਿਊਮ ਹਜੇ ਚੱਕਿਆ ਨਹੀਂ ਪਹਿਲਾਂ ਆਵਾਸ਼ਨਾ ਆ ਗਈ ਵੀ ਮਹਾਰਾਜ ਅਜਨਾ ਮੇਰਾ ਨਾ ਤੁਸੀਂ ਨਾ ਮੈਨੂੰ ਐਗਜ਼ਾਮ ਚ ਪਾਸ ਕਰ ਦਿਓ ਅੱਜ ਮੇਰਾ ਨਾ ਇਹ ਕੰਮ ਕਰ ਦਿਓ ਮੇਰਾ ਉਹ ਕਹ ਹਜੇ ਵੈਕਿਊਮ ਚੱਕਿਆ ਹੀ ਹੈ ਜੇ ਔਨ ਨਹੀਂ ਕੀਤਾ ਜੀ ਸੱਚੂ ਨਹੀਂ ਔਨ ਕੀਤਾ ਸੋ ਉਹ ਜਿਹੜਾ ਹੈ ਇਹ ਜੀ ਜਿਹੜੀ ਕਾਮਨਾ ਉਹਨਾਂ ਚ ਪਹਿਲਾਂ ਬਣ ਜਾਂਦੀ ਹੈ ਦਿਨ ਪਰ ਧਰਮ ਰਾਏ ਕੋ ਡੰਡ ਕਹਿੰਦੇ ਇਹ ਜੀ ਜਿਹੜੀ ਸਕਾਮੀ ਹੁੰਦੇ ਨੇ ਇਹਨਾਂ ਦਾ ਜੋਰ ਫਿਰ ਧਰਮ ਰਾਜ ਦਾ ਜੋਰ ਇਹਨਾਂ ਤੇ ਪੈਂਦਾ ਹੈ ਫਿਰ ਧਰਮ ਰਾਜ ਹਰ ਇੱਕ ਚੀਜ਼ ਦਾ ਹਿਸਾਬ ਲੰਦਾ ਹੈ ਕਹਿੰਦੇ ਤੂੰ ਪਰਮਾਤਮਾ ਨਾਲ ਇਹਨਾਂ ਹਿਸਾਬ ਰੱਖਿਆ ਸੀ ਨਾ ਸਾਰੀ ਸੇਵਾ ਦਾ ਤੂੰ ਗਿਣ ਗ ਗਿਣ-ਗਿਣ ਕੇ ਇਹਨਾਂ ਤੋਂ ਕਰਮ ਕਢਾਉਂਦਾ ਹੈ ਵੀ ਤੂੰ ਵੀ ਗਿਣ-ਗਿਣ ਕੇ ਆਪਣਾ ਪਤਾ ਦੇ ਤੂੰ ਇਹ ਕੀ ਕੀਤਾ ਉਹ ਕੀ ਕੀਤਾ ਬਿਕੋਜ਼ ਉਹ ਹੁਣ ਕੈਲਕੂਲੇਸ਼ਨ ਚ ਆ ਗਿਆ ਨਾ ਜਿਵੇਂ ਆਡੀਟਰਸ ਅੱਜਕੱਲ ਜਿਹੜਾ ਪਿੱਛੇ ਪਏ ਰਹਿੰਦੇ ਆਪਣੇ ਜਦੋਂ ਅਕਾਊਂਟਸ ਦੇਖਦੇ ਨੇ ਆ ਨਹੀਂ ਠੀਕ ਉਹ ਨਹੀਂ ਠੀਕ ਆ ਲਿਆ ਉਹ ਲਿਆ ਹਾਂਜੀ ਸਾਰੀ ਆਫਿਸ ਨੂੰ ਮੁੱਦੀ ਕਰ ਦਿੰਦੇ ਨੇ ਵੀ ਆ ਚੱਕ ਲਿਆ ਉਹ ਚੱਕ ਲਿਆ ਬੜਾ ਤੰਗ ਕਰਦੇ ਨੇ ਸੋ ਇਸ ਤਰ੍ਹਾਂ ਹੁਣ ਧਰਮ ਰਾਜ ਕਰੇਗਾ ਜੀ ਜਿਵੇਂ ਆਪਣੇ ਜਿਹੜੇ ਲੋਕਲ ਅਥਾਰਟੀਜ਼ ਹੁੰਦੇ ਆ ਨਾ ਰੈਵਨਿਊ ਵਾਲੇ ਉਹ ਜਿਹੜੇ ਪਿੱਛੇ ਹੱਥ ਧੋਕੇ ਪਏ ਜਾਂਦੇ ਆ ਕਹਿੰਦੇ ਧਰਮ ਰਾਜ ਪਏ ਜਾਂਦਾ ਜੀ ਉਹਨਾਂ ਦੇ ਪਿੱਛੇ ਨਾਰਕ ਸਜਾਈ ਲਹ ਪਰਚੰਡ ਫਿਰ ਕਹਿੰਦੇ ਉਹਨਾਂ ਨੂੰ ਆਪਣੇ ਪਾਪਾਂ ਦੀ ਸਜ਼ਾ ਤੇ ਪੁੰਨਾ ਦੀ ਸਜ਼ਾ ਅੱਡ ਅੱ ਉਹਨਾਂ ਨੂੰ ਆਪਣੇ ਪਾਪਾਂ ਨੂੰ ਜਾ ਕੇ ਨਰਕਾਂ ਚ ਭੁਗਦਨਾ ਪੈਂਦਾ ਹੈ। ਉਹਨਾਂ ਪਾਪ ਫਲ ਪੋਗਹਿ ਨਿਆਰੇ। ਉਹ ਆਪਣੇ ਪਾਪ ਤੇ ਪੁੰਨੂ ਅਡ-ਅਡ ਕਰਕੇ ਹਰ ਇੱਕ ਦਾ ਹਿਸਾਬ ਦੰਦੇ ਨੇ। ਜੇ ਮੀਨਸ ਇਹਨਾਂ ਨੂੰ ਜੁਆਇਨ ਨਹੀਂ ਕੀਤਾ ਜਾਂਦਾ ਉਹ ਵੱਖਰੇ-ਵੱਖਰੇ ਕਰਕੇ ਹਰ ਇੱਕ ਪੁੰਨ ਦਾ ਫਲ, ਹਰ ਇੱਕ ਪਾਪ ਦੀ ਸਜ਼ਾ ਉਹਨਾਂ ਨੂੰ ਮਿਲਦੀ ਹੈ। ਕਬ ਸੁੱਖ ਕਬ ਦੁੱਖ ਲਹੈਂ ਬਿਸਾਰੇ। ਇਸ ਤਰ੍ਹਾਂ ਇਹਨਾਂ ਦੀ ਲਾਈਫ ਦੇ ਵਿੱਚ ਕਿਦੇ ਸੁੱਖ ਹੁੰਦਾ ਕਿਦੇ ਦੁੱਖ ਹੁੰਦਾ ਕਿਦੇ ਸੁੱਖ ਹੁੰਦਾ ਕਿਦੇ ਦੁੱਖ ਹੁੰਦਾ ਇਹ ਹੀ ਚੱਲੀ ਜਾਂਦਾ ساری ਉਮਰ। ਕੀ ਦੇ ਸੁੱਖ ਦੇਖ ਲਿਆ ਕਿ ਦੇ ਦੁੱਖ ਦੇਖ ਲਿਆ ਇੱਕ ਨਿਸ਼ਕਾਮ ਕਰਮ ਸੁਭ ਕਰਾਂ ਇੱਕ ਦੂਜੀ ਤਰ੍ਹਾਂ ਦੀ ਕੈਟਾਗਰੀ ਜਿਹੜੀ ਨਿਸ਼ਕਾਮੀ ਨੇ ਹੁਣ ਉਹ ਨਿਸ਼ਕਾਮੀ ਜਿਹੜੇ ਨੇ ਉਹਨਾਂ ਦਾ ਕਰਮ ਕਿਵੇਂ ਹੁੰਦਾ ਹੈ ਹੁਣ ਇਹ ਯਾਦ ਰੱਖਿਓ ਨਾ ਸਕਾਮੀ ਜਿਹੜੇ ਨੇ ਉਹਨਾਂ ਦਾ ਪਾਪ ਐਂਡ ਪੁੰਨ ਇਸ ਜਿਹੜਾ ਡੈਲਟ ਵਿਦ ਡਿਫਰੈਂਟਲੀ ਸੈਪਰੇਟਲੀ ਹੁਣ ਨਿਸ਼ਕਾਮੀਆਂ ਦਾ ਦੇਖੋ ਕੀ ਮੈਂ ਕਿਵੇਂ ਹੈ ਪਰਮਕਾਰਤ ਪਰ ਸੰਤਾ ਧਰੈ ਦੇਖੋ ਧਰਮ ਕਰਤ ਜਦੋਂ ਨਿਸ਼ਕਾਮੀ ਆਪਣੇ ਧਰਮ ਦਾ ਕੋਈ ਕੰਮ ਕਰਦਾ ਹੈ ਨਾ ਉਹ ਖੁਸ਼ ਨਾਲ ਖੁਸ਼ੀ ਨਾਲ ਕਰਦਾ ਹੈ ਉਹ ਕਾਮਨਾ ਨਹੀਂ ਕਰਦਾ ਉਹ ਖੁਸ਼ੀ ਨਾਲ ਕਰਦਾ ਹੀ ਡਸ ਇਟ ਬਿਕਾਜ਼ ਹੀ ਵਾਂਟਸ ਟੂ ਡੂ ਇਟ ਐਂਡ ਹੀ ਇਜ਼ ਹੈਪੀ ਟੂ ਡੂ ਇਟ ਹੀ ਇਜ਼ ਡਿਲਾਈਟਡ ਟੂ ਡੂ ਇਟ ਉਹ ਖੁਸ਼ੀ ਹੈ ਉਹ ਕੰਮ ਕਰਨ ਦੀ ਪਾਪ ਅਚਾਨਕ ਜੇ ਹੋਏ ਜਾਏ ਪਰ ਜੇ ਨਿਸ਼ਕਾਮੀ ਤੋਂ ਨਾ ਅਚਾਨਕ ਜਿਵੇਂ ਕਿਤੇ ਕੋਈ ਪਾਪ ਹੋ ਜਾਂਦਾ ਹੈ ਵਿਚ ਇਜ਼ ਅਨ ਇੰਟੈਂਡਿਡ ਅਨ ਜਿਹੜਾ ਹਣ ਉਹਨੇ ਵਿੱਚ ਉਹ ਚੀਜ਼ ਨਹੀਂ ਹੁੰਦੀ ਕਰਨ ਦੀ ਪਰ ਹੋ ਜਾਂਦਾ ਜੇ ਉਹਨਾਂ ਕੋ ਇਹ ਜਿਹਾ ਪਾਪ ਹੋ ਵੀ ਜਾਵੇ ਉਹਦਾ ਲੇਖਾ ਜਿਹੜਾ ਰੱਬ ਕੀ ਕਰਦਾ ਉਹ ਪਾਪ ਦਾ ਲੇਖਾ ਇੱਕ ਪਾਸੇ ਕਰ ਲੈਂਦਾ ਹੈ ਵੀ ਜਿੰਨੇ ਉਹਨਾਂ ਕੋ ਅਚਾਨਕ ਪਾਪ ਹੋ ਵੀ ਗਏ ਉਹਨੂੰ ਪਾਸੇ ਕਰ ਲੈਂਦੇ ਹਨ ਅਗ ਵਿਆੜ ਕਰ ਪੁੰਨ ਜੋ ਛੇ ਫਿਰ ਕੀ ਕਰਦੇ ਨੇ ਜੇ ਉਹਨਾਂ ਤੋਂ ਜਿਹੜਾ ਹਣ ਪਾਪ ਹੋ ਵੀ ਜਾਵੇ ਉਹ ਫਿਰ ਪਰਮਾਤਮਾ ਕੀ ਇਹਦਾ ਇਹਦੇ ਪੁੰਨ ਦਾ ਲੇਖਾ ਲੈ ਕੇ ਫਿਰ ਇਹਨਾਂ ਨੂੰ ਬੈਲੈਂਸ ਕਰਦਾ ਹੈ ਵੀ ਇਹ ਜਿਹੜਾ ਹਨ ਇਹ ਪੁੰਨ ਤੇ ਪਾਪ ਨੂੰ ਬੈਲੈਂਸ ਕਰਕੇ ਜਿਵੇਂ ਬੈਲੈਂਸ ਸ਼ੀਟ ਬਣਾ ਕੇ ਫਿਰ ਉਹ ਦੇਖਦਾ ਹੈ ਵੀ ਇਹਦੇ ਪੁੰਨਾਂ ਜਾਂ ਪਾਪਾਂ ਉਹਨਾਂ ਦਾ ਜਿਹੜਾ ਹਿਸਾਬ ਇਕੱਠਾ ਹੁੰਦਾ ਹੈ ਫਿਰ ਪਾਪ ਤੇ ਪੁੰਨ ਨੂੰ ਇਕੱਠੇ ਕਰਕੇ ਉਹਨਾਂ ਦਾ ਅੱਡ-ਅੱਡ ਨਹੀਂ ਹੁੰਦਾ ਜਿਵੇਂ ਸਕਾਮੀਆਂ ਦਾ ਸੀਗਾ ਇਹ ਉਹਨਾਂ ਨੂੰ ਇਕੱਠੇ ਕਰਕੇ ਇੱਕ ਬੈਲੈਂਸ ਸ਼ੀਟ ਚ ਪਾ ਕੇ ਓਕੇ ਥਿਸ ਪਾਪ ਇਜ਼ ਇਕੁਇਲੈਂਟ ਟੂ ਥਿਸ ਪੁੰਨ ਓਕੇ ਜ਼ੀਰੋ ਹੋ ਗਿਆ ਇਹ ਪਾਪ ਇਹ ਪੁੰਨ ਦੇ ਨਾਲ ਆ ਇਹਨੂੰ ਜ਼ੀਰੋ ਕਰਦਾ ਹੈ ਸੋ یوں ਕਰਕੇ ਉਹ ਬੈਲੈਂਸ ਸ਼ੀਟ ਬਣਦੀ ਹੈ। ਤਿਨ ਕੋ ਭੋਗਤ ਆਨੰਦ ਵਸ਼ੇ। ਦੇਖੋ ਕਹਿੰਦੇ ਫਿਰ ਐਟ ਲਾਸਟ ਕੀ ਹੁੰਦਾ ਹੈ ਉਹਨਾਂ ਦਾ ਜਦੋਂ ਜਿਹੜਾ ਹਨ ਲਾਸਟ ਫਿਗਰ ਜਦੋਂ ਆਉਂਦਾ ਹੈ ਉਹਦੇ ਚ ਪੁੰਨ ਹੋ ਜਾਂਦੇ ਨੇ। ਕਰਕੇ ਇਹਨਾਂ ਦੇ ਪੁੰਨ ਵੱਡੇ ਹੁੰਦੇ ਨੇ। ਕਿਉਂਕਿ ਇਹਨਾਂ ਨੇ ਨਿਸ਼ਕਾਮ ਕੀਤੇ ਨੇ। ਪਾਪ ਇਹਨਾਂ ਨੇ ਅਨ ਇੰਟੈਂਡਿਡ ਕੀਤਾ ਹੈ। ਸੋ ਇਸ ਕਰਕੇ ਇਹਨਾਂ ਦੇ ਪੁੰਨ ਜਿਹੜੇ ਨਾ ਉਹ ਸਟਰੋਂਗ ਹੁੰਦੇ ਨੇ। ਜਿਵੇਂ ਉਹ ਸਟਰੋਂਗ ਨੂੰ ਜਿਵੇਂ ਉਹਨਾਂ ਦੇ ਪਾਜਰੇ ਪੁੰਨ ਹੁੰਦੇ ਟਾਈਮ ਸਟੈਂਡ ਹੁੰਦਾ ਹੈ। ਤੇ ਪਾਪ ਜਿਹੜੇ ਹੁੰਦੇ ਨੇ ਟਾਈਮਸ ਮਾਈਨਸ 2 ਹੋ ਜਾਂਦਾ ਹੈ। 2% ਸੋ ਇਹਨਾਂ ਦੇ ਉਹ ਪਾਪ ਘਟ ਜਾਂਦੇ ਨੇ ਉਹਦਾ weight ਘਟਾ ਪੁੰਨ ਦਾ weight ਜ਼ਿਆਦਾ ਹੈ ਸੋ ਇਸ ਤਰ੍ਹਾਂ ਕਰਕੇ ਉਹਨਾਂ ਦਾ ਜਿਆਦੇ ਤੱਕ ਤਾਂ ਬੈਲੈਂਸ ਸ਼ੀਟ ਚ ਪੁੰਨ ਆ ਜਾਂਦੇ ਨੇ ਅਖੀਰ ਤੇ ਜੇ ਅਗ ਅਦਕ ਹੋਏ ਤੇ ਸਕੇਰੇ ਪਰ ਜੇ ਕਿਤੇ ਕੋਈ ਐਸਾ ਵੀ ਹੋਵੇ ਜਿਹਦੇ ਪਾਪ ਜ਼ਿਆਦਾ ਵੀ ਹੋ ਜਾਣ ਉਹਦੇ ਪਾਪ ਪਾਪ ਜ਼ਿਆਦੇ ਹੋਗੇ ਪੁੰਨ ਘਟਗੇ ਪੁੰਨ ਵਿਆੜ ਅਗ ਤੇ ਦੁਖ 헤ਰੇ ਦੇਖੋ ਕਹਿੰਦੇ ਫੇਰ ਜਦੋਂ ਉਹਦੇ ਪਾਪ ਬੈਲੈਂਸ ਸ਼ੀਟ ਚ ਲਾਸਟ ਫਿਗਰ ਉਹਦੇ ਪਾਪ ਵੀ ਆ ਜਾਣ ਤਾ ਕਹਿੰਦੇ ਫਿਰ ਕੀ ਹੁੰਦਾ ਹੈ ਉਹਨੂੰ ਉਹ ਜਿਹੜੇ ਪਾਪ ਬਚੇ ਨੇ ਉਹਨਾਂ ਦਾ ਫਲ ਉਹਨੂੰ ਭੁਗਤਣਾ ਪੈਂਦਾ ਹੈ ਉਹਨੇ ਇੱਕ ਪਾਪਾਂ ਦਾ ਜੇ ਜਿਆਦਾ ਵੀ ਹੋ ਜਾਣ ਤਾਂ ਉਹਨੇ ਇੱਕ ਪਾਪਾਂ ਦਾ ਉਹਨੂੰ ਫਲ ਮਿਲਦਾ ਹੈ ਜਿਹੜੇ ਕਿ ਆਮ ਕਰਕੇ ਥੋੜੀ ਹਨ ਤਿਨਕੇ ਪੁੰਨ ਹੋਏ ਬਲਵਾਨ ਇਸ ਕਰਕੇ ਉਹਦੇ ਪੁੰਨ ਬਲਵਾਨ ਹੁੰਦੇ ਨੇ ਉਹਨਾਂ ਦੇ ਪੁੰਨ ਸਟਰੋਂਗ ਹੁੰਦੇ ਹਨ ਪਾਪ ਨਿਬਲ ਹੋਏ ਅਸ ਨਰ ਜਾ ਦੇਖੋ ਪਾਪ ਨਿਬਲ ਉਹਨਾਂ ਦੇ ਪਾਪ ਕਮਜ਼ੋਰ ਹੁੰਦੇ ਨੇ ਪੁੰਨ ਉਹਨਾਂ ਦੇ ਸਟਰੋਂਗ ਹੁੰਦੇ ਇਸ ਕਰਕੇ ਜਿਹੜਾ ਹੈ ਨਾ ਜਦੋਂ ਆਪਾਂ ਕੋਈ ਕਰਮ ਕਰਦੇ ਆ ਨਾ ਜੇ ਆਪਣਾ ਇੰਟੈਂਸ਼ਨ ਹਮੇਸ਼ਾ ਇਹ ਬਣਿਆ ਰਵੇ ਨਾ ਕਿ ਮੈਂ ਚੰਗਾ ਕਰਨਾ ਮੈਂ ਮਾੜਾ ਨਹੀਂ ਕਰਨਾ ਮੈਂ ਚੰਗਾ ਕਰਨਾ ਫਿਰ ਉਹ ਪੁੰਨ ਸਟਰੋਂਗਰ ਹੁੰਦੇ ਨੇ ਤੇ ਜਿਹੜੇ ਪਾਪ ਉਹਨਾਂ ਤੋਂ ਅਚਾਨਕ ਹੋ ਜਾਣ ਉਹ ਵੀਕ ਹੋ ਜਾਂਦੇ ਨੇ ਸੋ ਉਹਨਾਂ ਦਾ ਵੇਟੇਜ ਜਿਹੜਾ ਉਹ ਉਹਦੇ ਵਿੱਚ ਫਰਕ ਪੈ ਜਾਂਦਾ ਹੈ ਤ੍ਰਿਤੀਏ ਅਹ ਉਪਾਸ਼ਕ ਜੋਏ ਹੁਣ ਤੀਜੀ ਤਰ੍ਹਾਂ ਦੇ ਜਿਹੜੇ ਨੇ ਉਹਨਾਂ ਨੂੰ ਉਪਾਸ਼ਕ ਕਹਿੰਦੇ ਆ ਉਪਾਸ਼ਨਾ ਵਾਲੇ ਉਹਨਾਂ ਦਾ ਹੁਣ ਦੇਖੋ ਕਿਵੇਂ ਸਾਬ ਹੁੰਦਾ ਹੈ ਭਗਤ ਪਰਿਆਯਨ ਮਨ ਹੋਏ ਸੋਏ ਦੇਖੋ ਇਹਨਾਂ ਦਾ ਜਿਹੜਾ ਉਪਾਸ਼ਨਾ ਵਾਲੇ ਬੰਦੇ ਆ ਨਾ ਇਹਨਾਂ ਦਾ ਮਨ ਪਰਿਆਯਨ ਹੁੰਦਾ ਹੈ ਕਿਦੇ ਕਿਦੇ ਤੇ ਕਹਿੰਦੇ ਸਿਰਫ ਭਗਤੀ ਤੇ ਇਹ ਹਮੇਸ਼ਾ ਸੋਚਦੇ ਆ ਮੈਂ ਭਗਤੀ ਕਰਨੀ ਆ ਮੈਂ ਭਗਤੀੇ ਕਰਨੀ ਮੈਂ ਨਾਮ ਜਪਣਾ ਮੈਂ ਨਿਤਨੇਮ ਕਰਨਾ ਹੈ ਮੈਂ ਸਿਮਰਨ ਕਰਨਾ ਪਰ ਮੈਂ ਕਰੇ ਨਾ ਕਰੇ ਪਰ ਉਹਨਾਂ ਦਾ ਇੰਟੈਂਸ਼ਨ ਬਣਿਆ ਰਹੰਦਾ ਹੈ ਫਿਰ ਪਾਪ ਨਹੀਂ ਠਾਨੈ ਜੋ ਜਾ ਦੇਖੋ ਕਹਿੰਦੇ ਪਾਪ ਨਹੀਂ ਠਾਨੈ ਉਹ ਕਿਦੇ ਨਹੀਂ ਪਾਪ ਕਰਨਾ ਚਾਹੁੰਦੇ ਤੇ ਉਹ ਚਾਹੁੰਦੇ ਇਹ ਹੈ ਮੇਰੇ ਤੋਂ ਪਾਪ ਨਾ ਹੋਵੇ ਉਹ ਪਾਪ ਤਾਂ ਹਮੇਸ਼ਾ ਬਚਦੇ ਹਨ ਓਏ ਜੇ ਕਦਾ ਜਿਤ ਅਗ ਅਨਜਾਨ ਪਰ ਜੇ ਕਿਤੇ ਭੁੱਲ ਭਲੇਖੇ ਵਿੱਚੋਂ ਉਹਨਾਂ ਤੋਂ ਪਾਪ ਹੋ ਵੀ ਜਾਣ ਤਾਂ ਫਿਰ ਲੋਚ ਕਰ ਧਰਮ ਕਰਾਂ ਹਰ ਖਾਏ ਫਿਰ ਉਹ ਕੀ ਕਰਦੇ ਨੇ ਉਹ ਪਪ ਜਿਹੜਾ ਹਨ ਪਾਪ ਉਹਨਾਂ ਤੋਂ ਅਚਾਨਕ ਹੋ ਵੀ ਜਾਵੇ ਫਿਰ ਉਹ ਦ੍ਰਿੜ ਹੋ ਕੇ ਹੋਰ ਧਰਮ ਦੇ ਪਿੱਛੇ ਲੱਗਦੇ ਨੇ ਵੇ ਮੈਂ ਹੋਰ ਚੰਗਾ ਕਰਾਂ ਮੈਂ ਤਾਂ ਇਹ ਮਾੜਾ ਹੋ ਗਿਆ ਮੈਂ ਤਾਂ ਵੱਧ ਚੰਗਾ ਕਰਨਾ ਹੁਣ ਉਹ ਫਿਰ ਦਿਲ ਹੋਰ ਸਟਰੋਂਗਰ ਹੋ ਕੇ ਕਰਦੇ ਨੇ ਦੇਖੋ ਇਹ ਉਪਾਸ਼ਨਾ ਵਾਲਿਆਂ ਦਾ ਸੁਭਾਅ ਜਿਹੜਾ ਹੈ ਨਾ ਜੇ ਕਿਤੇ ਇਹਨਾਂ ਤੋਂ ਕੋਈ ਗਲਤੀ ਹੋ ਵੀ ਜਾਵੇ ਨਾ ਦੇ ਡੋਨਟ ਕੰਟੀਨਿਊ ਟੂ ਡੂ ਦ ਸੇਮ ਥਿੰਗ ਵੇ ਮੈਂ ਡਿਗ ਪਿਆ ਹਾਂ ਚਲੋ ਜਾਣ ਦੋ ਹੁਣ ਨਾਟ ਲਾਈਕ ਦੈ ਜਿਵੇਂ ਨਾ ਅੱਜ ਨਿਤਨੇਮ ਥੜਾ ਮਿਸ ਹੋ ਗਿਆ ਫਿਰ ਉੱਠ ਕੇ ਚੱਲ ਕੱਲ ਵੀ ਮਿਸ ਹੋਇਆ ਸੀ ਅੱਜ ਫੇਰ ਮਿਸ ਕਰ ਜਾਂਦੇ ਆ ਉਹ ਇਹ ਜੇ ਨਹੀਂ ਹੁੰਦੇ ਉਹ ਕੀ ਕਰਦੇ ਨੇ ਚੰਗਾ ਜੇ ਕੱਲ ਮਿਸ ਹੋ ਗਿਆ ਮੈਂ ਅੱਜ ਦੋ ਵਾਰੀ ਕਰ ਲੰਨਾ ਆਪ ਡੂ ਆ ਜਾਏ ਸੋ ਕਈ ਜਿਹੜੇ ਮਹਾਪੁਰਸ਼ ਹੁੰਦੇ ਸੀ ਨਾ ਉਸ ਜਿਹਾ ਹਨ ਜਿਵੇਂ ਸੰਤ ਗੁਰਬਚਨ ਸਿੰਘ ਜੀ ਹੋਏ ਉਹ ਪਤਾ ਕੀ ਕਰਦੇ ਸੀਗੇ ਉਹਨਾਂ ਨੇ ਨਿਤਨੇਮ ਨਾ ਹਮੇਸ਼ਾ ਆਪਦਾ ਇੱਕ ਦਿਨ ਦਾ ਇੱਕ ਨਿਤਨੇਮ ਉਹ ਕਰ ਲੈਂਦੇ ਸੀਗੇ ਜਿੰਨਾ ਵੀ ਉਹਨਾਂ ਦਾ ਨਿਤਨੇਮ ਹੁੰਦਾ ਸੀ ਨਿਤਨੇਮ ਵੀ ਕਾਫੀ ਹੁੰਦਾ ਸੀ ਕਿ ਚਲੋ ਉਹ ਇੱਕ ਦਿਨ ਦਾ ਮਕਾ ਲੈਂਦੇ ਫਿਰ ਉਹ ਕੀ ਕਰਦੇ ਸੀ ਨਾ ਇੱਕ ਹੋਰ ਨਿਤਨੇਮ ਕਰਦੇ ਹੁੰਦੇ ਸੀ ਇੱਕ ਕਰ ਲਿਆ ਉਹ ਇੱਕ ਸੈਟ ਜਿਹੜਾ ਨਿਤਨੇਮ ਦਾ ਨਾ ਉਹਨਾਂ ਨੇ ਇੱਕ ਹੋਰ ਕਰਨਾ ਇੱਕ ਹੋਰ ਕਰਨਾ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਐ ਕਰਦੇ ਹੋ ਉਹ ਕਹਿੰਦੇ ਜਦੋਂ ਦਾ ਅਸੀਂ ਜਨਮ ਲਿਆ ਹੈ ਨਾ ਉਹ ਜਦੋਂ ਅਸੀਂ ਬੇਬੀ ਸੀ ਛੋਟੇ ਸੀ ਨਾ ਉਦੋਂ ਸਾਡਾ ਨਿਤਨੇਮ ਨਹੀਂ ਹੋਇਆ ਸੋ ਉਹ ਦਿਨਾਂ ਨੂੰ ਅਸੀਂ ਕਵਰ ਕਰਨਾ ਹੈ ਦੇਖੋ ਉਹਨਾਂ ਦਾ ਉਹਨਾਂ ਦੀ ਬ੍ਰਿਤੀ ਇਹ ਗੱਲ ਸੋਚਦੀ ਹੈ ਅਪਾਤਾ ਸੈ ਸੋਚਦੇ ਵੀ ਚਲੋ ਹੋ ਗਿਆ ਹੋ ਗਿਆ ਜਿਹੜਾ ਬੱਚੇ ਸੀ ਕਾ ਨੂੰ ਆਪਾਂ ਕਰਨਾ ਸੀਗਾ ਯੋ ਵੀ ਥਿੰਕ ਲਾਈਕ ਦੈਟ ਆ ਉਪਾਸ਼ਕ ਇਹ ਸੋਚਦੇ ਨੇ ਉਹ ਮੈਂ ਸੋਚਦੇ ਨੇ ਵੀ ਮੈਂ ਹੋਰ ਕਰਾਂ ਹੋਰ ਕਹਿੰਦੇ ਫਾਈਂਡ ਐਵਰੀ ਰੀਜ਼ਨ ਟੂ ਡੂ ਇਟ ਫਿਰ ਅਗ ਕੋ ਵਿਆਰ ਸਦਾ ਸੁਖ ਪਾਏ ਆ ਕਹਿੰਦੇ ਅਗ ਕੋ ਵਿਆੜ ਉਹਨਾਂ ਦਾ ਕੀ ਹੁੰਦਾ ਜੇ ਉਹਨਾਂ ਤੋਂ ਪਾਪ ਹੋ ਵੀ ਜਾਂਦੇ ਹਨਾ ਕਹਿੰਦੇ ਉਹਨਾਂ ਨੂੰ ਕੀ ਹੁੰਦਾ ਉਹਨਾਂ ਦੇ ਇਹ ਜਿਹੜੇ ਪੁੰਨ ਪਾਪ ਜਿਹੜੇ ਉਹਨਾਂ ਦੀ ਬ੍ਰਿਤੀ ਹੁੰਦੀ ਹੈ ਨਾ ਪਗਤੀ ਵਾਲੀ ਉਹਨੂੰ ਖਤਮ ਕਰ ਦਿੰਦੀ ਹੈ ਉਹਨੂੰ ਵੀਕ ਕਰ ਦਿੰਦੀ ਹੈ ਪਾਪ ਨੂੰ ਸੋ ਦ ਰੂਲ ਇਜ਼ ਜਦੋਂ ਜੋ ਵੀ ਕੁਝ ਆਪਾਂ ਕਰਦੇ ਆ ਨਾ ਆਪ ਨੂੰ ਭੁਗਤਣਾ ਪੈਂ ਸਿਰਫ ਉਹਦੇ ਵੇਟੇਜ ਦਾ ਫਰਕ ਹੈ ਉਹਦੇ ਇੰਟੈਂਸ਼ਨ ਦਾ ਫਰਕ ਹੈ ਬਸ ਉਹੀ ਹੈ ਭੁਗਤਣਾ ਪੈਂਦਾ ਹੈ ਪਰ ਕਹਿੰਦੇ ਕੀ ਹੁੰਦਾ ਹੈ ਉਹਨਾਂ ਦੇ ਪੁੰਨ ਤਾਂ ਬਹੁਤ ਜ਼ਿਆਦੇ ਹੋ ਜਾਂਦੇ ਆ ਇਹ ਜਿਹੜੇ ਇਹ ਤਾਂ ਕੁਝ ਨਹੀਂ ਰਹਿ ਜਾਂਦੇ ਫੇ ਪਾਪ ਜਿਹੜੇ ਹੋ ਵੀ ਜਾਣ ਰਹੇ ਨਿਕਟ ਵਰਤੀ ਪ੍ਰਭ ਕੇਰੇ ਉਹ ਹਮੇਸ਼ਾ ਪ੍ਰਮਾਤਮਾ ਦੇ ਨੇੜੇ ਰਹਿੰਦੇ ਹਨ ਜਨਮ ਮਰਨ ਕੇ ਪਰ ਹਰ ਫੇਰੇ ਉਹ ਜਿਹੜੇ ਜਨਮ ਤੇ ਮਰਨ ਦੇ ਜਿਹੜੇ ਫੇਰੇ ਆ ਨਾ ਉਹਨਾਂ ਤੋਂ ਬਚ ਜਾਂਦੇ ਨੇ ਉਹ ਕਦੇ ਨਹੀਂ 84 ਲੱਖ ਜੁਨ ਵਿੱਚ ਪੈਂਦੇ ਪ੍ਰਾਲ ਪ੍ਰਾਲ ਬਲਦ ਬਸਤੇ ਜੇ ਜਨਮਾਂ ਜੇ ਕਿਤੇ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਜਿਹੜੇ ਕਰਮਾਂ ਦੇ ਕਰਕੇ ਨਾ ਕਹਿੰਦੇ ਉਹ 84 ਲੱਖ ਜੁਨਾਂ ਚ ਨਹੀਂ ਪੈਂਦੇ ਪਰ ਕਹਿੰਦੇ ਉਹਨਾਂ ਨੂੰ ਜੇ ਕਿਤੇ ਉਹਨਾਂ ਦਾ ਕੋਈ ਬਾਕੀ ਰਹਿ ਵੀ ਗਿਆ ਹੋਵੇ ਕੋਈ ਕਰਮ ਕਹਿੰਦੇ ਕੀ ਹੁੰਦਾ ਹੈ ਪ੍ਰਾਲ ਬਦ ਬਸ ਤੇ ਜੇ ਜਨਮੇ ਉਹਨਾਂ ਦਾ ਜੇ ਕਿਤੇ ਫਿਰ ਜਨਮ ਹੋ ਗਿਆ ਐਂਡ ਦੇ ਵਿਲ ਬੀ ਬੋਰਨ ਐਸ ਅ ਹਿਊਮਨ ਉਹਨਾਂ ਦਾ ਅਗਲਾ ਜਨਮ ਫੇਰ ਹੀ ਹਿਊਮਨ ਦਾ ਹੁੰਦਾ ਹੈ ਫਿਰ ਕੀ ਕਰਦੇ ਹਨ ਉਹ ਭਗਤੀ ਕਰ ਤੇ ਗਿਆਨੀ ਹੋਏ ਮਨ ਮੈਂ ਉਹ ਭਗਤੀ ਕਰਕੇ ਗਿਆਨੀ ਬਣ ਜਾਂਦੇ ਨੇ ਉਹ ਗਿਆਨ ਨੂੰ ਪ੍ਰਾਪਤ ਕਰ ਜਾਂਦੇ ਨੇ ਅਗਲੇ ਜਨਮ ਚ ਆ ਕੇ ਉਹ ਕੰਟੀਨਿਊ ਕਰਦੇ ਜਿੱਥੇ ਉਹ ਖੜੇ ਸੀ ਉਹ ਆ ਕੇ ਕੰਟੀਨਿਊ ਕਰਦੇ ਨੇ ਕੰਟੀਨਿਊ ਕਰਕੇ ਉਹ ਗਿਆਨ ਬ੍ਰह्म ਗਿਆਨ ਨੂੰ ਪ੍ਰਾਪਤ ਕਰਦੇ ਹਨ ਜਨਮ ਮਰਨ ਕੇ ਬੰਧਨ ਹਾਨਾ ਉਹਨਾਂ ਦੇ ਜਨਮ ਤੇ ਮਰਨ ਦੇ ਬੰਧਨ ਕੱਟੇ ਜਾਂਦੇ ਹਨ ਬਾਦ ਨਿਰਵਾਨ ਮਿਲੇ ਤਤ ਗਿਆਨ ਉਹਨਾਂ ਨੂੰ ਫਿਰ ਉਹ ਜਨਮ 'ਚ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਪਰਮਾਤਮਾ ਨੂੰ ਮਿਲ ਪੈਂਦੇ ਹਨ ਇੱਕ ਸਹਿ ਕਾਮੀ ਭਗਤ ਜੇ ਹੋਏ ਦੇਖੋ ਇੱਕ ਭਗਤ ਹੁਣ ਭਗਤਾਂ ਦੀ ਕੈਟਾਗਰੀ ਵਿੱਚ ਇੱਕ ਸਕਾਮੀ ਭਗਤ ਹੁੰਦੇ ਨੇ ਇੱਕ ਨਿਸ਼ਕਾਮੀ ਹੁੰਦੇ ਨੇ ਹੁਣ ਦੇਖੋ ਜਿਹੜਾ ਭਗਤ ਹੁੰਦਾ ਹੈ ਨਾ ਇਹਦੇ ਵਿੱਚ ਵੀ ਕਾਮਨਾ ਹੁੰਦੀ ਹੈ ਹੁਣ ਇਹਦੇ ਵਿੱਚ ਕਾਮਨਾ ਕੀ ਹੁੰਦੀ ਆ ਜਦੋਂ ਭਗਤ ਨੂੰ ਭਾਵੇਂ ਸਕਾਮੀ ਭਗਤ ਆ ਨਾ ਉਹ ਚਾਹੁੰਦਾ ਹੈ ਕਿ ਮੈਂ ਸੇਵਾ ਕਰਾਂ ਹੁਣ ਜਿਵੇਂ ਆਪਾਂ ਆਪਣੇ ਅੰਦਰ ਆਵੇ ਨਾ ਮੈਂ ਸੇਵਾ ਕਰਾਂ ਮੈਂ ਪ੍ਰਚਾਰ ਕਰਾਂ ਮੈਂ ਕੀਰਤਨ ਕਰਾਂ ਮੈਂ ਇਹ ਕਰਾਂ ਮੈਂ ਸੇਵਾ ਕਰਾਂ ਜਾ ਕੇ ਇਹ ਜਿਹੜੀ ਇੱਛਾ ਆਉਂਦੀ ਇਹ ਵੀ ਸਕਾਰਮੀ ਆ ਜੀ ਪਰ ਇਹਦੀ ਇਹਦੀ ਇਹ ਜਿਹੜੀ ਸਕਾਮ ਆ ਉਹ ਸਾਰੀ ਪਰਮਾਤਮਾ ਦੇ ਰਸਤੇ ਤੇ ਤੁਰਨ ਵਾਲੀ ਹੈ ਯੂ ਨੋ ਇਹ ਵੀ ਇੱਕ ਕਮੀ ਨੇ ਤੇ ਇਹਨਾਂ ਵਿੱਚੋਂ ਨਿਸ਼ਕਾਮੀ ਕੀ ਜਿਹੜੇ ਕੁਝ ਵੀ ਨਹੀਂ ਮੰਗਦੇ ਹੁਣ ਕਹਿੰਦੇ ਰਾਜ ਨਾ ਚਾਹਾਂ ਉਹ ਮੁਕਤ ਨਾ ਚਾਹਾਂ ਮਨਪ੍ਰੀਤ ਚਰਨ ਕਮਲੇ ਉਹ ਦੂਜੇ ਨੇ ਉਪੁਨੇਸ਼ ਕਾਮੀ ਨੇ ਹੁਣ ਦੇਖੋ ਸਕਾਮੀ ਦੀ ਗੱਲ ਸੁਣੋ ਹੁਣ ਤਨ ਤਜ ਸੁਰਗ ਭੋਗ ਕਰ ਜਾਓ ਸੋਏ ਦੇਖੋ ਕਹਿੰਦੇ ਇਹ ਜਿਹੜੇ ਹੰਸਕਾਮੀ ਜਿਹੜੇ ਹੁੰਦੇ ਨੇ ਭਗਤੀ ਕਰਦੇ ਥੋੜੇ ਬਹੁਤੇ ਸੁਖ ਦੀ ਆਸ ਰੱਖਦੇ ਨੇ ਇਹ ਫਿਰ ਜਾਂਦੇ ਨੇ ਸਵਰਗਾਂ ਨੂੰ ਇਹਨਾਂ ਨੂੰ ਫਿਰ ਸਵਰਗਾਂ ਚ ਭੇਜ ਕੇ ਬਹੁਤ ਧਨੀ ਕੇ ਗ੍ਰਹਿ ਤਨ ਧਾਰੈ ਫਿਰ ਇਹਨਾਂ ਦਾ ਜਨਮ ਫਿਰ ਹੁੰਦਾ ਹੈ ਜਦੋਂ ਇਹਨਾਂ ਦੀ ਇੱਛਾ ਪੂਰੀ ਹੋ ਜਾਂਦੀ ਆ ਇਹਨਾਂ ਦਾ ਜਨਮ ਹੁੰਦਾ ਕੋਈ ਧਨੀ ਦੇ ਘਰ ਵਿੱਚ ਵੈਰੀ ਵੈਲਥੀ ਫੈਮਿਲੀ ਵਿੱਚ ਇਹਨਾਂ ਦਾ ਆ ਕੇ ਜਨਮ ਹੁੰਦਾ ਇਹ ਬਹੁਤ ਚੰਗੀ ਫੈਮਿਲੀ ਚ ਆ ਕੇ ਜਨਮ ਲੰਦੇ ਹਨ ਸਤ ਸੰਗਤ ਮਿਲ ਜਨਮ ਸੁਧਾਰਾ ਫਿਰ ਕੀ ਹੁੰਦਾ ਹੈ ਉਹ ਫੈਮਿਲੀ ਧਨੀ ਹੈ ਮਤਲਬ ਇਹਨੂੰ ਪੈਸਿਆਂ ਦਾ ਕੋਈ ਫਿਕਰ ਨਹੀਂ ਜਨਮ ਤੋਂ ਲੈ ਕੇ ਇਹਨੂੰ ਕੋਈ ਪੈਸਾ ਹੀ ਕਮਾਉਣ ਦਾ ਨਹੀਂ ਕੋਈ ਗਰੀਬੀ ਨਹੀਂ ਕੁਝ ਨਹੀਂ ਇਹਨੂੰ ਧਨੀ ਪਰਿਵਾਰ ਮਿਲ ਗਿਆ ਬਸ ਇਹਦਾ ਉਹ ਸੈਟਲ ਹੋ ਗਿਆ ਵੈਲਥ ਫਿਰ ਇਹ ਕੀ ਕਰਦੇ ਨੇ ਸਤ ਸੰਗ ਜਿਆਦਾ ਕਰਦੇ ਨੇ ਜਿਹੜਾ ਇਹਨੇ ਸਮਾਂ ਲਾਉਣਾ ਸੀ ਨਾ ਪੈਸੇ ਬਣਾਉਣ ਵਿੱਚ ਪੈਸੇ ਕਮਾਉਣ ਵਿੱਚ ਜਿੰਨਾ ਸਮਾਂ ਲਾਉ ਇਹਨੇ ਉਹ ਜਿਹੜਾ ਸਮਾਂ ਲਾ ਕੇ ਇਹਨਾਂ ਸਤ ਸੰਗਤ ਕਰਨੀ ਹੈ ਇਨੇ ਹਾਰਵੇਰੇ ਸੰਗਤ ਕਰਕੇ ਸਾ ਸਾਂਗਤਿਆ ਨਾਲ ਮਿਲ ਕੇ ਆਪਣਾ ਜਨਮ ਸੁਧਾਰ ਲੈਣਾ ਹੈ ਮੁਕਤ ਲਹ ਬੰਧਨ ਕੋ ਤਿਆਗਾ ਇਹਨਾਂ ਦੀ ਫਿਰ ਮੁਕਤੀ ਹੋ ਜਾਂਦੀ ਹੈ ਇਹਨਾਂ ਦੇ ਬੰਧਨ ਕੱਟੇ ਜਾਂਦੇ ਨੇ ਦੇਖੋ ਨਾ ਇਹ ਵੀ ਇੱਕ ਚੀਜ਼ ਆ ਨਾ ਇੱਕ ਗਿਫਟ ਆ ਜਿਹੜੇ ਬੰਦੇ ਦੀ ਮਾਇਆ ਵੈਲਥ ਵੱਲੋਂ ਉਹਦਾ ਫਰੀडम ਹੋਵੇ ਤੇ ਉਹਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਉਹਨੂੰ ਫਿਕਰ ਕਰਨ ਦੀ ਲੋੜ ਨਹੀਂ ਉਹਦੇ ਕੋਲ ਪੈਸਾ ਹੈਗਾ ਖਰਚਣ ਵਾਸਤੇ ਹੀ ਗੋਟ ਅ ਹਾਊਸ ਹੀ ਕੈਨ ਬਾਈ ਵਟ ਏਵਰ ਹੀ ਵਾਂਟਸ ਡੋਜ਼ਨ ਮੈਟਰ ਬਟ ਨਾਓ ਓਨਲੀ ਥਿੰਗ ਹੀ ਕੈਨ ਡੂ ਇਟ ਹੀ ਕੈਨ ਡੂ ਮੋ ਸਾਸ ਸੰਗਤ ਉਹ ਸੰਸੰਗਤ ਜੁੜ ਕੇ ਬਹੁਤ ਜ਼ਿਆਦਾ ਭਗਤੀ ਕਰ ਸਕਦਾ ਹੈ ਕਿਉਂਕਿ ਉਹਨੂੰ ਇਹ ਫਿਕਰ ਕਰਨ ਦੀ ਲੋੜ ਨਹੀਂ ਸੋ ਇਉਂ ਕਰਕੇ ਇਹ ਸਿਕਾਮੀ ਨੇ ਕਹਿੰਦੇ ਫਿਰ ਵੀ ਇਹਨਾਂ ਨੂੰ ਪਰਮਾਤਮਾ ਮੁਕਤੀ ਦੇ ਦਿੰਦਾ ਹੈ ਉਹ ਜੇ এনवायरमेंट ਚ ਇਹਨਾਂ ਦਾ ਜਨਮ ਦੇ ਕੇ ਦੇਖੋ ਨਾ ਆਪਾਂ ਹਿਸਾਬ ਕਰੀਏ ਕਿੱਡੇ ਵੱਡੇ ਉਹਨਾਂ ਦੇ ਕਰਮ ਨੇ ਆਪਾਂ ਤਾਂ ਜਿਹੜਾ ਕਮਾਈ ਕਰਦੇ ਨੇ ਹੁਣ ਆਪਾਂ ਜਿਹੜੇ ਘਰ ਚ ਜਨਮ ਲਿਆ ਉਹ ਤਾਂ ਨਹੀਂ ਨਹੀਂ ਆਪਾਂ ਨੂੰ ਕਿੰਨਾ ਕਮਾਉਣਾ ਪਿਆ ਕਿੰਨਾ ਪੈਸਾ ਬਣਾਉਣਾ ਪਿਆ ਕਿੰਨੀ ਉਮਰ ਲੱਗੀ ਕੰਮ ਕਰਦਿਆਂ ਨੂੰ ਫਿਰ ਜਾ ਕੇ ਕੁਝ ਬਣਿਆ ਜੈਸ ਇਮੇਜਿਨ ਉਹ ਜਿਹੜਾ ਹਨ ਥੋੜਾ ਜਨਮ ਸਿੱਧਾ ਹੀ ਇੱਕ ਉਹ ਕਰਚ ਹੋ ਜੂਏ ਜਿੱਥੇ ਬਹੁਤ ਜਿਆਦਾ ਮਾਇਆ ਹੈ ਫੇ ਦੇਖੋ ਕੀ ਫਿਕਰ ਆ ਤੁਹਾਨੂੰ ਮਹਾਰਾਜ ਨੇ ਥੋੜੀ ਜੀ ਕਿਰਪਾ ਕਰਨੀ ਸੀ ਨਾ ਉਹਨਾਂ ਨੇ ਤੁਹਾਨੂੰ ਉਹ ਕਰਚ ਜਨਮ ਦੇ ਕੇ ਤੇ ਪਰ ਉਦੋਂ ਵੀ ਮਹਾਰਾਜ ਕਿਤੇ ਸੋਮਤ ਬਖਸ਼ ਦੇਵੇ ਵੀ ਦੂਜੇ ਪਾਸੇ ਨ ਜਾਵੇ ਸਾ ਸੰਗਤ ਵੱਲ ਤੁਰਪੋਗੇ ਫੇ ਤਾਂ ਕਹਿੰਦੇ ਮੁਕਤੀ ਹੋਗੀ ਇੱਕ ਨਿਸ਼ਕਾਮ ਭਗਤ ਅਨਰਾਖਾ ਦੇਖੋ ਕਹਿੰਦੇ ਇੱਕ ਪ੍ਰੇਮੀ ਭਗਤ ਨੇ ਜਿਨ੍ਹਾਂ ਨੂੰ ਨਿਸ਼ਕਾਮੀ ਕਹਿੰਦੇ ਹਾਂ ਪ੍ਰਾ ਪ੍ਰਾ ਬਲਦ ਬਾਸ ਜਨਮ ਕੇ ਜੇ ਧਰਤੇ ਜੇ ਕਹਿੰਦੇ ਪ੍ਰਾਲ ਬੱਧ ਕਰਕੇ ਜੇ ਉਹਨਾਂ ਦੇ ਕੋਈ ਕਰਮ ਰਹਿ ਗਿਆ ਸੀ ਜਿਹਦੇ ਕਰਕੇ ਉਹਨੂੰ ਫਿਰ ਵੀ ਜਨਮ ਲੈਣਾ ਪਿਆ ਤਾਂ ਫਿਰ ਸੰਤਨ ਕੇ ਕਰਮੈ ਅਬ ਅਵਤਾਰ ਹੈ ਕਹਿੰਦੇ ਕਿ ਉਹਨਾਂ ਦਾ ਫੇ ਜਨਮ ਹੁੰਦਾ ਹੈ ਸੰਤਾਂ ਦੇ ਘਰ ਵਿੱਚ ਸਕਾਮੀਆਂ ਦਾ ਜਨਮ ਹੁੰਦਾ ਹੈ ਤਨੀਆਂ ਦੇ ਘਰ ਵਿੱਚ ਰਾਜਿਆਂ ਦੇ ਘਰ ਵਿੱਚ ਜਿਹੜੇ ਨਿਸ਼ਕਾਮੀ ਹੁੰਦੇ ਨੇ ਉਹਨਾਂ ਦਾ ਜਨਮ ਹੋਵੇਗਾ ਕੋਈ ਸਾਧ ਦੇ ਘਰ ਕੋਈ ਸੰਤ ਦੇ ਘਰ ਚ ਉਹਨਾਂ ਦਾ ਜਨਮ ਹੋਵੇਗਾ ਕਰਤ ਭਗਤ ਲੈ ਆਤਮ ਗਿਆਨ ਦੇਖੋ ਉਹ ਫਿਰ ਭਗਤੀ ਕਰਕੇ ਆਤਮ ਗਿਆਨ ਨੂੰ ਪ੍ਰਾਪਤ ਕਰ ਜਾਂਦੇ ਨੇ ਉਹਨਾਂ ਆਤਮ ਗਿਆਨ ਮਿਲ ਜਾਂਦਾ ਹੈ ਪ੍ਰਾਪਤ ਹੋਤ ਪੁਨਹ ਨਿਰਬਾਨ ਫਿਰ ਉਹਨਾਂ ਨੂੰ ਨਿਰਬਾਨ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਜਿਮ ਸੌਗਾਤ ਬਾਜ ਕਹਿ ਭਾਜੀ ਜਿਮ ਸੌਗਾਤ ਜਿਵੇਂ ਸੌਗਾਤੀ ਹੁੰਦੇ ਨਾ ਜਿਹੜਾ ਕਿ ਹਰ ਸਮੇਂ ਵਿੱਚ ਕੀ ਹੁੰਦਾ ਹੈ ਉਹ ਸੁਗਾਤ ਜਿਵੇਂ ਉਹਨਾਂ ਨੂੰ ਸੁਗਾਤ ਮਿਲਦੀ ਹੈ ਨਾ ਜਿਵੇਂ ਰਾਜਾ ਉਹ ਸੁਗਾਤੀ ਹੁੰਦੇ ਸੀ ਨਾ ਉਪਾਸ਼ਨਾ ਵਾਲੇ ਜਿਨ੍ਹਾਂ ਨੂੰ ਸੁਗਾਤ ਮਿਲਦੀ ਹੈ ਉਸ ਉਗਾਤ ਦੰਦੇ ਆ ਕਹਿੰਦੇ ਇਹ ਸੁਗਾਤੀ ਜਿਹੜੇ ਨੇ ਬਾਜ ਕੇ ਬਾਜੀ ਜਿਵੇਂ ਇਹ ਸੁਗਾਤੀ ਰਾਜੇ ਨੂੰ ਕੋਈ ਘੋੜਾ ਕੋਈ ਫਲਕਨ ਕੋਈ ਬਾਜ ਦੰਦੇ ਹਨ ਇੱਕ ਪਠ ਦੇਤ ਰਹਿਤ ਪੁਨ ਰਾਜੀ ਕਹਿੰਦੇ ਇੱਕ ਪਠ ਦੇਤ ਰਹਿਤ ਪੁਨ ਰਾਜੀ ਕਹਿੰਦੇ ਇੱਕ ਵਾਰੀ ਰਾਜੇ ਕੋਲ ਭੇਜ ਕੇ ਖੁਸ਼ ਕਰ ਲੰਦੇ ਨੇ ਇਹ ਆਤਮ ਗਿਆਨੀ ਵੀ ਇੱਕ ਵਾਰੀ ਪਰਮਾਤਮਾ ਨੂੰ ਖੁਸ਼ ਕਰ ਲੰਦੇ ਹਨ তথা ਭਜਨ ਕਰ ਸੁਖੀ ਰਹੰਤੇ ਹੁਣ ਦੇਖੋ ਕਹਿੰਦੇ ਇਹ ਭਜਨ ਬੰਦਗੀ ਕਰਕੇ ਸੁਖੀ ਰਹਿੰਦੇ ਹਨ ਸੋ ਇਉਂ ਕਰਕੇ ਜੇ ਗਿਆਨੀ ਜਗ ਕੂਰ ਲਖੰਤੇ ਹੁਣ ਚੌਥੇ ਤਰ੍ਹਾਂ ਦੇ ਨੇ ਬ੍ਰਹਮ ਗਿਆਨੀ ਜਿਹੜੇ ਨੇ ਉਹਨਾਂ ਦੀ ਅਵਸਥਾ ਸੁਣੋ ਹੁਣ ਉਹਨਾਂ ਦੇ ਕਰਮ ਕੀ ਹੁੰਦੇ ਨੇ ਉਹਨਾਂ ਦੇ ਕਰਮ ਕਿਵੇਂ ਬੈਲੈਂਸ ਹੁੰਦੇ ਨੇ ਕਹਿੰਦੇ ਜੇ ਗਿਆਨੀ ਜਗ ਕੂਰ ਲਖੰਤੇ ਕਹਿੰਦੇ ਉਹ ਬ੍ਰह्म ਗਿਆਨੀ ਹਨ ਉਹਨਾਂ ਨੇ ਪਹਿਲਾਂ ਤੋਂ ਹੀ ਇਸ ਸੰਸਾਰ ਨੂੰ ਝੂਠਾ ਮੰਨ ਲਿਆ ਇਹ ਝੂਠਾ ਸੰਸਾਰ ਹੈ ਇੱਕ ਸੁਪਨਾ ਹੈ ਜਿਹੜਾ ਮੈਂ ਅੱਖਾਂ ਖੋਲ ਕੇ ਦੇਖਦਾ ਹਾਂ ਤਨ ਅਰ ਕਰਮ ਝੂਠ ਸਭ ਜਾਣੇ ਉਹਨਾਂ ਨੇ ਆਪਣਾ ਸਰੀਰ ਵੀ ਝੂਠਾ ਮੰਨਿਆ ਤੇ ਆਪਣੇ ਕਰਮ ਵੀ ਝੂਠੇ ਮੰਨੇ ਇਹ ਦੁਨੀਆ ਵਿੱਚ ਸਭ ਕੁਝ ਉਹਦੇ ਵਾਸਤੇ ਝੂਠਾ ਹੈ ਫਿਰ ਹੰਤਾ ਮਮਤਾ ਕਬੂ ਨਾ ਠਾਨਾ ਉਹਨੂੰ ਨਾ ਹੰਗਤਾ ਹੁੰਦੀ ਆ ਨਾ ਮਮਤਾ ਨਾ ਉਹਨੂੰ ਮੋਹ ਹੁੰਦਾ ਹੈ ਨਾ ਉਹਨੂੰ ਹੰਕਾਰ ਕਿਦੇ ਆਉਂਦਾ ਹੈ ਜਿਵੇਂ ਸੂਰੇ ਟਿਗ ਤਮ ਨਹ ਜਾਏ ਜਿਵੇਂ ਕਹਿੰਦੇ ਸੂਰਜ ਦੇ ਕੋਲ ਹਨੇਰਾ ਨਹੀਂ ਜਾ ਸਕਦਾ ਜੋ ਜਰਾ ਸੂਰਜ ਦੇ ਲਾਗੇ ਸਾਰਾ ਹੀ ਚਾਨਣੇ ਹੋਊਗਾ ਨਾ ਕਿਤੇ ਹਨੇਰਾ ਨਹੀਂ ਹੋ ਸਕਦਾ ਕਥਕਰਮ ਤਿੰਨ ਕੋ ਨਾਲ ਪਾਏ ਦੇਖੋ ਇਸੇ ਤਰਾਈ ਜਿਵੇਂ ਸੂਰਜ ਕੋ ਜਾ ਕੇ ਕੋਈ ਹਨੇਰਾ ਨਹੀਂ ਕਰਮ ਉਹਨੂੰ ਆਪਣੇ ਚੱਕਰ ਚ ਨਹੀਂ ਫਸਾ ਸਕਦੇ ਉਹ ਕਰਮਾਂ ਦੇ ਚੱਕਰ ਤੋਂ ਮੁਕਤ ਹੋ ਜਾਂਦੇ ਹਨ ਜੀਵਨ ਮੁਕਤ ਵਿਸਾਲ ਆਨੰਦ ਕਹਿੰਦੇ ਉਹ ਜੀਵਨ ਮੁਕਤ ਨੂੰ ਪਾ ਕੇ ਵਿਸਾਲ ਆਨੰਦਾ ਉਹਨਾਂ ਨੂੰ ਬਹੁਤ ਆਨੰਦ ਮਿਲਦਾ ਹੈ ਸਾਰੀ ਜ਼ਿੰਦਗੀ ਉਹ ਬਲਿਸ ਵਿੱਚ ਰਹਿੰਦੇ ਨੇ ਆਨੰਦ ਵਿੱਚ ਰਹਿੰਦੇ ਨੇ ਉਹਨੂੰ ਕਿਤੇ ਵੀ ਕੋਈ ਚੀਜ਼ ਦੁਖੀ ਨਹੀਂ ਕਰ ਸਕਦੀ ਕੋਈ ਵੀ ਸਿਚੁਏਸ਼ਨ ਉਹਨੂੰ ਦੁਖੀ ਨਹੀਂ ਕਰ ਸਕਦਾ ਉਹ ਹਮੇਸ਼ਾ ਹੀ ਖੁਸ਼ ਰਹਿੰਦੇ ਹਨ ਮੈਂ ਬਿਆਪੈ ਕਬ ਮਨ ਤਨ ਦੁੰਦ ਉਹਨਾਂ ਨੂੰ ਮਨ ਤੇ ਸਰੀਰ ਕਰਕੇ ਕਿਦੇ ਨਹੀਂ ਦੁੱਖ ਮਿਲਦਾ ਉਹ ਕਿਦੇ ਦੁੱਖ ਨੂੰ ਮਹਿਸੂਸ ਨਹੀਂ ਕਰਦੇ ਸੋ ਇਸ ਕਰਕੇ ਜਿਹੜੇ ਜਿਵੇਂ ਬਰਮ ਗਿਆਨੀ ਹੁੰਦੇ ਆ ਜਿਵੇਂ ਭਾਈ ਮਨੀ ਸਿੰਘ ਜੀ ਹੋਏ ਬੰਦ ਬੰਦ ਕਟਿਆ ਜਾਂਦਾ ਜੇਲ੍ਹ ਚ ਪਾ ਉਹਨਾਂ ਨੂੰ ਕੋਈ ਦੁੱਖ ਉਹਨਾਂ ਕੋਈ ਦੁਖੀ ਕਰ ਨਹੀਂ ਸਕਦਾ ਉਹ ਆਨੰਦ ਵਿੱਚ ਰਹਿੰਦੇ ਨੇ ਸੋ ਇਉਂ ਕਰਕੇ ਜਿਹੜੇ ਜਿਵੇਂ ਆਪਣੇ ਸਿੱਖ ਸੀਗੇ ਜਿਨ੍ਹਾਂ ਨੂੰ ਕਾਲੇ ਪਾਣੀ ਚ ਭੇਜਿਆ ਜਿਨ੍ਹਾਂ ਨੂੰ ਸਿੰਗਾਪੂਪੇ ਜਾ ਬਾਬਾ ਮਹਾਰਾਜ ਸਿੰਘ ਵਰਗੇ ਇਹਨੋਂ ਕਾਲ ਕੋਠੜੀ ਚ ਪਾਇਆ ਜਿੱਥੇ ਕੁਝ ਵੀ ਨਹੀਂ ਦਿਖਦਾ ਪਿੱਛ ਡਾਕ ਹੈ ਉੱਥੇ ਕਿੰਨੇ ਸਾਲ ਉੱਥੇ ਰੱਖਿਆ ਉਹ ਫਿਰ ਵੀ ਖੁਸ਼ ਹੈ ਉਹ ਫਿਰ ਵੀ ਆਨੰਦ ਵਿੱਚ ਹੈ ਉਹਨਾਂ ਨੇ ਕਰਕੇ ਝੂਠਾ ਮੰਨ ਲਿਆ ਨਾ ਦੁੱਖ ਆਪਾਂ ਨੂੰ ਕਿਉਂ ਕਰਕੇ ਆਪਾਂ ਸੱਚਾ ਮੰਨਦੇ ਆਂ ਉਹਨਾਂ ਝੂਠਾ ਮੰਨ ਲਿਆ ਉਹਨਾਂ ਨੂੰ ਕੋਈ ਦੁੱਖ ਨਹੀਂ ਹੈਗਾ ਸਿੱਖ ਬੁੱਝੈ ਤਿੰਨ ਕਰਮ ਮਹਾਨ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਚਾਰਜ ਨੇ ਸਕਾਮੀ ਨਿਸ਼ਕਾਮੀ ਉਪਾਸ਼ਕ ਤੇ ਬ੍ਰਹਮ ਗਿਆਨੀ ਇਹ ਚਾਰਾਂ ਦਾ ਮਹਾਰਾਜ ਨੇ ਸਾਰਾ ਨਿਰਣਾ ਦੱਸ ਦਿੱਤਾ ਵੀ ਇਹਨਾਂ ਦੇ ਕਰਮਾਂ ਦਾ ਕੀ ਹਿਸਾਬ ਕਿਤਾਬ ਹੈ ਤੇ ਫੇਰ ਹੁਣ ਸਿੱਖ ਮਹਾਰਾਜ ਨੂੰ ਪੁੱਛਦੇ ਹਨ ਕਹਿੰਦੇ ਕਿਸ ਭੋਗੇ ਬਿਨ ਹੋਵਤ ਹਨ ਨੇ ਕਹਿੰਦੇ ਵੀ ਮਹਾਰਾਜ ਕਿਹੜੇ ਉਹ ਕਰਮ ਨੇ ਕਿਵੇਂ ਅਸੀਂ ਤਾਂ ਸੁਣਿਆ ਵੀ ਸਾਰੇ ਕਰਮ ਜਿਹੜੇ ਨੇ ਜਦੋਂ ਆਪਾਂ ਕਰਦੇ ਆਪਾਂ ਨੂੰ ਭੁਗਤਨੇ ਹੀ ਪੈਂਦੇ ਨੇ ਕੋਈ ਇਸ ਜਿਹਾ ਵੀ ਕਰਮ ਹੈਗਾ ਜਿਹੜੇ ਕਰਕੇ ਫਿਰ ਭੁਗਤਨੇ ਨਹੀਂ ਪੈਂਦੇ ਉਹ ਵੀ ਹੈਗਾ ਕੋਈ ਹਾਂਜੀ ਗੁਰੂ ਕਹਿਓ ਸੇਵਕ ਲੇਪੁਨ ਦੇਖੋ ਕਹਿੰਦੇ ਹੁਣ ਉਹਦਾ ਜਵਾਬ ਗੁਰੂ ਅਰਜਨ ਦੇਵ ਜੀ ਦੇ ਰਹੇ ਨੇ ਮਹਾਰਾਜ ਕਹਿੰਦੇ ਤਿਮ ਕਰਮ ਮਹਾਨੇ ਕਹਿੰਦੇ ਓਹ ਕਰਕੇ ਜਿਹੜਾ ਅਹ ਕਹਿੰਦੇ ਜਿਹਦੇ ਵੀ ਪਹਿਲਾਂ ਸਵਾਲ ਸਮਝ ਲਏ ਹਨ ਸਿੱਖ ਕਹਿੰਦੇ ਤਿੰਨ ਕਰਮ ਮਹਾਨੇ ਕਹਿੰਦੇ ਜਿਨ੍ਹਾਂ ਦੇ ਕਰਮ ਮਹਾਨ ਨੇ ਕਹਿੰਦੇ ਬਿਨ ਭੋਗੇ ਉਹਨਾਂ ਨੂੰ ਭੋਗਣਾ ਨਹੀਂ ਪੈਂਦਾ ਤੇ ਉਹ ਇਸ ਤਰ੍ਹਾਂ ਹੀ ਮਿੱਟ ਜਾਂਦੇ ਨੇ ਨਲਿਫਾਈਡ ਹੋ ਜਾਂਦੇ ਨੇ ਕੁਝ ਉਹਨਾਂ ਦਾ ਫਲ ਨਹੀਂ ਲੱਗਦਾ ਤਾਂ ਉਹਦੇ ਬਾਰੇ ਗੁਰ ਆਜੰਦੇ ਕਹਿੰਦੇ ਇਹ ਕਹਿੰਦੇ ਦੇਖੋ ਸੇਵਕ ਲੈ ਪੁੰਨ ਸੇਵਕ ਜਿਹੜੇ ਨੇ ਉਹ ਪੁੰਨ ਲੰਦੇ ਨੇ ਕਿਵੇਂ ਨਿੰਦਕ ਆਗਲੇ ਜੇ ਦੁਖ ਜਾਨਾ ਤੇ ਜਿਹੜੇ ਪਾਪੀ ਨੇ ਉਹ ਨਿੰਦਕ ਜਿਹੜੇ ਲੋਕ ਹੁੰਦੇ ਨੇ ਕਹਿੰਦੇ ਨਿੰਦਕ ਅਗਲੇ ਕੀ ਹੁੰਦਾ ਹੈ ਨਾ ਹੁਣ ਜਿਵੇਂ ਇੱਕ ਗੁਰਸਿੱਖ ਹੈ ਉਹ ਗੁਰ ਸਿੱਖ ਜਿਹੜਾ ਹੈ ਜਾਂ ਕੋਈ ਜਿਹੜਾ ਹਨ ਉਹ ਬਿਲਕੁਲ ਜਿਹੜਾ ਹਨ ਮਹਾਰਾਜ ਦੇ ਰਸਤੇ ਤੇ ਤੁਰਦਾ ਹੈ ਜਾਂ ਕੋਸ਼ਿਸ਼ ਕਰਦਾ ਤੁਰਦਾ ਹੈ ਨਿਤਨੇਮ ਕਰਦਾ ਹੈ ਜੋ ਮਾਰਾ ਕਹਿੰਦੇ ਕਰਦਾ ਹੈ ਕਈ ਲੋਕ ਉਹਦੀ ਨਿੰਦਿਆ ਕਰਦੇ ਨੇ ਕਰਦੇ ਆ ਨਾ ਚੰਗਿਆਂ ਦੀ ਵੀ ਕਰਦੇ ਮਾੜਿਆਂ ਦੀ ਵੀ ਕਰਦੇ ਸਾਰਿਆਂ ਦੀ ਤੇ ਹੁੰਦੀ ਆ ਤੇ ਜਦੋਂ ਉਹਦੀ ਨਿੰਦਿਆ ਕੋਈ ਕਰਦਾ ਹੈ ਨਾ ਉਹਦੇ ਦੁੱਖ ਜਿਹੜੇ ਉਹਦੇ ਪਾਪ ਹੁੰਦੇ ਨਾ ਇਹ ਲੈ ਜਾਂਦੇ ਨੇ ਨਿੰਦਕ ਲੋਕ ਉਹਨਾਂ ਦੇ ਹਿਸਾਬ ਚ ਮਹਾਰਾਜ ਪਾ ਦੁੰਦੇ ਨੇ ਫੇਰ ਜਿੰਨੇ ਵੀ ਉਹਨਾਂ ਦੇ ਹੁੰਦੇ ਨਾ ਕਰਮ ਜੇ ਕਿਤੇ ਨਾ ਇੱਕ ਦੋ ਕਰਮ ਠੀਕ ਬਣਾ ਹੋਣ ਉਹ ਚੱਕ ਕੇ ਉਹ ਨਿੰਦਕਾਂ ਦੇ account 'ਚ ਆ ਜਾਂਦੇ ਨੇ ਸੋ ਉਹਨਾਂ ਨੂੰ ਨਹੀਂ ਭੁਗਤਨੇ ਪੈਂਦੇ ਸੋ ਉਹਨਾਂ ਦੀ ਨਿੰਦਿਆ ਕਰਨ ਵਾਲੇ ਚੁੱਕੇ ਲੈ ਜਾਂਦੇ ਨੇ ਤਾਂ ਹੀ ਤਾਂ ਮਾਰੇ ਕਹਿੰਦੇ ਨਾ ਸੁਗਣ ਸਾਹਿਬ ਜੀ ਸੰਤ ਕੇ ਸੰਦ ਕੀ ਨਿੰਦਾ ਦੋਖ ਮੈਂ ਦੋਖ ਨਾ ਜਿਹੜਾ ਹੰ ਫੇਰ ਸੰਤਨ ਕੇ ਦੁਖਣ ਨਰਕ ਮੈਂ ਪਾਏ ਸੰਤਾਂ ਦੇ ਜਿਹੜੇ ਨਿੰਦਕ ਲੋਕ ਨੇ ਉਹਨਾਂ ਨੂੰ ਨਰਕ ਮਿਲਦੇ ਨੇ ਕਿਉਂ ਕਿਉਂਕਿ ਉਹ ਸਾਰਾ ਉਹਦੀ ਪੰਡ ਚੱਕ ਕੇ ਆਪਣੇ ਸਿਰ ਤੇ ਲੈ ਲੈਂਦੇ ਨੇ ਸੋ ਉਹਨਾਂ ਦੇ ਹਿੱਸੇ ਆ ਜਾਂਦੇ ਨੇ ਉਹਨਾਂ ਦੇ ਜਿਹੜੇ ਪਾਪ ਨੇ ਸੋ ਇਸ ਕਰਕੇ ਫਿਰ ਬ੍ਰਹਮ ਗਿਆਨੀ ਨਿਰਲੇਪ ਸਦੇ ਹਾਂ ਕਹਿੰਦੇ ਬ੍ਰਹਮ ਗਿਆਨੀ ਸਦਾ ਹੀ ਨਿਰਲੇਪ ਹੈ ਨਾ ਬ੍ਰਹਮ ਗਿਆਨੀ ਅੰਟਚੇਬਲ ਹੈ ਉਹਨੂੰ ਕੋਈ ਚੀਜ਼ ਟੱਚ ਨਹੀਂ ਕਰ ਸਕਦੀ ਹਾਂਜੀ ਸੋ ਹੁਣ ਤੁਸੀਂ ਦੇਖੋਗੇ ਨਾ ਕਹਿੰਦੇ ਜੇ ਆਪਾਂ ਕਿਸੇ ਦੀ ਨਿੰਦਿਆ ਕਰਦੇ ਆ ਨਾ ਆਪਾਂ ਨੂੰ ਉਹਦੇ ਦੁੱਖ ਮਿਲ ਜਾਂਦੇ ਨੇ ਉਹਦੇ ਪਾਪ ਆਪਣੇ ਸਿਰ ਤੇ ਲੈਂਦੇ ਬਿਕੋਜ਼ ਓਨਲੀ ਇਸ ਕਮੀ ਨੇ ਉਹ ਉਹ ਅਟੈਚਮੈਂਟ ਕੋਈ ਕਰਮ ਨੀ ਰੱਖਦੇ ਨਾ ਚੰਗੇ ਨਾ ਰੱਖਦੇ ਨਾ ਮਾੜੇ ਨਾ ਰੱਖਦੇ ਨੇ ਪਰ ਜਿਹੜਾ ਬੰਦਾ ਉਹਨਾਂ ਨੂੰ ਸਮਝ ਲੈਂਦਾ ਉਹਨਾਂ ਦੀ ਸੇਵਾ ਕਰਦਾ ਉਹ ਉਹਨਾਂ ਦੇ ਪੁੰਨ ਲੈ ਜਾਂਦਾ ਕਿਉਂਕਿ ਉਹ ਬ੍ਰਹਮ ਗਿਆਨੀ ਤਾਂ ਕੁਝ ਨਹੀਂ ਚਾਹੀਦਾ ਇਸਨੋ ਲਾਈਕ ਇਟਸ ਐਕਸਟਰਾ ਮਨੀ ਆਮ ਜਸ ਗ੍ਰੋਇੰਗ ਸਰਦਤੇ ਜਿਹਨੇ ਚੱਕਨੇ ਚੱਕ ਲੋ ਨਹੀਂ ਚੱਕਨੇ ਨਾ ਚੱਕੋ ਇਹ ਸਭ ਟੂ ਯੂ ਯੂ ਨੋ ਇਟਸ ਜਸਟ ਲਾਈਕ ਦੈਟ ਸੋ ਸਿੰਪਲ ਸੋ ਇੱਥੇ ਜਿਹੜਾ ਹੈ ਕਹਿੰਦੇ ਬ੍ਰਹਮ ਗਿਆਨੀ ਸਦਾ ਜਿਹੜਾ ਹਨ ਹੁਣ ਆਪਣਾ ਆਉਂਦਾ ਹੈ ਨਾ ਸੁਪਰੀਮ ਸਾਬ ਜੀ ਬ੍ਰਹਮ ਗਿਆਨੀ ਸਦਾ ਨੀਲੇਪ ਜੈਸੇ ਜਲਮੇ ਕਮਲ ਅਲੇਪ ਜਿਵੇਂ ਕਮਲ ਫੁੱਲ ਪਾਣੀ ਦੇ ਉੱਤੇ ਨਰਲੇਪ ਹੈ ਕਹਿੰਦੇ ਬ੍ਰਹਮ ਗਿਆਨੀ ਦੁਨੀਆਂ 'ਚ ਰਹਿੰਦਾ ਹੈ ਉਹਨੂੰ ਕੋਈ ਪਾਪ ਉਹ ਨਹੀਂ ਲੱਗਦਾ ਉਹ ਨਿਰਲੇਪ ਰਹਿੰਦਾ ਹੈ ਕਿਉਂਕਿ ਉਹਨੇ ਜਾਣ ਲਿਆ ਕਿ ਕਿਉਂ ਐਸਾ ਹੁੰਦਾ ਉਹ ਵੀ ਦੱਸਦੇ ਨੇ ਮਹਾਰਾਜ ਨਹਿ ਫਲ ਕਰਮ ਤਿਨਹੋ ਕੋ ਥੀ ਆਹ ਕਹਿੰ ਲੱਗੇ ਕਿਦੇ ਵੀ ਨਹਿ ਫਲ ਕਰਮ ਤਿਨੋ ਕੋ ਥੀ ਕਹਿੰਦੇ ਉਹਨਾਂ ਦਾ ਕਰਮ ਦਾ ਫਲ ਹੁੰਦਾ ਹੀ ਨਹੀਂ ਬਿਕੋਜ਼ ਉਹਨਾਂ ਦੀ ਇੱਛਾ ਖਤਮ ਹੋ ਗਈ ਤੇ ਬ੍ਰਹਮ ਗਿਆਨੀ ਨੇ ਸਾਰਿਆਂ ਵਿੱਚ ਪਰਮਾਤਮਾ ਦੇਖ ਲਿਆ ਹੁਣ ਉਹਦਾ ਕਰਮ ਕੀ ਹੋਗਾ ਜੀ ਉਹਨੇ ਆਪਣੇ ਵਿੱਚ ਵੀ ਪਰਮਾਤਮਾ ਦੇਖਿਆ 12ਵੀਂ ਪਰ ਪ੍ਰਮਾਤਮਾ ਦੇਖ ਲਿਆ ਸਾਰਿਆਂ ਵਿੱਚ ਉਹ ਗੱਲ ਜਿਹੜੀ ਹੈ ਇੱਕ ਬਣ ਗਈ ਉਹ ਦੋ ਗੱਲਾਂ ਨਹੀਂ ਰਹੀਆਂ ਕਿ ਮੈਂ ਹੋ ਰਾਂ ਰੱਬ ਹੋ ਰਿਹਾ ਹੈ ਪ੍ਰਮਾਤਮਾ ਹੋ ਰਿਹਾ ਇਹ ਹੋ ਰਿਹਾ ਸਭ ਮੁੱਕ ਗਿਆ एवरीथिंग ਬਿਕਮਸ ਇਕੁਅਲ ਸੋ ਇਸ ਕਰਕੇ ਕੀ ਹੁੰਦਾ ਹੈ ਕਹਿੰਦੇ ਨਹਿਫਲ ਹੋ ਜਾਂਦਾ ਸਾਰੇ ਕਰਮ ਬਿਕਮਸ ਨਲਿਫਾਈਡ ਫਿਰ ਐਸੇ ਸੁਣ ਕੇ ਗੁਰ ਕੇ ਬੈਂ ਐਸੇ ਗੁਰੂ ਦੇ ਬਚਨ ਸੁਣ ਕੇ ਇਹ ਛੇ ਸਿੱਖਾਂ ਨੇ ਫਿਰ ਸਿੱਖਣ ਪਾਏ ਹਿਰਦੈ ਚੈਨ ਉਹਨਾਂ ਨੂੰ ਆਪਣੇ ਹਿਰਦੇ 'ਚ ਚੈਨ ਮਿਲ ਗਈ ਵੀ ਉਹਨਾਂ ਨੂੰ ਅਨਸਰ ਮਿਲ ਗਿਆ ਦੇਖੋ ਇਹ ਚੀਜ਼ ਜਿਹੜੀ ਹੈ ਆਪਾਂ ਹੁਣ ਤੁਸੀਂ ਸੁਣੀ ਹੈ ਤੁਹਾਨੂੰ ਲੱਗੂਗਾ ਕਾਫੀ ਕੰਪਲਿਕੇਟਿਡ ਹੈ ਬਟ ਇਨ ਅ ਵੈਰੀ ਸਿੰਪਲ ਟਰਮਸ ਇੱਕ ਗੱਲ ਹੈ ਕਿ ਕਰਮ ਜਿਹੜਾ ਆਪਾਂ ਕਰਦੇ ਇਹਨਾਂ ਦਾ ਫਲ ਹੁੰਦਾ ਹੈ ਬਟ ਉਹ ਫਲ ਜਿਹੜਾ ਹੈ ਇਟ ਇਸ অল ਡਿਪੈਂਡੈਂਟ ਔਨ ਹੂ ਯੂ ਆਰ ਆਰ ਯੂ ਸਕਾਮੀ ਆਰ ਯੂ ਨਿਸ਼ਕਾਮੀ ਆਰ ਯੂ ਉਪਾਸ਼ਕ ਆਰ ਯੂ ਬ੍ਰਮਗਣੀ ਸੋ ਇਟ ਡਿਪੈਂਡਸ ਔਨ 올 ਥੀਸ ਫੋਰth ਕੈਟਗਰੀਜ਼ ਐਂਡ ਦੈਨ ਦੈਟ ਇਜ਼ ਹਾਊ ਦਾ ਕਰਮ ਵਿਲ ਬੀ ਡੈਲਟ ਵੀਸ ਉਹਨਾਂ ਦਾ ਜਿਹੜਾ ਉਹ ਕਰਮਾਂ ਦਾ ਉਵੇਂ ਹਿਸਾਬ ਕਿਤਾਬ ਹੋਣਾ ਜਿਹੜੀ ਅਵਸਥਾ ਵਿੱਚ ਤੁਸੀਂ ਬੈਠੇ ਹੋ ਬੈਠੇ ਸੋ ਨਾਉ ਜਿਹੜੀ ਗੱਲ ਹੈ ਕਿ ਕਰਮ ਕਰਨ ਤੋਂ ਆਪਾਂ ਹਟ ਨਹੀਂ ਸਕਦੇ ਬਾਜ ਆਪਾਂ ਸਾਕਾਮੀ ਤੋਂ ਨਿਸ਼ਕਾਮੀ ਬਣ ਸਕਦੇ ਨਿਸ਼ਕਾਮੀ ਤੋਂ ਆਪਾਂ ਉਪਾਸ਼ਕ ਬਣ ਸਕਦੇ ਉਪਾਸ਼ਕ ਤੋਂ ਬ੍ਰਹਮ ਗਿਆਨੀ ਇਹ ਸਭ ਜਿਹੜਾ ਸਾਈਕਲ ਹੈ ਇਸ ਸਪਿਰਚੁਅਲ ਦਾ ਐਡਵਾਂਸਮੈਂਟ ਹੈ ਜਿਹੜਾ ਆਪਣੇ ਅੰਦਰ ਗੁਰੂ ਮਹਾਰਾਜ ਕਿਰਪਾ ਕਰੇ ਆਗੇ ਦੱਸ ਆਲ ਇਨ ਮੇਕਸ ਡਿਫਰੈਂਸ ਹੁਣ ਅਗਲੇ ਸਿੱਖਾਂ ਦੀ ਸਾਕੀ ਆਉਂਦੀ ਹੈ ਮਿਸ਼ਨੋ ਹੋ ਤੋ ਵੀ ਬੜਾ ਜੋਏ ਕਹਿੰਦੇ ਇੱਕ ਭਾਈ ਵਿਸ਼ਨੂ ਜੀ ਸੀਗਾ ਉਹ ਉਹਦਾ ਜਿਹੜੀ ਜਾਂਚੀ ਬਿਬੜਾ ਬਿਬੜਾ ਸੀਗਾ ਉਹ ਸੁੰਦਰ ਮਾਛੇ ਮਿਲ ਕਰ ਦੋਏ ਤੇ ਦੂਜਾ ਸਿੱਖ ਭਾਈ ਸੁੰਦਰ ਜੀ ਜਿਹੜਾ ਮਾਛੀ ਸੀਗਾ ਉਹਦੀ ਜਾਤ ਮਾਛੀ ਹੈ ਸ੍ਰੀ ਅਰਜਨ ਕੇ ਸ਼ਰਨੀ ਆਏ ਉਹ ਦੋਨੋਂ ਸਿੱਖ ਚੱਲ ਕੇ ਗੁਰੂ ਅਰਜਨ ਦੇਵ ਜੀ ਕੋਲ ਆਏ ਹੋਏ ਦੀਨ ਚਰਨੀ ਲਪਟਾਏ ਹੋਏ ਦੀਨ ਹੋ ਕੇ ਬੜੇ ਗਰੀਬ ਨਿਮਰਤਾ ਵਿੱਚ ਆ ਕੇ ਉਹਨਾਂ ਨੇ ਬੇਨਤੀ ਕੀਤੀ ਮੱਥਾ ਟੇਕਿਆ ਕਹੋ ਕੇ ਹਮਰੋ ਕਰੋ ਉਧਾਰਾ ਮਹਾਰਾਜ ਨੂੰ ਮਹਾਰਾਜ ਦੇ ਚਰਨ ਪਕੜ ਕੇ ਨਾ ਕਹਿੰਦੇ ਮਹਾਰਾਜ ਸਾਡਾ ਉਧਾਰ ਕਰ ਦੋ ਸਾਨੂੰ ਮੁਕਤ ਕਰ ਦੋ ਤਨੋ ਲਿਬਰੇਸ਼ਨ ਦੇ ਦਿਓ ਜੀ ਕਹ ਕਹ ਤੁਮਰੋ ਸੁਜਾਸ ਉਤਾਰਾ ਮਹਾਰਾਜ ਜਿਹੜਾ ਹਣ ਜਿੱਥੇ ਕਿਤੇ ਵੀ ਅਸੀਂ ਸੁਣਿਆ ਸਾਰੇ ਤੁਹਾਡਾ ਜਸ ਕਰਦੇ ਨੇ ਪਾਤਸ਼ਾਹ ਜੀ ਸਾਡ ਨੂੰ ਹੀ ਮੁਕਤ ਕਰ ਦਿਓ ਕਿਰਪਾ ਕਰੋ ਇਹ ਬੇਨਤੀ ਕੀਤੀ ਸੇਰੀ ਮੁਕਤੇ ਫਰਮਾਵਨ ਕੀ ਉਸ ਵੇਲੇ ਮਹਾਰਾਜ ਨੇ ਜਿਹੜਾ ਹਣ ਉਹਨਾਂ ਦੀ ਬੇਨਤੀ ਸੁਣ ਕੇ ਮਹਾਰਾਜ ਨੇ ਵਚਨ ਕੀਤਾ ਸੇਵਾ ਕਰੋ ਹੋਏ ਮਨ ਦੀ ਮਹਾਰਾਜ ਕਹਿੰਦੇ ਸੇਵਾ ਕਰਿਆ ਕਰੋ ਮਹਾਰਾਜ ਕਹਿੰਦੇ ਥੋੜੇ ਕੰਮ ਕੀਆ ਤੁਸੀਂ ਸੇਵਾ ਕਰੋ ਬਸ ਸੇਵਾ ਕਰਨੀ ਹੈ ਮਹਾਰਾਜ ਨੇ ਇਹੀ ਉਪਦੇਸ਼ ਦਿੱਤਾ ਸੁੰਦਰਬਨ ਤੇ ਕਾਸਤ ਆਣ ਹੁਣ ਇਹ ਵਿਸ਼ਨੂੰ ਤੇ ਇਸ ਭਾਈ ਸੁੰਦਰ ਜੀ ਦੋਵੇਂ ਹੁਣ ਸੇਵਾ ਕਰਨ ਲੱਗ ਪਏ ਵਿਸ਼ਨੂੰ ਨੇ ਕੀ ਕੀਤਾ ਜਿਹਾ ਭਾਈ ਸੁੰਦਰ ਜਿਹੜਾ ਸੀਗਾ ਇਹਨਾਂ ਨੇ ਲੱਕੜਾਂ ਲੈ ਕੇ ਆਉਣੀਆਂ ਜੰਗਲ ਦੇ ਵਿੱਚੋਂ ਮਤਲਬ ਕਿ ਪਾਣੀ ਗਰਮ ਕਰਨ ਵਾਸਤੇ ਇਸ਼ਨਾਨ ਵਾਸਤੇ ਪਲਸ ਜਿਹੜਾ ਲੰਗਰਾਂ ਵਾਸਤੇ ਸੋ ਇਹਨੇ ਲੱਕੜਾ ਲਿਆਉਣੀਆਂ ਜੀ ਜਲ ਲਿਆ ਵਹ ਭਰ ਦੇਕ ਸਥਾਨ ਫਿਰ ਇਹਨੇ ਵੇਲੇ ਟਾਈਮ ਪਾਣੀ ਵੀ ਭਰ ਕੇ ਲਿਆਉਣਾ ਖੂਹ ਚੋਂ ਪਾਣੀ ਭਰ ਕੇ ਦੇਗਿਆਂ ਵਿੱਚ ਪਾਉਣਾ ਪੀਣ ਵਾਸਤੇ ਤੇ ਨਹਾਉਣ ਵਾਸਤੇ ਬਿਸ਼ਨੂ ਪਿਛਲੇ ਨਿਸ ਪਹਿ ਜਾਗਾ ਇਹ ਭਾਈ ਬਿਸ਼ਨੂ ਜਿਹੜਾ ਸੀਗਾ ਉਹ ਅੰਮ੍ਰਿਤ ਵੇਲੇ ਜਿਹੜਾ ਸੰਗਤਾਂ ਦੇ ਉੱਠਣ ਤੋਂ ਪਹਿਲਾਂ ਉੱਠ ਕੇ ਉਹਨੇ ਸੇਵਾ ਕਰਨੀ ਉੱਠ ਸੇਕਨ ਕੀ ਸੇਵਾ ਲੱਗਾ ਉਹ ਸਾਰੀ ਕਲਕਾ ਦੀ ਸੇਵਾ ਕਰਦਾ ਸੀ ਜਿਹਨੂੰ ਸਾਬਣ ਦੀ ਲੋੜ ਆ ਜਿਹਨੂੰ ਆਣੀ ਦੀ ਲੋੜਾ ਜਿਹਨੂੰ ਪਰਨੇ ਦੀ ਲੋੜਾ ਉਹ ਸਾਰਾ ਉਹ ਪੂਰਾ ਕਰਦਾ ਸੀ ਉਹ ਜਿਹੜਾ ਕੋਆਰਡੀਨੇਟ ਕਰਦਾ ਸੀ ਸਾਰਿਆਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਨੇ ਉਹ ਮਿਲਦੀ ਸੀ ਦੇਖੋ ਅੱਜ ਤਾਂ ਆਪਾਂ ਬਹੁਤ ਲੱਕੀ ਆ ਨਾ ਆਪਣੇ ਕੋ ਬਣੇ ਹੋਏ ਨੇ ਬਾਥਰੂਮ ਸਾਰੇ ਘਰੇ ਅੱਗੇ ਖੁੱਲਾ ਕੰਮ ਸੀਗਾ ਸੋ ਉਹ ਸਾਰਾ ਪ੍ਰਬੰਧ ਹਰ ਰੋਜ਼ ਕਰਨਾ ਪੈਂਦਾ ਸੀਗਾ ਸੋ ਪਰ ਇਹ ਜਿਹੜਾ ਸਿਪਾਈ ਜਿਹੜਾ ਸੀ ਆਪਈ ਵਿਸ਼ਨੂੰ ਇਹ ਕਰਦਾ ਹੁੰਦਾ ਸੀ ਜੀ ਕਰਵਾਵੇਂ ਚਲ ਤਪਤ ਸਨਾ ਦੇਖੋ ਉਹ ਜਲ ਮੰਗਵਾ ਕੇ ਤੱਤਾ ਜਾਂ ਗਰਮ ਕਰਕੇ ਸੰਗਤਾਂ ਨੂੰ ਇਸ਼ਨਾਨ ਕਰਾਉਂਦਾ ਸੀ ਅਗ ਕੀ ਮੈਲ ਕਰੈ ਸਭ ਹਾਂ ਦੇਖੋ ਕਹਿੰਦੇ ਬਗ ਕੀ ਮੈਲ ਕਹਿੰਦੇ ਜਿਹੜਾ ਸੰਗਤਾਂ ਦੇ ਚਰਨ ਜਿਹੜੇ ਹਨ ਉਹ ਧੋ ਕੇ ਉਹ ਆਪ ਹੱਥੀਂ ਧੋਂਦਾ ਹੁੰਦਾ ਸੀ ਸੰਗਤਾਂ ਦੇ ਚਰਨ ਜਦੋਂ ਉਹਨਾਂ ਨੇ ਦਰਬਾਰ ਸਾਹਿਬ 'ਚ ਜਾਣਾ ਹੈ ਗੁਰ ਉਪਦੇਸ਼ ਸੁਨਿਓ ਮਨ ਲਾਏ ਤੇ ਹਰ ਰੋਜ਼ ਬੈ ਕੇ ਉਹਨੇ ਗੁਰੂ ਦਾ ਉਪਦੇਸ਼ ਸੁਣਨਾ ਲਾਗੇ ਸੇਵ ਕਰਨ ਉਹਨਾਂ ਨੇ ਬਹੁਤ ਸੇਵਾ ਕੀਤੀ ਜੀ ਹਰ ਰੋਜ਼ ਬੜੀ ਲਗਨ ਨਾਲ ਸੇਵਾ ਕੀਤੀ ਕਨਸਿਸਟੈਂਟਲੀ ਆਪਤ ਅੰਤ ਸਮੇ ਕਲਿਆਣ ਉਹਨਾਂ ਨੂੰ ਅੰਤ ਦੇ ਸਮੇ ਕਲਿਆਣ ਉਹਨਾਂ ਦੀ ਮੁਕਤੀ ਹੋ ਗਈ ਜੀ ਭਾਈ ਸੁੰਦਰ ਜੀ ਤੇ ਭਾਈ ਵਿਸ਼ਨੂ ਦੀ ਜਨਮ ਮਰਨ ਕੇ ਬੰਧਨ ਹਾਂ ਉਹਨਾਂ ਦੇ ਜਨਮ ਤੇ ਮਰਨ ਦੇ ਬੰਧਨ ਕੱਟੇ ਗਏ ਸੋ ਉਹ ਜਨਮ ਮਰਨ ਦੇ ਗੇੜ ਤੋਂ ਬਚ ਕੇ ਉਹ ਮੁਕਤ ਹੋ ਗਏ ਜੀ ਜੱਟੂ ਭਾਨੂੰ ਤ੍ਰਿਤੀਏ ਨਿਹਾਲੂ ਓਕੇ ਹੁਣ ਤਿੰਨ ਹੋਰ ਗੁਰਸਿੱਖਾਂ ਦੀ ਆਉਂਦੀ ਹੈ ਚਾਰ ਗੁਰਸਿੱਖਾਂ ਦੀ ਹੁਣ ਕਹਿੰਦੇ ਇਹ ਗੁਰਸਿੱਖ ਜਿਹੜੇ ਸਨ ਭਾਈ ਜੱਟੂ ਜੀ ਭਾਈ ਭਾਨੂੰ ਜੀ ਤੇ ਤ੍ਰਿਤੀਆ ਤੀਜੇ ਸੇ ਪਾਈ ਨਿਹਾਲੂ ਜੀ ਫਿਰ ਅੱਗੇ ਚੌਥਰਤ ਆਏ ਤੀਰਥਾ ਨਾਲੂ ਫੇ ਪਾਈ ਤੀਰਥਾ ਜੀ ਚੌਥੇ ਸਨ ਸੋ ਇਹ ਚਾਰ ਗੁਰਸਿੱਖ ਸਨ ਭਾਈ ਜੱਗੂ ਭਾਈ ਜੱਟੂ ਜੀ ਭਾਈ ਭਾਨੂੰ ਜੀ ਭਾਈ ਨਿਹਾਲੂ ਜੀ ਤੇ ਪਾਈ ਤੀਰਥਾ ਜੀ ਇਹ ਚਾਰ ਸਿੱਖ ਆਏ ਜੀ ਚਲ ਆਏ ਗੁਰਕੇ ਦਰਬਾਰੋ ਉਹ ਚਲ ਕੇ ਆ ਗਏ ਜੀ ਗੁਰੂ ਦੇ ਦਰਬਾਰ ਗੁਰੂ ਅਰਜਨ ਦੇਵ ਜੀ ਕੋਲ ਧੰਮ ਕਰੀ ਗੁਰੂ ਅਰਜਨ ਪਾ ਉਹਨਾਂ ਨੇ ਆ ਕੇ ਨਮਸਕਾਰ ਕੀਤੀ ਗੁਰੂ ਅਰਜਨ ਦੇਵ ਜੀ ਨੂੰ ਹੱਥ ਜੋਰ ਬੋਲੇ ਅਰਦਾਸ ਉਹਨਾਂ ਨੇ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ ਅਰਦਾਸ ਕੀਤੀ ਕੀ ਕਿਹਾ ਜੀ ਸ੍ਰੀ ਗੁਰੂ ਸ਼ੋਭ ਬਚਨ ਤੁਹਾਰੇ ਹੁਣ ਦੇਖੋ ਇਹ ਨਾਲ ਬਹੁਤ ਇੰਟੈਲੀਜੈਂਟ ਕੁਐਸਚਨ ਹੈ ਉਹਨਾਂ ਨੇ ਥੋੜਾ ਜਿਹਾ ਗੌਰ ਨਾਲ ਸਮਝੋ ਕਹਿੰਦੇ ਸ੍ਰੀ ਗੁਰੂ ਸ਼ੋਭ ਬਚਨ ਤੁਹਾਰੇ ਸਿੱਖ ਕਹਿੰਦੇ ਹੱਥ ਜੁੜ ਕੇ ਮਹਾਰਾਜ ਨੂੰ ਮਹਾਰਾਜ ਅਸੀਂ ਤੁਹਾਨੂੰ ਤੁਹਾਡੇ ਬਚਨ ਸੁਣਾ ਰਹੇ ਹਾਂ ਇਹ ਤੁਹਾਡੇ ਬਚਨ ਨੇ ਗੁਰਬਾਣੀ ਦੇ ਵਿੱਚ ਬਹੁ ਬਿਦਕੇ ਹਮ ਅਰਥ ਵਿਚਾਰੇ ਅਸੀਂ ਨਾ ਇਹ ਸ਼ਬਦ ਪੜ੍ਹ ਕੇ ਅਸੀਂ ਬਹੁਤ ਤਰ੍ਹਾਂ ਦੇ ਇਹਨਾਂ ਦੇ ਅਰਥ ਕੱਢਦੇ ਹਾਂ ਆਪਣੇ ਹਿਸਾਬ ਨਾਲ ਜਿਵੇਂ ਸਾਨੂੰ ਸਮਝ ਆਉਂਦੀ ਹੈ ਅਸੀਂ ਦੇ ਅਰਥ ਕਰਦੇ ਹਾਂ ਅਸੀਂ ਬਾਣੀ ਨੂੰ ਸਮਝਣਾ ਚਾਹੁੰਦੇ ਹਾਂ ਤੇ ਉਹਦੇ ਅਰਥ ਅਸੀਂ ਬਹੁਤ ਤਰ੍ਹਾਂ ਨਾਲ ਕਰਦੇ ਹਾਂ ਤੇ ਸ਼ਬਦ ਵੀ ਬਹੁਤ ਤਰ੍ਹਾਂ ਦੇ ਹਨ ਕਰੇ ਕਰਾਵੇ ਆਪੇ ਆਪ ਮਾਨੁਖ ਕੇ ਕਿਛ ਨਾਹੀ ਹਾ ਹੁਣ ਇਹ ਜਿਹੜਾ ਜਿਹੜੇ ਇਹ ਦੋ ਜਿਹੜੇ ਹਨ ਸ਼ਬਦ ਨੇ ਇਹਨਾਂ ਦਾ ਸਮਰੀ ਇੱਥੇ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਇਹਨਾਂ ਦਾ ਫੁੱਲ ਵਰਜ਼ਨ ਜਿਹੜਾ ਹੈ ਉਹ ਜਿਹੜਾ ਹਨ ਮਹਾਰਾਜ ਦੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਉਂਦਾ 281 ਅੰਗ ਤੇ ਆਉਂਦਾ ਹੈ ਇਹ ਪਹਿਲਾ ਸ਼ਬਦ ਕੀ ਹੈ ਮਾਰੇ ਰਾਖੇ ਏਕੋ ਆਪ ਮਾਨੁਖ ਕੈ ਕਿਛ ਨਹੀਂ ਹਾ ਇਹ ਸ਼ਬਦ ਹੈ ਹੁਣ ਤੁਸੀਂ ਸਮਝੋ ਹੈ ਇਹ ਸ਼ਬਦੇ ਚ ਕੀ ਹੋ ਰਿਹਾ ਮਾਰਨ ਵਾਲਾ ਰੱਖਣ ਵਾਲਾ ਪਰਮਾਤਮਾ ਹੈ ਮਨੁੱਖਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ ਦੈਟ ਮੀਨਸ ਯੂ ਡੂ ਨਥਿੰਗ एवरीथिंग ਇਜ਼ ਡਨ ਬਾਈ ਹਿਮ ਇਹ ਹੋ ਗਿਆ ਨਾ ਹੁਣ ਜਿਹੜੀ ਦੂਜੀ ਲਾਈਨ ਸੀ ਨਾ ਮਨੁੱਖੇ ਕਿਛ ਨਾ ਹੀ ਹੱਥ ਤੇ ਜਿਹੜਾ ਹਨ ਕਰਨ ਕਰਾਉਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਹੁਣ ਇੱਥੇ ਜਿਹੜਾ ਹੈ ਕਰਨ ਤੇ ਕਰਾਉਣ ਵਾਲਾ ਮੈਨੂੰ ਹੁਣ ਤਾਂ ਉਹ ਜਿਹੜੀ ਚੀਜ਼ ਸੀ ਨਾ ਜਿਵੇਂ ਆਪਾਂ ਕਹੀਏ ਵੀ ਮੇਤੋ ਹੋ ਰਹੀ ਆ ਉਹ ਨਹੀਂ ਹੋ ਰਹੀ ਕਰਨ ਤੇ ਕਰਾਉਣ ਵਾਲਾ ਆਪੇ ਆਪੋ ਆਪੇ ਕਰਦਾ ਹੈ ਫਿਰ ਸਦਾ ਸਦਾ ਨਾਨਕ ਹਰ ਜਾਪ ਵੀ ਉਹਦਾ ਜਾਪ ਕਰੋ ਓਕੇ ਹਾਂ ਤੁਸੀਂ ਸਮਝੋ ਅਗਲੀ ਇੱਕ ਹੋਰ ਹੈ ਜੈ ਸਾਬੀ ਜੈ ਸੋਲੁਣੈ ਕਰਮ ਕਰਮ ਇਹੋ ਖੇਤ ਅਕਿਰਤ ਕਰਾ ਹਰ ਵਿਸਰਿਆ ਜੋਨੀ ਪਰਵੇਂ ਹੁਣ ਇਹ ਆਉਂਦਾ ਸ਼ਬਦ ਜਿਹੜਾ ਹੈ 706 ਅੰਗ ਤੇ 706 ਅੰਗ ਤੇ ਆਉਂਦਾ ਹੈ ਜੈਸਾ ਬੀਜੈ ਸੋਲੁਣੈ ਜੈਸਾ ਕੋਈ ਬੀਜੇਗਾ ਉਹਨੂੰ ਫਲ ਵੀ ਵੈਸਾ ਹੀ ਮਿਲਣਾ ਹੈ ਓਕੇ ਯੂ ਸੋ ਵਾਟ ਯੂ ਰੀਪ ਹੁੰਦਾ ਹੁੰਦਾ ਚਲੋ ਕਹਿੰਦੇ ਯੂ ਰੀਪ ਵਾਟ ਯੂ ਸੋ ਨਾ ਓਕੇ ਚਲੋ ਓਕੇ ਕਰਮਾ ਇਹੋ ਖੇਤ ਕਹਿੰਦੇ ਕਰਮਾ ਦਾ ਇੱਕ ਖੇਤ ਹੈ ਸਾਰਾ ਕਰਮਾ ਦਾ ਇੱਕ ਖੇਤ ਲੱਗਿਆ ਹੋਇਆ ਜਿਹਾ ਕੋਈ ਬੀਜ ਦਾ ਵੈਸਾ ਵੜਦਾ ਹੈ ਅਕਿਰਤਨ ਕਨਾ ਜਿਹੜੇ ਅਕਿਰਤ ਕਰਨੇ ਅਕਿਰਤ ਕੌਣ-ਕੌਣ ਆ ਜਿਹੜਾ ਕੋਈ ਕਿਸੇ ਦਾ ਖਾ ਕੇ ਉਹਦਾ ਹਰਾਮ ਕਰੇ ਉਹਨੂੰ ਅਕਿਰਤ ਕਰਨ ਕਹਿੰਦੇ ਆ ਜਿਹਦਾ ਖਾ ਕੇ ਉਹਦਾ ਹੀ ਬੁਰਾ ਕਰੇ ਸੋ ਕਹਿੰਦੇ ਅਕਿਰਤ ਕਰਨ ਕੌਣ ਨੇ ਜਿਹੜਾ ਰੱਬ ਪਰਮੇਸ਼ਰ ਦਾ ਦਿੱਤਾ ਹੋਇਆ ਖਾ ਕੇ ਰੱਬ ਨੂੰ ਚੇਤੇ ਨਹੀਂ ਕਰਦੇ ਪਰਮਾਤਮਾ ਦਾ ਧੰਨਵਾਦ ਨਹੀਂ ਕਹਿੰਦੇ ਕਹਿੰਦਾ ਮੇਰਾ ਹੀ ਕਮਾਇਆ ਹੋਇਆ ਮੈਂ ਹੀ ਕੀਤਾ ਹੈ ਉਹ ਅਕਿਰਤ ਕਰਨ ਹੈ ਅਕਿਰਤ ਕਾਣਾ ਹਰ ਵਿਸਰਿਆ ਕਹਿੰਦੇ ਜਿਹੜਾ ਅਕਿਰਤ ਕਹਿਣਾ ਉਹਨੂੰ ਰੱਬ ਭੁੱਲ ਜਾਂਦਾ ਹੈ ਉਹਨਾਂ ਦਾ ਕੀ ਹੁੰਦਾ ਹੈ ਕਹਿੰਦੇ ਉਹ ਕਹਿੰਦੇ ਜੋਨੀ ਪਰਮੇਤ ਕਹਿੰਦੇ ਭਰਮ ਦੇ ਫਿਰਦੇ ਨੇ ਫਿਰ ਜੁਨਾ ਦੇ ਵਿੱਚ ਉਹਨਾਂ ਨੂੰ ਜੁਨਾ ਵਿੱਚ 84 ਲੱਖ ਚ ਪਾਇਆ ਜਾਂਦਾ ਹੁਣ ਇੱਥੇ ਤਿੰਨ ਸ਼ਬਦ ਆ ਗਏ ਉਹ ਤਿੰਨ ਸ਼ਬਦ ਪੜ੍ਹ ਕੇ ਸਿੱਖ ਜਿਹੜੇ ਨੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਦੇ ਨੇ ਕੀ ਪੁੱਛਦੇ ਨੇ ਜੀ ਟਾਪੇ ਜੋ ਪ੍ਰਵ ਆਪੇ ਕਰੇ ਕਰਾਵਾ ਉਹ ਦੇਖੋ ਕਹਿੰਦੇ ਜੇ ਪਰਮਾਤਮਾ ਆਪੇ ਕਰਦਾ ਤੇ ਆਪੇ ਕਰਾਉਂਦਾ ਏ ਇੱਕ ਦਿਸ ਨੈਰੀਓ ਆਪਾਂ ਕਹਿੰਦੇ ਕਰਨ ਕਰਾਵਣ ਨਾ ਆਪਾਂ ਕਹਿੰਦੇ ਜੋ ਆਪੇ ਕਰਦਾ ਏ ਆਪੇ ਕਰਾਉਂਦਾ ਏ ਤਾਂ ਫਿਰ ਉਹ ਹਮ ਕਰਾ ਜਥਾ ਮਨ ਭਾਵੇ ਫਿਰ ਅਸੀਂ ਤਾਂ ਆਪਣੀ ਮਨ ਮਰਜ਼ੀ ਕਰੀਏ ਕੁਰੇਗਾ ਐਵਰੀਥਿੰਗ ਹੀ ਡਸ ਵਨ ਆਈ ਕੈਨਟ ਡੂ ਐਨੀਥਿੰਗ ਜੋ ਕਹਿੰਦਾ ਕਰਾਉਂਦਾ ਫਿਰ ਮੈਂ ਆਪਣੀ ਮਨ ਦੀ ਖੁਸ਼ੀ ਕਰਾਂ ਲਾ ਉਹਨੇ ਜੋ ਕਰਦਾ ਕਰਾਉਂਦਾ ਉਹੀ ਕਰਾਉਂਦਾ ਹੈ ਨਾ ਮੈਂ ਥੋੜੋ ਕਰਦਾ ਫਿਰ ਕਿਉਂ ਤਬ ਦੋਸ਼ ਲਗਾ ਇਸ ਪ੍ਰਾਨੀ ਫਿਰ ਕਹਿੰਦੇ ਜੇ ਇਹ ਗੱਲ ਹੈ ਫਿਰ ਸਾਨੂੰ ਦੋਸ਼ ਕਿਉਂ ਲੱਗਦਾ ਪਾਪ ਕਿਉਂ ਲੱਗਦੇ ਨੇ ਫਿਰ ਪਾਪ ਪੁੰਨ ਦੇ ਗੇੜ ਵਿੱਚ ਅਸੀਂ ਕਿਉਂ ਆਨੇ ਅਸੀਂ ਕਿਉਂ ਹਿਸਾਬ ਦੇਈਏ ਪਾਪ ਪੁੰਨ ਦਾ ਜੇ ਕਰਨ ਤੇ ਕਰਾਉਣ ਵਾਲਾ ਉਹੀ ਆਪ ਹੀ ਹੈ ਜੇ ਕਰਮਨ ਫਲ ਭੁਗਤਹਿ ਜਾਣੀ ਆਹ ਕਹਿੰਦੇ ਜੇ ਕਰਮਾਂ ਦਾ ਫਲ ਸਾਨੂੰ ਪਤਾ ਸਾਨੂੰ ਭੁਗਤਣਾ ਪੈਣਾ ਲੈਟਮੀ ਬਿਫੋਰ ਯੂ ਡੂ ਸਮਥਿੰਗ ਬੈਡ ਯੂ نو ਯੂ ਹੈ ਟੂ ਰੀਪੇ ਤਾਨੂੰ ਉਹ ਕਰਮ ਦਾ ਫਲ ਦੇਣਾ ਪੈਣਾ ਤਾਂ ਫਿਰ ਵਿਚਾਰ ਕਰ ਕਰਮ ਕਰੀ ਜਾ ਇਹਦਾ ਸਹੀ ਵਿਚਾਰ ਕੀ ਕੰਮ ਕਰੀਏ ਸੋ ਸਮਝ ਕੇ ਵੀ ਕਰੀਏ ਨਾ ਕਰੀਏ ਕਰੀਏ ਨਾ ਕਰੀਏ ਓਕੇ ਕਕੇ ਸਾਨੂੰ ਪਤਾ ਹੈ ਕੀਤਾ ਇਹਦਾ ਫਲ ਤਾਨੂੰ ਭੁਗਤਣਾ ਪੈਣਾ ਹੈ ਫਿਰ ਸੁਭ ਕੋ ਤਰੈ ਅ ਸੁਭ ਤਜ ਦੀਜੈ ਜੇ ਅਸੀਂ ਚੰਗੇ ਕਰਮ ਕਰੀਏ ਮਾੜੇ ਕਰਮਾਂ ਸਿਛੜ ਦਾਂਗੇ ਕਕੇ ਉਹਦਾ ਸਾਬ ਆਤੀ ਕਰਨਾ ਸਾਡੇ ਅਕਾਊਂਟ 'ਚ ਪੈਣੇ ਨੇ ਉਹ ਚੀਜ਼ ਸਾਡੀ ਇਕਾਂਚੀ ਜਿਹੜੀ ਚੀਜ਼ ਬੋਗੀ ਅਸੀਂ ਉਹਨੂੰ ਡੀਲ ਕਰਨਾ ਨਾ ਬਾਅਦ ਵਿੱਚ ਤਾਂ ਫਿਰ ਅਸੀਂ ਸ਼ੋ ਸਮਝ ਕੇ ਕਰੀਏ ਕਰੀ ਆਪ ਕੀ ਸਗਰੀ ਬਾਣੀ ਦੇਖੋ ਕਹਿੰਦੇ ਇਹ ਸਾਰੀ ਬਾਣੀ ਆਪ ਜੀ ਦੀ ਬਾਣੀ ਹੈ ਗੁਰੂ ਅਰਜਨ ਦੇਵ ਜੀ ਨੇ ਕਿਹਾ ਤੁਸੀਂ ਉਚਾਰੀ ਹੋਈ ਹੈ ਤੁਹਾਡੀ ਬਾਣੀ ਹੈ ਸਾਰੀ ਕਿਸ ਕੋ ਤਰੈ ਸ੍ਰੇ ਲਹਿ ਪ੍ਰਾਨੀ ਹਾਂ ਕਹਿੰਲੀ ਕਿਹੜਾ ਸ਼ਬਦ ਪੜ ਕੇ ਕਿਹੜਾ ਸਿਨੈਰੀਓ ਵਿੱਚ ਸਾਨੂੰ ਮੁਕਤੀ ਮਿਲੇਗੀ ਨਾਊ ਵੀ ਆਰ ਕਨਫਿਊਜ਼ ਉਹਨੇ ਅਸੀ ਕਨਫਿਊਜ਼ ਹੋ ਗਏ ਸਾਨੂੰ ਅਸੀ ਕਿਹੜਾ ਸ਼ਬਦ ਪੜ੍ਹ ਕੇ ਸਾਡੀ ਮੁਕਤੀ ਹੁਣ ਕਿਵੇਂ ਹੋਣੀ ਹੈ ਸ੍ਰੀ ਅਰਜਨ ਤਬ ਉੱਤਰ ਦਇਓ ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਇੱਕ ਕੁਐਸਚਨ ਦਾ ਆਨਸਰ ਦਿੱਤਾ ਕੀ ਕਹਿੰਦੇ ਹਨ ਸ੍ਰੀ ਗ੍ਰੰਥ ਸਾਹਿਬ ਗੁਰ ਕਿਉ ਕਹਿੰ ਲਈਏ ਦੇਖੋ ਗੁਰੂ ਅਰਜਨ ਦੇਵ ਜੀ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹਨ ਆਦਿ ਗ੍ਰੰਥ ਸਾਹਿਬ ਜੀ ਕਹਿੰਦੇ ਗੁਰ ਕਿਉ ਇਹ ਗੁਰੂ ਦਾ ਬਣਾਇਆ ਹੋਇਆ ਇਹ ਇਹ ਗੁਰੂ ਕਿਉ ਕਹਿੰਦੇ ਇਹਨੂੰ ਅਸੀਂ ਇਹਨੂੰ ਗੁਰਤਾ ਗਦੀ ਦੇਣੀ ਆਪਣੇ ਦਸਵੇਂ ਰੂਪ ਤੋਂ ਬਾਅਦ ਤੇ ਇਹੀ ਗੁਰੂ ਆ ਇਹ ਜਿਹੜੀ ਬਾਣੀ ਆ ਇਹੀ ਗੁਰੂ ਨਾਨਕ ਹੈ ਇਹੀ ਆਸੀਂ ਹਾਂ ਇਹੀ ਗਾਣੂ ਸਾਰੇ ਗੁਰੂਆਂ ਦੇ ਇਹੀ ਕੁਝ ਹੁਣਾ ਹੈ ਇਹ ਅਲਟੀਮੇਟਮ ਹੈ ਫਿਰ ਕਾਰਨ ਕਰਨ ਕਰੇ ਕੇਰ ਕਲਿਆਣ ਆਹ ਕਹਿੰਦੇ ਕਾਰਨ ਕਰਨ ਕਾਸ ਐਂਡ ਇਫੈਕਟ ਜਿਹੜਾ ਹੈ ਕਰਨ ਵਾਲਾ ਕਰਾਉਣ ਵਾਲਾ ਕਰਨ ਵਾਲਾ ਕੇਰ ਕਲਿਆਣ ਇਹ ਸਾਰਿਆਂ ਦੀ ਕਲਿਆਣ ਕਰਨ ਵਾਲੇ ਨੇ ਸਾਰਿਆਂ ਨੂੰ ਮੁਕਤੀ ਦੇਣ ਵਾਲੇ ਹਨ ਇਹਨਾਂ ਦੇ ਵਿੱਚ ਕੈਪੇਬਿਲਿਟੀ ਹੈਗੀ ਹੈ ਫਿਰ ਪਠਾ ਕਮਾਵੇ ਸੁਨਹੇ ਸੋ ਜਾ ਜਿਹੜਾ ਕੋਈ ਸ਼ਬਦ ਪੜਦਾ ਤੇ ਕਮਾਉਂਦਾ ਹੈ ਉਹਨੂੰ ਫਲ ਮਿਲਦਾ ਹੈ ਅਧਿਕਾਰਨ ਪਰ ਸ਼ਬਦ ਬਣਾਏ ਹੁਣ ਇਹ ਜਿਹੜਾ ਹਨ ਇਹ ਸ਼ਬਦ ਜਿਹੜੇ ਬਣੇ ਨੇ ਇਹ ਅਧਿਕਾਰੀਆਂ ਦੇ ਹਿਸਾਬ ਨਾਲ ਬਣੇ ਨੇ ਅਧਿਕਾਰੀ ਕੌਣ ਹੁੰਦਾ ਰਾਈਟ ਜਾਂ ਜੂਰੀਡਿਕਸ਼ਨ ਉਹ ਸ਼ਬਦ ਕਿਹੜੇ ਬੰਦੇ ਦੀ ਜੂਰੀਡਿਕਸ਼ਨ ਚ ਆਉਂਦਾ ਹੈ ਹੁਣ ਜਿਵੇਂ ਦੇਖੋ ਨਾ ਆਪਾਂ ਹੁਣ ਅਧਿਕਾਰੀ ਹਾਂ ਮਤਲਬ ਕਿ ਆਪਾਂ ਨੂੰ ਕੈਟੇਗਰੀ ਚ ਰੱਖਿਆ ਜਾਂਦਾ ਆਪਾਂ ਕਿਹਦੇ ਅਧਿਕਾਰ ਚ ਹਾਂ ਜਿਵੇਂ ਅੱਜ ਕਹਿੰਦੇ ਆ ਬੀ ਬੀ 40 ਆ ਬੀ 10 ਆ ਏ ਆ ਉਹ ਕੈਟੇਗਰੀ ਨਹੀਂ ਪੰਜਾਂ ਵਿਆਂ ਇਨਕਮ ਦੇ ਹਿਸਾਬ ਨਾਲ ਹਾਂ ਉਹ ਅਧਿਕਾਰੀ ਹੈ ਉਹ ਬੀ 40 ਦੇ ਅਧਿਕਾਰੀ ਨੇ ਸੋ ਉਹਨਾਂ ਨੂੰ ਗਵਰਨਮੈਂਟ ਹੈਲਪ ਕਰਦੀ ਹੈ ਸੋ ਜਿਹੜੇ ਥੋੜੇ ਜੇ ਮੀਡੀਅਮ ਕਲਾਸ ਵਿੱਚ ਆ ਜਾਂਦੇ ਨੇ ਇਹ ਫਿਰ ਟੈਕਸ ਦਿੰਦੇ ਨੇ ਗਵਰਨਮੈਂਟ ਨੂੰ ਸੋ ਜਿਹੜੇ ਜਿਆਦੇ ਹਾਈ ਕੈਟੇਗਰੀ ਚ ਉਹ ਜਿਆਦੇ ਟੈਕਸ ਦਿੰਦੇ ਨੇ ਗਵਰਨਮੈਂਟ ਨੂੰ ਸੋ ਇਓਂ ਕਰਕੇ ਜਿਵੇਂ ਇਹ ਕੈਟੇਗਰੀਆਂ ਬਣਿਆ ਇਹਨੂੰ ਅਧਿ ਜਾ ਆਪਣਾ ਰਾਈਟ ਹੈ ਹੁਣ ਇੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਰ ਇੱਕ ਬੰਦੇ ਦਾ ਆਪਣਾ ਆਪਣਾ ਰਾਈਟ ਬਣਦਾ ਹੈ ਉਹਦੇ ਅਧਿਕਾਰ ਦੇ ਨਾਲ ਜੈਮੀ ਇਟ ਡਿਪੈਂਡਸ ਔਨ 댓 ਪਰਸਨ ਉਹ ਬੰਦਾ ਕਿਹਦਾ ਹੈ ਕਿਹੜੀ ਕੈਟੇਗਰੀ ਦਾ ਹੈ ਉਹ ਲੋ ਸਪਿਰਚੁਅਲ ਵਾਲਾ ਹੈ ਮੀਡੀਅਮ ਸਪਿਰਚੁਅਲ ਵਾਲਾ ਜਾਂ ਹਾਈ ਸਪਿਰਚੁਅਲ ਲੈਵਲ ਵਾਲਾ ਹੈ ਸੋ ਉਹਦੇ ਵਾਸਤੇ ਡਿਫਰੈਂਟ ਹੈ ਫੇਰ ਜੱਸ ਅਧਿਕਾਰੀ tatha ਕਮਾਏ ਕਿ ਜੈਸਾ ਕੋਈ ਅਧਿਕਾਰੀ ਹੁੰਦਾ ਹੈ ਵੈਸਾ ਹੀ ਉਹ ਕਮਾਉਂਦਾ ਹੈ ਉਹਦੀ ਉਹਦੀ ਮਾਈਂਡ ਸੈਟ ਉਹੋ ਜੀ ਬਣੀ ਹੁੰਦੀ ਹੈ ਸਭ ਅਧਿਕਾਰਨ ਕੇ ਗੁਰ ਸਿੱਖ ਹੈ ਦੇਖੋ ਕਹਿੰਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਗੁਰੂ ਸਾਹਿਬ ਦੀ ਬਾਣੀ ਜਿਹੜਾ ਸਾਰਿਆਂ ਵਾਸਤੇ ਹੈ ਸੋ ਸਾਰੇ ਅਧਿਕਾਰਾਂ ਵਾਸਤੇ ਹੈ ਜਿਹੜਾ ਵੀ ਕੋਈ ਅਧਿਕਾਰੀ ਹੋਗਾ ਉਹਦੇ ਵਾਸਤੇ ਸ਼ਬਦ ਹੈਗਾ ਹੈ ਭਾਵੇਂ ਕੋਈ ਬ੍ਰਹਮ ਗਿਆਨੀ ਉਹ ਬ੍ਰਹਮ ਗਿਆਨੀ ਬਣ ਗਿਆ ਪਰਮਾਤਮਾ ਇੱਕ ਉਹਦੇ ਵਾਸਤੇ ਵੀ ਸ਼ਬਦ ਹੈਗਾ ਹੈ ਜਿਹੜਾ ਕੋਈ ਹਜੇ ਤੱਕ ਤੁਰਿਆ ਨਹੀਂ ਉਹਦੇ ਵਾਸਤੇ ਵੀ ਸ਼ਬਦ ਹੈਗਾ ਹੈ ਸੋ ਇਹ ਸਾਰੇ ਅਧਿਕਾਰੀਆਂ ਵਾਸਤੇ ਹੈ ਗ੍ਰਹਿਣ ਕਰੈ ਜਿਮ ਨਿਜ ਮਤ ਪਿਕ ਹੈ ਦੇਖੋ ਕਹਿੰਦੇ ਇਹਨੂੰ ਫਿਰ ਗ੍ਰਹਿਣ ਜਿਹੜਾ ਕੋਈ ਉਹ ਸ਼ਬਦ ਸੁਣ ਕੇ ਉਹਨੂੰ ਪੜਦਾ ਹੈ ਉਹਨੂੰ ਅਪਣਾਉਂਦਾ ਉਹ ਆਪਣੇ ਅਧਿਕਾਰ ਦੇ ਲੈਵਲ ਤੇ ਉਹਨੂੰ ਅਪਣਾਉਂਦਾ ਹੈ ਉਹਨੂੰ ਉਹਦੀ ਉਹਦੀ ਅੰਡਰਸਟੈਂਡਿੰਗ ਉਹ ਲੈਵਲ ਦੀ ਹੁੰਦੀ ਹੈ ਸੋ ਉਹ ਲੈਵਲ ਤੇ ਆ ਕੇ ਉਹ ਉਹ ਸ਼ਬਦ ਨੂੰ ਪਿਕ ਅਪ ਕਰਦਾ ਹੈ ਜਿਹੜੇ ਸ਼ਬਦ ਦੇ ਲੈਵਲ ਤੇ ਉਹ ਬੈਠਾ ਹੈ ਸੋ ਇਉਂ ਕਰਕੇ ਹਾਂ ਜੀ ਸਤ ਸੰਗਤ ਮੈਂ ਜੋ ਨਹਿਰਾਤੇ ਉਹ ਦੇਖੋ ਜੇ ਸਾਥ ਸੰਗਤ ਵਿੱਚ ਨਹੀਂ ਆਉਂਦੇ ਮਤਲਬ ਕਿ ਸਾਥ ਸੰਗਤ ਵਿੱਚ ਨਹੀਂ ਜੁੜਦੇ ਨਹੀਂ ਸਾਥ ਸੰਗਤ ਨੂੰ ਜੁਆਇਨ ਕਰਦੇ ਸਾਥ ਸੰਗਤ ਵਿੱਚ ਜਾ ਕੇ ਨਹੀਂ ਮਿਲਦੇ ਗ੍ਰਸਤ ਫਸੈ ਕ ਰਾਜ ਕਮਾਤੇ ਉਹ ਜਿਹੜੇ ਨੇ ਇਹ ਪਹਿਲੀ ਗੱਤਕਰੀ ਔਰ ਬੰਦੇ ਦੀ ਗੱਲ ਕਰਦੇ ਆ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜੇ ਬੰਦੇ ਗ੍ਰਸਤਤ ਵਿੱਚ ਫਸ ਗਏ ਹਨ ਫੈਮਿਲੀ ਲਾਈਫ ਦੇ ਵਿੱਚ ਦੇ ਕੋ ਨੋ ਟਾਈਮ ਫਾਰ ਗੋਡ दे नो दे गो नो टाइम फॉर सत्संग दे नो दे डोंट हैव टाइम फॉर गुरु ਉਹਨਾਂ ਕੋਈ ਟਾਈਮ ਨਹੀਂ ਉਹ ਫਸੇ ਹੋਏ ਨੇ ਗ੍ਰਸਤੀ ਦੇ ਵਿੱਚ ਗ੍ਰਸਤੀ ਦਾ ਇਹ ਕਰ ਲਿਆ ਉਹ ਕਰ ਲਿਆ ਇਹ ਕੰਮ ਕਰ ਲਿਆ ਵਿਚਾਰੀ ਕੰਪਲੀਟਲੀ ਓਕਿਊਪਾਈਡ ਨੇ ਕਹਿੰਦੇ ਉਹ ਬੰਦਿਆਂ ਵਾਸਤੇ ਜਿਹੜੇ ਫਸੇ ਹੋਏ ਨੇ ਪੂਰੇ ਆਪਰੋ ਪੁੰਨ ਕਰਾਂ ਬਭੇ ਉਹ ਬੰਦੇ ਜਿਹੜੇ ਨੇ ਫਸਟ ਕੈਟੇਗਰੀ ਵਾਲੇ ਅੰਦਰ ਲੋਅਰਸਟ ਜਿਹੜੇ ਹੁੰਦੇ ਨੇ ਉਹ ਫਿਰ ਪਾਪ ਤੇ ਪੁੰਨ ਕਰਦੇ ਨੇ ਉਹਨਾਂ ਦਾ ਫਿਰ ਹੱਤਾ ਬਣਦਾ ਹੈ ਉਹ ਪਾਪ ਉਹਨਾਂ ਕਾਹ ਕਿਉਂ ਨੋ ਟਾਈਮ ਫਾਰ ਐਨੀਥਿੰਗ ਐਲਸ ਨਾ ਉਹਨੂੰ ਕਥਾ ਸੁਣਨ ਦਾ ਟਾਈਮ ਨਾ ਕੀਰਤਨ ਸੁਣਨ ਦਾ ਟਾਈਮ ਉਹਨਾਂ ਨੂੰ ਟਾਈਮ ਹੈ ਨਹੀਂਗਾ ਉਹ ਕਹਿੰਦੇ ਹੁੰਦੇ ਨਾ ਕਿ ਕਿਸੇ ਨੂੰ ਕਹੀਏ ਵੀ ਕੱਲੋਂ ਨੋ ਟਾਈਮ ਲਾ ਨੋ ਟਾਈਮ ਦਾ ਨੋ ਟਾਈਮ ਲਾ ਉਹਨਾਂ ਦਾ ਟਾਈਮ ਹੀ ਨਹੀਂ ਹੈਗਾ ਹੁੰਦਾ ਕਹਿੰਦੇ ਕਿਉਂਕਿ ਜਦੋਂ ਘਰ ਜਾਂਦੇ ਨੇ ਆਟਾ ਮੁੱਕਿਆ ਹੁੰਦਾ ਹੈ ਕਦੇ ਘਿਓ ਮੁੱਕ ਗਿਆ ਕਦੇ ਇਹ ਮੁੱਕ ਗਿਆ ਕਦੇ ਉਹ ਮੁੱਕਿਆ ਜੇ ਸਭ ਕੁਝ ਹੋਵੇ ਘਰ ਵਾਲੇ ਦਾ ਮੂਡ ਮਾੜਾ ਹੋ ਜਾਂਦਾ ਹੈ ਫਿਰ ਉਹ ਤਾਂ ਵੀ ਗਾਲਾਂ ਖਾ ਲੈਂਦੇ ਨੇ ਤੇ ਜਿਹੜਾ ਹਣ ਕਿਈ ਤਰ੍ਹਾਂ ਦਾ ਕੰਮ ਹੁੰਦਾ ਜੀ ਫੇਰ ਕੀ ਹੁੰਦਾ ਹੈ ਚਲਦੀ ਚਲਦੀ ਬਲੈਂਡਰ ਉਹ ਖੜ ਗਈ ਉਹ ਵੀ ਪ੍ਰੋਬਲਮ ਹੋ ਗਿਆ ਹਾਂਜੀ ਵੈਕਿਊਮ ਫੜਿਆ ਵੈਕਿਊਮ ਖਰਾਬ ਫੇਰ ਘਰ ਵੀ ਕੋ ਸਭ ਕੁਝ ਖਰਾਬ ਹੈ ਤੇਰੇ ਘਰ ਦਾ ਕੁਝ ਬਣਿਆ ਬਣਿਆ ਵੀ ਰੱਖਿਆ ਫੇਰ ਸਾਡੇ ਲਈ ਸਭ ਕੁਝ ਠੀਕ ਆ ਇਲੈਕਟ੍ਰਿਕ ਟ੍ਰਿਪ ਹੋ ਗਈ ਉਹਨੂੰ ਕੀ ਕਰੂਗੇ ਭਾਈ ਉਹ ਵੀ ਪ੍ਰੋਬਲਮ ਹੋ ਗਿਆ ਕਿੰਨੇ ਪ੍ਰੋਬਲਮ ਪੈ ਜਾਂਦੇ ਨੇ ਨਾ ਤੋ ਕਿ ਲੋਕਾਂ ਦੀ ਥੋੜੇ ਪ੍ਰੋਬਲਮ ਹੁੰਦੇ ਜੇ ਸਭ ਕੁਝ ਠੀਕ ਹੋਵੇ ਬਚਾਰਾ ਹਟਪਾ ਦਿੰਦਾ ਬੈਠਾ ਬੈਠਾ ਕਿ ਇਹ ਕਿਉਂ ਰੋਪਿਆ ਹੋਣਾ ਹਾਂਜੀ ਉਹਦਾ ਵੀ ਪ੍ਰੋਬਲਮ ਹੋ ਜਾਂਦਾ ਹੈ ਉਹ ਘਰ ਵਾਲੀ ਕਹਿੰਦੀ ਤੂੰ ਚੱਕ ਉਹ ਕਹਿੰਦਾ ਤੂੰ ਚੱਕ ਹਾਂਜੀ ਉਹ ਬੱਚਾ ਰੋਈ ਜਾਂਦਾ ਇਹ ਦੋਵੇਂ ਲੜਨਾ ਸ਼ੁਰੂ ਕਰ ਦਿੰਦੇ ਨੇ ਉਹ ਬੱਚਾ ਰੋ ਕੇ ਆਪੇ ਹਟ ਜਾਂਦਾ ਵੀ ਕਿਰ ਜੋ ਛੱਡੋ ਆਸ ਨਹੀਂ ਨਾ ਕੋਈ ਆਸ ਨਹੀਂ ਨਾ ਤੇ ਸੋ یوں ਕਰਕੇ ਜਿਹੜਾ ਪ੍ਰੋਬਲਮ ਬਹੁਤ ਹੁੰਦੇ ਨੇ ਕਰਦੇ ਵਿੱਚ ਇੱਕ ਪ੍ਰੋਬਲਮ ਨਹੀਂ ਬੜੇ ਹੁੰਦੇ ਨੇ ਸੋ ਕਹਿੰਦੇ ਕਈ ਲੋਕ ਫਸ ਜਾਂਦੇ ਆ ਵਿਚਾਰੇ ਨਾ ਸੋ ਕਹਿੰਦੇ 올 ਆਫ ਇਹ ਪਾਪੁਣ ਦਾ ਸਾਬ ਹੁੰਦਾ ਹੈ ਸੋ ਅਧਿਕਾਰੀ ਇਸ ਦੁੱਖ ਕੇ ਉਹ ਮਹਾਰਾਜ ਕਹਿੰਦੇ ਉਹਨਾਂ ਵਾਸਤੇ ਉਹ ਬੰਦੇ ਜਿਹੜੇ ਨੇ ਉਹੋ ਜਿਹੇ ਨੇ ਉਹਨਾਂ ਦਾ ਅਧਿਕਾਰ ਕੀਤੇ ਮਹਾਰਾ ਨੇ ਉਹ ਪੰਗਤੀ ਪੜ੍ਹੀ ਹੁਣ ਉਹ ਸੁਣੋ ਜੀ ਜਿਹਾਂ ਬੀਜੈ ਸੋ ਲੁਣਾ ਕਰਮ ਸੰਦਰਾਖੇ ਉਹ ਤੀਜਾ ਸ਼ਬਦ ਜਿਹੜਾ ਸੀ ਨਾ ਉਹ ਉਹਨਾਂ ਵਾਸਤੇ ਹੈ ਜੋ ਬੀਜਣਗੇ ਉਹ ਕੱਟਣਗੇ ਜੋ ਬੀਜਣਗੇ ਉਹ ਕੱਟਣਗੇ ਜੋ ਕਹਿੰਦੇ ਉਹਨਾਂ ਦਾ ਹਿਸਾਬ ਉਹ ਆ ਉਹ ਕੈਟਾਗਰੀ ਚ ਆ ਗਏ ਉਹਨਾਂ ਨੂੰ ਸਿਰਫ 1 ਟੂ 1 ਮਿਲਣਾ ਹੈ ਜੇ ਜਿਆ ਵਿਜਾ ਉਹ ਜਾ ਵਧਣਗੇ ਜੇ ਜਿਆ ਵਿਜਾ ਉਹ ਜਾ ਵਧਣਗੇ ਉਹ ਕੈਟਾਗਰੀ ਦੇ ਹਨ chape ek upasna par lalchaaye ਦੂਜੀ ਕੈਟਾਗਰੀ ਵਾਲੇ ਦਹਾਈ ਹਈਵਾਨ ਓਕੇ ਦ ਹਾਇਰ ਕੈਟਾਗਰੀ ਜਿਹੜਾ ਦੂਜੀ ਕੈਟਾਗਰੀ ਚ ਆਉਂਦੇ ਨੇ ਉਪਾਸ਼ਨਾ ਵਾਲੇ ਕਹਿੰਦੇ ਉਹ ਜਿਹੜੇ ਨੇ ਪਰ ਲਲਚਾਏ ਕਹਿੰਦੇ ਉਹ ਇੱਕ ਜਿਹੜੇ ਨੇ ਉਹਨਾਂ ਦੀ ਵੀ ਸੁਣ ਲਓ ਹੁਣ ਉਹਨਾਂ ਦਾ ਕਿਵੇਂ ਹੈ ਉਹਨਾਂ ਦਾ ਸਿਸਟਮ ਕਿਵੇਂ ਚੱਲਦਾ ਹੈ ਸਤਨਾਮ ਸਿਮਰੈ ਮਨ ਲਾਏ ਉਹਨਾਂ ਦਾ ਲਲਚਾਉਣਾ ਉਹਨਾਂ ਦੀ ਇੱਛਾ ਕੀ ਹੁੰਦੀ ਹੈ ਹਮੇਸ਼ਾ ਮੈਂ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਾਂ ਉਹਨਾਂ ਦੀ ਇੱਛਾ ਬਣੀ ਰਹਿੰਦੀ ਭਾਵੇਂ ਹੋਵੇ ਨਾ ਹੋਵੇ ਡੋਜ਼ਨਟ ਮੈਟਰ ਪਰ ਉਹ ਸੋਚਦੇ ਰਹਿੰਦੇ ਨੇ ਮੈਂ ਕਰ ਲਵਾਂ ਮਨ ਨੂੰ ਧਿਆਨ ਕਰਕੇ ਢਿਚੜੇ ਚੋੜਿਆ ਸਿਮਰਨ ਲਾ ਲਿਆ ਵਾਹਿਗੁਰੂ 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 ਕਿਤੇ ਬੈਠਾ ਬੈਠਾ ਬੋਰਿੰਗ ਹੋ ਗਿਆ ਜਾਂ ਘਰ ਵਾਲੀ ਤੋਂ ਘਰ ਵਾਲੀ ਤੋਂ ਗਾਲਾਂ ਖਾਲੀਆਂ ਫੇ ਵਾਹਿਗੁਰੂ 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 ਆ ਕੇ ਚਲੋ ਹੋ ਗਿਆ ਹਾਂਜੀ ਪੁੱਟ ਦਾ ਮਾਈਂਡ ਇਨ ਦਾ ਕਾਰੈਕਟ ਪਲੇਸ ਯੂ نو ਸੋ ਸਾਰਾ ਓਜਾ ਉਹ ਹਮੇਸ਼ਾ ਆਪਣਾ ਧਿਆਨ ਨਾ ਵਾਹਿਗੁਰੂ ਵਾਹਿਗੁਰੂ ਵਿੱਚ ਰੱਖਦਾ ਹੈ ਫਿਰ ਸਭ ਪ੍ਰਾਨੀ ਮੈਂ ਪ੍ਰਭ ਸੋ ਵਿਚਾਰੇ ਹਾਂ ਕਹਿਣ ਲੱਗੇ ਫਿਰ ਉਹ ਵਿਚਾਰ ਕਰਦਾ ਵੀ ਕੋਈ ਨਹੀਂ ਸਾਰਿਆਂ ਚ ਰੱਬਾਂ ਹਾਂਜੀ ਜੀ ਦੋ ਗਾਲਾਂ ਕੱਢ ਵੀ ਲਈਆਂ ਘਰ ਵਾਲੀ ਨੇ ਕੋਈ ਗੱਲ ਨਹੀਂ ਇਹਦੇ ਚ ਵੀ ਰੱਬ ਏ ਆ ਰਬ ਨੇ ਗਾਲਾਂ ਕੱਢੀਆਂ ਚਲੋ ਕਰ ਮੰਨ ਲੈਂਦੇ ਆ ਕੋਈ ਗੱਲ ਨਹੀਂ ਜੀ ਹੋ ਜਾਂਦਾ ਜੀ ਇਹ ਜਾ ਕੰਮ ਫਿਰ ਇਨ ਸਾਮਤੁਕ ਕੇ ਸੋ ਅਧਿਕਾਰੀ ਆ ਕਹਿੰਦੇ ਉਹ ਇਹ ਤੁਕ ਦੇ ਇਹ ਗੁਰਬਾਣੀ ਦੇ ਅਧਿਕਾਰੀ ਨੇ ਉਹ ਕਿਹੜੀ ਤੁਕ ਹੈ ਕੇਰ ਕਰਾਵੇ ਆਪੇ ਆਪ ਮਾਨੁ ਕਹਿ ਕਿਸ ਨਾਹੀ ਹਾਥ ਆਹ ਉਹ ਹੁੰਦਾ ਨਾ ਸ਼ਬਦ ਜਿਹੜਾ ਆਇਆ ਸੀਗਾ ਕਰਮ ਕਰਣ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਬਸ ਉਹਦਾ ਇਹ ਹੁੰਦਾ ਉਹ ਸਮਝ ਲੰਦਾ ਵੀ ਚਲੋ ਕੋਈ ਨਹੀਂ ਰੱਬ ਕਰਦਾ ਕੋਈ ਨਹੀਂ ਗਾਲਾਂ ਖਾਲੀਆਂ ਗਾਲਾਂ ਕੱਢਣੀਆਂ ਸਭ ਕੁਝ ਰੱਬ ਦੇ ਪਾਣੀ ਚ ਹੋ ਰਿਹਾ ਚਲੋ ਹੋ ਗਿਆ ਜੋ ਹੋ ਗਿਆ ਹੈਨਾ ਉਸ ਉਹ ਆਪਣੇ ਆਪ ਨੂੰ ਦਿਲਾਸਾ ਦੇ ਦਿੰਦਾ ਹੈਨਾ ਉਹ ਘਰ ਛੱਡ ਕੇ ਨਹੀਂ ਜਾਂਦਾ ਬਾਰ ਬੂਰ ਮਾਰ ਕੇ ਨਹੀਂ ਜਾਂਦਾ ਉਹ ਸਮਝ ਕੇ ਘਰ ਬੈਠਾ ਰਹਿੰਦਾ ਵੀ ਕੋਈ ਨਹੀਂ ਜੇ ਪਰੌਂਠਾ 1 ਘੰਟਾ ਜਿਹੜਾ ਬਾਅਦ ਵਿੱਚ ਹੀ ਮਿਲ ਗਿਆ ਕੋਈ ਨਹੀਂ ਹਾਂਜੀ ਮਿਲਦਾ ਗਿਆ ਕਟੋ-ਕਟ ਹਾਂਜੀ ਕੋਈ ਨਹੀਂ ਖਾ ਲੰਨੇ ਚਲੋ ਕੋਈ ਗੱਲ ਨਹੀਂ ਜੇ ਨਹੀਂ ਕੁਝ ਬਣਿਆ ਵੀ ਆਚਾਰ ਨਾਲ ਖਾ ਲਾਂਗੇ ਕੋਈ ਵੱਡੀ ਗੱਲ ਨਹੀਂ ਕੀ ਹਾਂਜੀ ਸੋ ਉਹ ਪਾਣਾ ਮੰਨ ਲੈਂਦੇ ਹਨ ਇਹ ਨਿਸ਼ਚਾ ਜਨ ਹਿਰਦੇ ਧਰੇ ਹਾਂ ਉਹ ਇਹ ਨਿਸ਼ਚਾ ਆਪਣੇ ਮਨ ਚ ਤਰ ਲੰਦਾ ਵੀ ਠੀਕ ਆ ਯੂ نو ਇਹੀ ਐਕਸੈਪਟਸ ਪਾਣਾ ਔਰ ਪਾਣਾ ਦੇਖੋ ਗ੍ਰਸਤੀ ਤੁਹਾਨੂੰ ਦੇ ਵਿੱਚ ਨਾ ਇੱਕ ਰੂਲਾ ਪਾਣਾ ਮੰਨੋ ਬਸ ਇਹ ਗੱਲ ਯਾਦ ਰੱਖੋ ਕਈ ਕਹਿੰਦੇ ਆ ਭਲਾ ਜੀ ਭੋਲੀ ਜੀ ਪਾਣਾ ਭੋਲੀ ਜੀ ਪਾਣਾ ਜੀ ਹਾਂਜੀ ਸੋ ਇਹ ਜਿਹੜਾ ਕਈ ਵਾਰੀ ਆਪਾਂ ਜੀ ਲੇਡੀਜ਼ ਨੂੰ ਕਹਿੰਦੇ ਆ ਵੀ ਤੁਹਾਡੇ ਵਾਸਤੇ ਆ ਲੇਡੀਜ਼ ਕਹਿੰਦੀਆਂ ਬੰਦਿਆਂ ਵਾਸਤੇ ਹੈ ਨਹੀਂ ਸੋ ਚਲੋ ਆਪਾਂ ਬੰਦਿਆਂ ਵਾਸਤੇ ਵੀ ਲਾ ਲਈਏ ਹਾਂਜੀ ਕੋਈ ਗੱਲ ਨਹੀਂ ਚੰਗੀ ਗੱਲ ਆ ਮੈਂ ਸ਼ੈ ਕਰਨੀ ਕੋਈ ਮਾੜੀ ਗੱਲ ਥੋੜੋ ਹੁੰਦੀ ਹੈ ਨੇ ਸੋ ਭਲਾ ਜੀ ਹਾਂ ਜੀ ਜੇ ਘਰ ਵਾਲੀ ਕੋਈ ਕੁਝ ਭਲਾ ਜੀ ਭਲਾ ਜੀ ਛੱਡੀ ਕਰ ਮੈਂ ਲਿਆਉਂਗਾ ਕਾ ਕੱਲ ਲਿਆਉਂਦੇ ਕੋਈ ਗੱਲ ਨਹੀਂ ਕੋਈ ਹਾਂ ਜੀ ਸੋ ਲੰਨਾ ਨਹੀਂ ਮੋੜਗੇ ਜੇ ਲੜਾਈ ਕਰੂਗੇ ਤਾਂ ਮੁਕਣੀ ਨਹੀਂ ਕਹਿੰਦੇ ਲੱਤੀ ਤੇ ਲੜਾਈ ਦਾ ਬਹੁਤਾ ਫਰਕ ਨਹੀਂ ਹੁੰਦਾ ਜਿੰਨੀ ਵਧਾਈ ਜਾਓ ਵੱਜ ਜਾਂਦੀ ਹੈ ਹਾਂ ਜੀ ਚਲੋ ਸਭ ਮੈਂ ਵਰਤ ਪਰਮੇਸ਼ਰ ਕਰੇ ਹਾਂ ਕਹਿੰਦੇ ਸਭ ਮੈਂ ਵਰਤ ਕਹਿੰਦੇ ਸਾਰਿਆਂ ਵਿੱਚ ਪਰਮਾਤਮਾ ਹੀ ਵਸ ਰਿਹਾ ਹੈ ਅਨੇ ਕਈ ਲੋਕ ਨਾ ਜਿਹੜੇ ਆ ਜੇ ਤੇ ਦੇਖੋ ਨਾ ਕਈ ਬੰਦੇ ਜਿਹੜੇ ਜੋ ਤੁਸੀਂ ਉਹ ਸਿਚੁਏਸ਼ਨ ਚ ਨਾ ਤੁਹਾਡੇ ਕੋਲ ਦੋ ਚੋਇਸ ਆ ਇੱਕ ਇਹ ਤੁਸੀਂ ਡਿਪਰੈਸ ਹੋ ਜਾਓ ਐਂਜ਼ਾਈਟੀ ਲੈ ਲਓ ਗੋਲੀਆਂ ਖਾਣੀਆਂ ਸ਼ੁਰੂ ਕਰ ਦੋ ਹਾਂਜੀ ਉਹ ਇੱਕ ਚੋਇਸ ਆ ਦੂਜੀ ਚੋਇਸ ਉਹ ਤੁਸੀਂ ਇਹ ਗੱਲ ਮੰਨ ਲਓ ਜੀ ਦੁਜੇ ਬਸੇ ਹੋ ਜਾਓ ਗੱਲ ਉਹ ਮੇ ਹੋ ਜਾਂਦੀ ਆ ਠੀਕ ਆ ਨਾ ਤੁਹਾਡੀ ਚੋਇਸ ਆ ਨਾ ਇਧਰਲੇ ਵੱਲ ਜਾਣਾ ਜਾਂ ਇਧਰਲੇ ਵੱਲ ਜਾਣਾ ਇਹ ਆਪਣੀ ਚੋਇਸ ਹੁੰਦੀ ਆ ਨਾ ਕਿਉਂਕਿ ਐਂਜ਼ਾਈਟੀ ਚ ਜਾਓਗੇ ਡਿਪਰੈਸ਼ਨ ਚ ਜਾਓ ਉਹ ਵੀ ਤੁਹਾਨੂੰ ਗੋਲੀਆਂ ਖਾ ਕੇ ਉਹਨੇ ਤੁਹਾਨੂੰ ਕੂਲ ਡਾਊਨ ਹੀ ਕਰਨਾ ਹੈ ਜੇ ਤੁਸੀਂ ਇਹ ਮਹਾਰਾਜ ਦਾ ਜਿਹੜਾ ਉਪਦੇਸ਼ ਲੈ ਕੇ ਦੂਜੇ ਪਾਸੇ ਤੁਸੀਂ ਕੋਲ ਡਾਉਨ ਹੋ ਜੋ ਗੋਲੀਆਂ ਖਾਂਦੀ ਲੋੜ ਨਹੀਂ ਗੋਲੀਆਂ ਕਿਹੜੇ ਸਲਤੀਆਂ ਜੇ ਗੱਲ ਬੜੀਆਂ ਮਹਿੰਗੀਆਂ ਫਿਰ ਹਾਂਜੀ ਤ੍ਰਿਤੀਏ ਸਤਾ ਸਤ ਬਿਚਾਰ ਹਾਂ ਕਹਿੰਦੇ ਕਿ ਤਿੰਨ ਤੀਜੇ ਜਿਹੜੇ ਹਨ ਉਹ ਜਿਹੜੇ ਹਾਈਐਸਟ ਕੈਟੇਗਰੀ ਵਾਲੇ ਕਹਿੰਦੇ ਉਹ ਤ੍ਰਿਤੀਏ ਸਤ ਸਤਾ ਅਸਤ ਸਤ ਅਸਤ ਝੂਠ ਤੇ ਸਤ ਜਾਂ ਨਿੰਨਾ ਕਰ ਲੈਂਦੇ ਨੇ ਵੀ ਇਹ ਝੂਠ ਆ ਇਹ ਸਤ ਹੈ ਜਿਹੜਾ ਹਨ ਡੀਪ ਇਨ ði ਮਾਈਂਡ ਬੈਕ ਇਨ देयर ਹੈਡ ਉਹਨਾਂ ਨੂੰ ਇਹ ਗੱਲ ਦੀ ਸਮਝ ਪੈ ਜਾਂਦੀ ਹੈ ਸਦਾ ਬ੍ਰਹਮ ਕੋ ਨਨੈ ਧਾਰੇ ਉਹ ਹਮੇਸ਼ਾ ਹੀ ਬ੍ਰਹਮ ਪਰਮਾਤਮਾ ਦਾ ਨਿਰਨਾ ਧਰਦੇ ਨੇ ਵੀ ਜੋ ਪਰਮਾਤਮਾ ਹੈ ਉਹੀ ਹੈ ਸੋ ਇਸ ਕਰਕੇ ਉਹ ਕਹਿੰਦੇ ਨੇ ਨਾ ਮਾਰੇ ਰਾਖੇ ਇਕੋ ਆਪ ਮਾਨੂ ਕੇ ਕਿਚਨਾਈਆਂ ਉਹਨਾਂ ਵਾਸਤੇ ਇਹ ਸ਼ਬਦ ਹੈ ਇਹ ਐਕਸਕਿਊਜ਼ ਵਾਲਾ ਸ਼ਬਦ ਨਹੀਂ ਉਹਨਾਂ ਦੀ ਅਵਸਥਾ ਵਾਲਾ ਸ਼ਬਦ ਹੈ ਉਹਨਾਂ ਨੇ ਮੰਨ ਲਈ ਉਹ ਗੱਲ ਇਨ ਸੰਤੁਕ ਕੇ ਸੋ ਅਧਿਕਾਰੀ ਆ ਉਹ ਇਹ ਤੁਕ ਦੇ ਅਧਿਕਾਰੀ ਨੇ ਜੋ ਅੱਗੇ ਗੁਰੂ ਅਰਜਨ ਦੇਵ ਜੀ ਨੇ ਦੱਸਣਾ ਹੈ ਸੁਨ ਮਾਨੈਮ ਸਮਝੈ ਔਰ ਧਾਰੀ ਉਹ ਸੁਣ ਕਹਿੰਦੇ ਜਿਹੜੇ ਸੁਣਦੇ ਨੇ ਮੰਨਦੇ ਨੇ ਸਮਝਦੇ ਨੇ ਉਹ ਅਧਿਕਾਰੀ ਨੇ ਜੀ ਕਿਹੜੇ ਨੇ ਆ ਆ ਸ਼ਬਦ ਹੈ ਸ੍ਰੀ ਮੁਖਵਾਖ ਬ੍ਰह्म ਦੀਸੈ ਬ੍ਰह्म ਸੁਣੀਐ ਏਕ ਏਕ ਵਖਾਨੀਐ ਹਾਂ ਬਸ ਇਹ ਹੈ ਬਰਮ ਦਿਸਦਾ ਹੈ ਬਰਮ ਹੀ ਸੁਣਦਾ ਹੈ ਇੱਕੋ ਏਕ ਦਾ ਹੀ ਵਖਿਆਨ ਹੁੰਦਾ ਹੈ ਇੱਕੋ ਹੀ ਹੈ ਉਹ ਬਸ ਇੰਨੀ ਗੱਲ ਜੇ ਪੈ ਪੈ ਜਵੇ ਆਪਣੇ ਸਮਝਦੇ ਵਿੱਚ ਤਾਂ ਫਿਰ ਸੋਹਰਾ ਇਤਿਆਦਿਕ ਬਹੁਤੇ ਅਧਿਕਾਰ ਕਹਿੰਦੇ ਕਿ ਇਤਿਆਦਿਕ ਇਹ ਤਿੰਨ ਤਰਾਂ ਦੀਆਂ ਮੇਨ ਕੈਟੇਗਰੀਆਂ ਹਨ ਜਿਨ੍ਹਾਂ ਨੂੰ ਅੱਡ-ਅੱਡ ਤਰ੍ਹਾਂ ਦੇ ਨਾਲ ਉਹ ਸ਼ਬਦਾਂ ਦਾ ਅਧਿਕਾਰ ਹੁੰਦਾ ਹੈ ਉਹ ਕਿਹੜੇ ਸ਼ਬਦ ਨੂੰ ਸਮਝਦੇ ਨੇ ਹੁਣ ਦੇਖੋ ਨਾ ਜੇ ਲੋਗ ਉਸ ਬੰਦਾ ਇਹ ਸ਼ਬਦ ਨੂੰ ਸਮਝੇਗਾ ਜਿਵੇਂ ਆਪਾਂ ਪਹਿਲਾਂ ਕਿਹਾ ਉਹ ਕਹੋਗਾ ਵੀ ਕਰਨ ਕਰਾਉਣਾ ਇੱਕ ਹੀ ਆ ਮੈਨੂੰ ਕੀ ਪਿਆ ਮੈਂ ਕਰਾਂ ਜੋ ਕਰਨਾ ਹੈ ਹੀ ਇਸ ਦਾ ਵਨ ਲਾਈ ਡੋਨਟ ਨੋ ਆਈ نو ਹੀ ਹੀ ਮੇਕ ਮੀ ਡੂ ਇਟ ਵਟ ਮਾੜਾ ਆਪ ਕਰਕੇ ਕਹ ਦੇਣਾ ਰੱਬ ਨੇ ਕਰਾਇਆ ਰਾਈਟ ਨਾ ਸੋ ਇਹ ਗੱਲ ਜਿਹੜੀ ਹੈ ਨਾ ਕਿ ਉਹਨੇ ਗਲਤ ਵਰਤੋਂ ਕਰ ਲੈਣੀ ਨਾ ਕਿਉਂਕਿ ਉਹਦਾ ਅਧਿਕਾਰ ਹੈ ਨਹੀਂ ਉਹ ਚੀਜ਼ ਨੂੰ ਸਮਝਦਾ ਨਹੀਂਗਾ ਉਹ ਉਹਨੇ ਰੱਬ ਨੂੰ ਤਾਂ ਇੱਕ ਮੰਨਿਆ ਹੀ ਨਹੀਂ ਹਜੇ ਸੋ ਇਸ ਕਰਕੇ ਮੁੱਖਿਆ ਤਿੰਨ ਹਮ ਕਰੇ ਉਚਾਰ ਇਸ ਕਰਕੇ ਮਾਰਾ ਕਹਿੰਦੇ ਅਸੀਂ ਸਿਰਫ ਤੁਹਾਨੂੰ ਤਿੰਨ ਮੇਨ ਵਾਲੀ ਦੱਸਿਆ ਪਰ ਐਕਚੁਅਲੀ ਸਬ ਡਿਵੀਜ਼ਨ ਚ ਬਹੁਤ ਨੇ ਅਧਿਕਾਰੀ ਤਰ੍ਹਾਂ ਤਰ੍ਹਾਂ ਦੇ ਅਧਿਕਾਰੀ ਨੇ ਜੈਸਾ ਬੈਦ ਮਹਾ ਬੁੱਧਵਾਨ ਹੁਣ ਐਗਜ਼ਾਮਪਲ ਕੀ ਮਾਰਨ ਦਿੱਤਾ ਕਹਿੰਦੇ ਇੱਕ ਡਾਕਟਰ ਹੁੰਦੇ ਆ ਮਹਾਰਾਜ ਕਹਿੰਦੇ ਵੀ ਕਿ ਡਾਕਟਰ ਹੋਵੇ ਰੋਗੀ ਆਏ ਬਿਨੈ ਬਹਰ ਠਾਂ ਉਹ ਰੋਗੀ ਜਦ ਨੂੰ ਰੋਗ ਲੱਗਿਆ ਹੋਇਆ ਬਿਮਾਰ ਬੰਦਾ ਆ ਕੇ ਡਾਕਟਰ ਨੂੰ ਬੜਾ ਕੁਝ ਦੱਸਦਾ ਹੈ ਬਹੁਤ ਕੁਝ ਦੱਸਦਾ ਆਪਾਂ ਨੂੰ ਡਾਕਟਰ ਨੂੰ ਦੱਸਣ ਨੂੰ ਬਹੁਤ ਚੰਗਾ ਲੱਗਦਾ ਹੁੰਦਾ ਵੀ ਇਹ ਵੀ ਦੱਸੀਏ ਉਹ ਵੀ ਦੱਸੀਏ ਇਹ ਵੀ ਦੱਸੀਏ ਉਹ ਨਾ ਹਿਟ ਟੂ ਟੋ ਜਿਹੜਾ ਹੈ ਸਾਰੀ ਹਿਸਟਰੀ ਕੱਢ ਕੇ ਦੱਸ ਦਿੰਦਾ ਹੈ ਉਹ ਐਨ ਦੱਸਣਾ ਪੈਂਦਾ ਐਂ ਡਾਕਟਰਸ ਦੀ ਪਹਿਲਾ ਜਿਹੜਾ ਰੂਲ ਹੈ ਮੇਰੇ ਖਿਆਲ ਉਹ ਹੀ ਆ ਵੀ ਹੈ ਟੂ ਬੀ ਅ ਗੁੱਡ ਲਿਸਨਰ ਉਹਨੂੰ ਉਹਨੂੰ ਕੰਨ ਦੇਣੇ ਪੈਂਦੇ ਆ। ਭਾਵੇਂ ਉਹ ਵਿਚਾਰਾ ਅੰਦਰ ਸੋਚੇ ਕੀ ਬਕਵਾਸ ਫਰੀ ਜਾਂਦਾ ਹੈ ਪਰ ਫਿਰ ਵੀ ਸੁਣਨਾ ਪੈਂਦਾ ਕੀ ਕੀਤਾ ਜਾਵੇ ਹਾਂਜੀ ਫਿਰ ਨਾੜੀ ਮੂਤਰ ਹਿਰ ਰੁਜ ਜਾਣਾ ਹਾਂ ਕਹਿੰਦੇ ਫਿਰ ਉਹ ਕੀ ਕਰਦਾ ਹੈ ਜਿਹੜਾ ਡਾਕਟਰ ਹੁੰਦਾ ਹੈ ਉਹ ਨਾੜੀ ਇੱਕ ਤਾਂ ਨਾੜੀ ਫੜ ਲੈਂਦਾ ਹੈ ਇਹ ਦੇਖ ਲੈਂਦਾ ਹੈ ਪਲਸ ਦੂਜਾ ਉਹ ਪਸ਼ਾਬ ਯੂਰਿਨ ਦੇਖ ਕੇ ਉਹ ਦੱਸਦਾ ਹੈ ਅੱਗੇ ਲੈਬ ਤਾਂ ਨਹੀਂ ਹੁੰਦੇ ਸੀਗੇ ਸੋ ਵੈਦ ਲੋਕ ਕੀ ਕਰਦੇ ਸੀ ਜੋ ਪਸ਼ਾਬ ਆਉਂਦਾ ਸੀ ਨਾ ਉਹ ਕਲਰ ਦੇਖ ਕੇ ਦੱਸ ਦਿੰਦੇ ਸੀ ਇਹਦਾ ਕੀ ਪ੍ਰੋਬਲਮ ਆ ਉਹਨੂੰ ਉਹ ਪਸ਼ਾਬ ਦੇ ਕਲਰ ਤੋਂ ਪਤਾ ਲੱਗ ਜਾਂਦਾ ਹੁੰਦਾ ਸੀਗਾ ਨੇ ਉਹ ਚਟੜਦੇ ਚੁੱਟਦੇ ਨਹੀਂ ਹੁੰਦੇ ਸੀ ਨਾ ਸਮਝੋ ਆ ਲਾ ਕੇ ਵੀ ਤਰ ਮਿੱਠਾ ਹੈ ਉਹ ਕਲਰ ਦੇ ਕੇ ਦੱਸ ਦਿੰਦੇ ਸੀਗੇ ਫਿਰ ਨਿਸ ਪਰ ਬਹਰ ਅਸ਼ੋਦੀ ਥਾਨ ਆ ਕਹਿਣ ਲਈ ਕਿ ਫਿਰ ਜਿਹੜਾ ਹੈ ਉਹਨਾਂ ਦਾ ਜਿਹੜਾ ਸੀਗਾ ਨਾ ਕਹਿੰਦੇ ਜਿਸ ਪਰ ਉਹ ਅਸ਼ੋਦੀ ਥਾਨ ਹੈ ਉਹਨੂੰ ਫਿਰ ਅਸ਼ੋਧੀ ਦਾ ਪਤਾ ਲੱਗ ਜਾਂਦਾ ਸੀ ਵੀ ਇਹਨੂੰ ਕੀ ਦਵਾਈ ਦੇਣੀ ਹੈ ਐਗਜ਼ੈਕਟਲੀ ਇਹਦਾ ਕੀ ਪ੍ਰੋਬਲਮ ਹੈ ਐਸੇ ਗੁਰ ਟੇਕ ਸਿੱਖ ਚਲਿਆ ਆ ਬੈਸੇ ਤਰ੍ਹਾਂ ਹੀ ਜੋ ਸਿੱਖ ਜਿਹੜੇ ਹਨ ਗੁਰੂ ਕੋਲ ਆਉਂਦੇ ਨੇ ਆਪਣੇ ਪ੍ਰੋਬਲਮ ਦੱਸਦੇ ਨੇ ਵੀ ਸਾਡਾ ਇਹ ਪ੍ਰੋਬਲਮ ਹੈ ਬਚਨ ਕਰਿਆ ਤੇ ਥੇ ਲਖ ਪਾਵਾਂ ਹਾਂ ਫੇ ਮਹਾਰਾਜ ਬਚਨ ਦੀ ਕਿਰਿਆ ਮਹਾਰਾਜੀ ਬਚਨ ਕਰਦੇ ਨੇ ਵੀ ਤੂੰ ਇਹ ਕਰ ਇਹ ਛੱਡ ਇਹ ਨਾ ਕਰ ਇਹ ਕਰ ਨਾਮ ਜਪਿਆ ਕਰ ਇਹ ਬਾਣੀ ਪੜ ਮਹਾਰਾਜ ਉਹਦਾ ਸੋਲੂਸ਼ਨ ਉਹਦੀ ਦਵਾਈ ਉਹਨਾਂ ਨੂੰ ਦੰਦੇ ਹਨ ਯਥਾ ਪਿਕ ਹੈ ਅਧਿਕਾਰ ਬਸ਼ੇ ਹਾਂ ਕਹਿੰਦੇ ਕਿ ਪਰ ਗੁਰੂ ਮਹਾਰਾਜ ਸ਼ਬਦ ਕਿਦੋਂ ਦੰਦੇ ਨੇ ਅਧਿਕਾਰ ਦੇਖ ਕੇ ਵੀ ਸਿੱਖਦਾ ਇਹ ਲੈਵਲ ਹੈ ਉਹ ਉਹ ਜਿਹਾ ਸ਼ਬਦ ਮਹਾਰਾਜ ਉਹਨੂੰ ਦੰਦੇ ਨੇ ਵੀ ਤੂੰ ਇਹ ਸ਼ਬਦ ਪੜਿਆ ਕਰ ਤੇਰਾ ਸਭ ਕੁਝ ਠੀਕ ਹੋ ਜਾ ਹਾਂਜੀ ਉਹਦਾ ਉਹਦਾ ਲੈਵਲ ਦੇਖ ਕੇ ਹੁਣ ਥੋੜੋ ਇੱਕ ਕਿੰਤਾ ਕਾਢਣ ਦੇ ਬੱਚੇ ਨੂੰ ਉਹ ਵਿਚਾਰਾ ABC ਪੜਦਾ ਹੋਵੇ ਇੱਕ ਦਿਨ ਘਰ ਆਇਆ ਤੁਸੀਂ ਉਹਦੇ ਖੋਲ ਜਿਹੜਾ ਐਟ ਮੈਥ ਦਾ ਕਿ ਬੁੱਕ ਖੋਲ ਕੇ ਤੁਸੀਂ ਬਹਿ ਗਏ ਹਾਂਜੀ ਆਹ ਦੱਸੋ ਜੀ ਤੁਹਾਨੂੰ ਮੈਂ ਇੰਟੀਗ੍ਰੇਸ਼ਨ ਕੈਲਕੂਲਸ ਮੈਂ ਅਲਜੀਬਰਾ ਤੁਹਾਨੂੰ ਸਾਰੇ ਸਿਖਾਉਣੇ ਆ ਉਹ ਬੱਚਾ ਵਿਚਾਰਾ ਨਾ ਮੇਰੇ ਖਿਆਲ ਮੁੜ ਕੇ ਨਹੀਂ ਜਾਉ ਸਕੂਲ ਉਹਨੂੰ ਤਾਂ ਫੋਬੀਆ ਹੋ ਜਾਣਾ ਹੈ ਉਹਨੇ ਰਸਤੀ ਤੋਂ ਭੱਜ ਜਾਣਾ ਕਿਤੇ ਹਾਂਜੀ ਉਹ ਕਹਿੰਦਾ ਇਹ ਕੀ ਕਰਤਾ ਸੋ ਉਹ ਲੈਵਲ ਦਾ ਹੈ ਨਹੀਂ ਨਾ ਵਿਚਾਰਾ ਉਹ ਕਿਵੇਂ ਸਮਝੇਗਾ ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਵੀ ਅਧਿਕਾਰ ਦੇਖ ਕੇ ਦੱਸਦਾ ਹੈ তথা ਕਰ ਸਤਗੁਰ ਉਪਦੇਸ਼ ਕਹਿੰਦੇ ਉਵੇਂ ਸਤਗੁਰ ਉਪਦੇਸ਼ ਕਰਦਾ ਹੈ ਜੇ ਹਕੀਮ ਲਗ ਵਿਦਿਆ ਮਾਤਮ ਹਾਂਜੀ ਕੋ ਉਹ ਦੇਖ ਕਹਿੰਦੇ ਜੇ ਉਹ ਜਿਹੜਾ ਡਾਕਟਰ ਹੈ جے او دے او دی ਵਿਦਿਆ ਵਿੱਚ ਕੋਈ ਫਰਕ ਹੈ ਮੇਰੇ ਵਰਗਾ ਜਿਹੜਾ ਹਾਂ ਖੁਸ਼ੋਕੇ ਡਾਕਟਰ ਬਣ ਗਿਆ ਵੀ ਮੈਂ ਵੀ ਡਾਕਟਰ ਬਣਨਾ ਮੈਂ ਵੀ ਡਾਕਟਰ ਬਣਨਾ ਹਾਂਜੀ ਸੋ ਜਿਵੇਂ ਬੱਚਿਆਂ ਨੂੰ ਨਾ ਆਪਾਂ ਦੰਦੇ ਹੁੰਦੇ ਖੇਡਾਂ ਜਾਂ ਡਾਕਟਰ ਵਾਲੀਆਂ ਉਹ ਲਾ ਕੇ ਦੋ ਘੁੱਟੀਆਂ ਮੈਂ ਵੀ ਡਾਕਟਰ ਬਣ ਗਿਆ ਖੁਸ਼ੀ ਨਾਲ ਜਿਵੇਂ ਇੱਕ ਬੰਦਾ ਹੁੰਦਾ ਸੀ ਕਹਿੰਦੇ ਡਾਕਟਰ ਦਾ ਬਹੁਤ ਉਹਨੂੰ ਚਾਹ ਹੁੰਦਾ ਸੀ ਕਹਿੰਦਾ ਮੈਂ ਡਾਕਟਰ ਬਣਨਾ ਡਾਕਟਰ ਬਣਨਾ ਉਹ ਬਣਿਆ ਨਹੀਂ ਵਿਚਾਰਾ ਸੋ ਕੀ ਹੋਇਆ ਜੇ ਇੱਕ ਦਿਨ ਪਿੰਡ ਵਿੱਚ ਜਾਂਦਾ ਸੀਗਾ ਤੇ ਉਹ ਕੀ ਹੋਇਆ ਇੱਕ ਜਿਹੜਾ ਸੀਗਾ ਨਾ ਓਹੋ ਇੱਕ ਗਾਂ ਸੀ ਵਿਚਾਰੀ ਉਹਨੇ ਜਿੱਥੇ ਜਾ ਕੇ ਨਾ ਉਹ ਵਟਮੇਲਨ ਖਾ ਲਿਆ ਨੰਗਾ ਲਿਆ ਉਹਦੇ ਇੱਥੇ ਫਸ ਗਿਆ ਵਿਚਾਰੀ ਦੇ ਸੋ ਉਥੇ ਲੋਕ ਉਥੇ ਪਿੰਡ ਦਾ ਡਾਕਟਰ ਸੀਗਾ ਕੋਈ ਉਹਨੇ ਕੀ ਕੀਤਾ ਉੱਤੇ ਕਪੜਾ ਜਾ ਰੱਖ ਕੇ ਇੱਕ ਜ਼ੋਰ ਦੀ ਪੱਥਰ ਮਾਰਿਆ ਤੇ ਕੀ ਹੋਇਆ ਉਹ ਵਟਮੇਲਨ ਟੁੱਟ ਗਿਆ ਸੋ ਉਹਦਾ ਕਲੌਕ ਠੀਕ ਹੋ ਗਿਆ ਸੋ ਕੀ ਹੋਇਆ ਇਹ ਬੰਦਾ ਜਿਹੜਾ ਸੀਗਾ ਇੱਕ ਦਿਨ ਤੁਰਿਆ ਜਾਵੇ ਕੋਈ ਪਿੰਡ ਦੇ ਵਿੱਚ ਉੱਥੇ ਰੌਲਾ ਜਾ ਪੈਨ ਚੀਕਾਂ ਵੱਜਣ ਕੋ ਰੌਲਾ ਪਾਉਣ ਕਹਿੰਦੇ ਬੁੜੀ ਕੋਈ ਚੀਜ਼ ਖਾ ਗਈ ਉਹਦੇ ਫਸ ਗਿਆ ਇੱਥੇ ਉਹ ਕੋਈ ਨਟ-ਨਟ ਖਾਦਾ ਹੋਣਾ ਵਿਚਾਰੀ ਨੇ ਉਹ ਫਸ ਗਿਆ ਗਲ ਦੇ ਵਿੱਚ ਕਹਿੰਦੇ ਵੀ ਉਹ ਫਸ ਗਿਆ ਇਹ ਕਹਿੰਦਾ ਹਮਨ ਨੂੰ ਪਤਾ ਕੀ ਕਰਨਾ ਹੈ ਕਹਿੰਦੇ 부ੜੀ ਨੂੰ ਲੰਮੀ ਪਾਓ ਉਹਨੇ 부ੜੀ ਲੰਮੀ ਪਾਤੀ 부ੜੀ ਨੂੰ ਲੰਮੀ ਪਾ ਕੇ ਉੱਤੇ ਕਪੜਾ ਜਾ ਰੱਖ ਕੇ ਚੱਕ ਕੇ ਪੱਥਰ ਜ਼ੋਰ ਦੀ ਮਾਰਿਆ ਉਹ 부ੜੀ ਦਾ ਭੋਗ ਪਾਤਾ ਜੀ ਸੋ ਕੀ ਹੋਇਆ ਜੀ ਕਹਿੰਦੇ ਉਹ ਪਿੰਡ ਵਾਲੇ ਉਹਦੇ ਪਿੱਛੇ ਪੈ ਗਏ ਕਹਿੰਦੇ ਤੂੰ ਚੰਗਾ ਡਾਕਟਰ ਹੈ ਸੋ ਇਹੋ ਕਰਕੇ ਜਰਾ ਹੈ ਕਹਿੰਦੇ ਜੀ ਇਹੇ じゃ ਕੋਈ ਡਾਕਟਰ ਹੋ ਜਾਵੇ ਤਾਂ ਫਿਰ ਪਰ ਕਿਉਂ ਕਹयो ਨਾ ਰਾਜ ਕੁਛ ਚਿਤਨਾ ਉਹਨੂੰ ਨਾ ਉਹਨੂੰ ਡਾਕਟਰ ਨੂੰ ਇਹ ਨਾ ਸਮਝਾਵੇ ਬਈ ਮੇਰੇ ਪੇਸ਼ੈਂਟ ਦਾ ਕੀ ਪ੍ਰੋਬਲਮ ਹੈ ਉਹਨੂੰ ਪਤਾ ਹੀ ਨਹੀਂ ਵੀਦਾ ਕੀ ਪ੍ਰੋਬਲਮ ਉਹਨੂੰ ਸਮਝੇ ਨਾ ਪਵੇ ਹਾਂਜੀ ਸੋ ਉਹ ਦਿੱਤੀ ਜਾਵੇ ਦੱਸੀ ਜਾਵੇ ਮੇਰਾ ਇਹ ਆ ਉਹ ਡਾਕਟਰ ਬਣ ਕੇ ਉਸ ਜਾਣਾ ਜੋ ਕਿ ਯੈਸ 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 ਕਰੀ ਜਾਵੇ ਪਰ ਸਮਝ ਕੋਈ ਨਾ ਪਵੇ ਉਹਦੇ ਰੋਗ ਆਨ ਔਖਦ ਦੇ ਆ ਕਹਿ ਲੀਏ ਉਹਦਾ ਉਹਦਾ ਰੋਗ ਹੋਰ ਸੀਗਾ ਉਹਨੂੰ ਦਵਾਈ ਹੋਰੇ ਦੇ ਦੇਣੀ ਆ ਉਹਨੇ ਹਾਂਜੀ ਉਹ ਜਿਹੜਾ ਹਨ ਉਹਨੂੰ ਹੋਰ ਜਿਹੜੇ ਮਾਰਨ ਵਾਲੇ ਜਿਵੇਂ ਕਵੇ ਵੀ ਕੋਈ ਸ਼ੂਗਰ ਵਾਲਾ ਡਾਇਬਟੀਸ ਆ ਕੇ ਕਹਿ ਦੇਵੇ ਮੇਰਾ ਇਹ ਪ੍ਰੋਬਲਮ ਸਰ ਕੋ ਮਦਾ ਮੇਰਾ ਇਹ ਉਹਨੂੰ ਕਹੇ ਤੂੰ ਚਾਰ ਜਿਹੜਿਆਂ ਹਨ ਸ਼ੂਗਰ ਪਾ ਕੇ ਕਾਫੀ ਪੀ ਹੁਣ ਜਾ ਕੇ ਹਾਂਜੀ ਚਾਰ ਚਮਚੇ ਪਾ ਕੇ ਉਹਨੂੰ ਪਲਾ ਦੇਵੇ ਕਾਫੀ ਤੇ ਫਿਰ ਉਹਦਾ ਕੀ ਬਣੂਗਾ ਵਿਚਾਰੇ ਦਾ ਕਹਿੰਦੇ ਉਹਨੂੰ ਦਵਾਈ ਹੋਰੇ ਦੇ ਦੇਵੇ ਫਿਰ ਰੋਜ ਨਾ ਜਾਏ ਪ੍ਰਾਨ ਹੋਏ ਹਾਂ ਕਹਿੰਦੇ ਉਹਦੀ ਉਹਦਾ ਇਲਾਜ ਤਾਂ ਵਿਚਾਰੇ ਦਾ ਕੀ ਹੋਣਾ ਉਹਨੇ ਮਰ ਵੀ ਜਾਣਾ ਵਿਚਾਰੇ ਪੇਸ਼ੰਦ ਨੇ ਜੇ ਡਾਕਟਰ ਠੀਕ ਨਾ ਹੋਵੇ ਹਾਂਜੀ ਇਸ ਕਰਕੇ ਐਸੇ ਗੁਰਕਾਚੋ ਅਣਜਾਨਾ ਇਸ ਕਰਕੇ ਮਾਰਾ ਕਹਿੰਦੇ ਇਹ ਵੀ ਬੱਚੋ ਕਈ ਕੱਚੇ ਗੁਰੂ ਤੋਂ ਇਹ ਫਰਦੇ ਆ ਜਿਹੜੇ ਆਪਣੇ ਆਪ ਨੂੰ ਗੁਰੂ ਅਖਾਉਂਦੇ ਨੇ ਵੱਡੇ ਬਾਬੇ ਬਣ ਜਾਂਦੇ ਨੇ ਵੱਡੇ ਰਾਧਾ ਫਾਮੀ ਵਾਲੇ ਅਜਿਹਾਂ ਹਨ ਸੱਚੇ ਸੌਦੇ ਵਾਲੇ ਕੋਈ ਚੰਗਾ ਪੜਾ ਜਾਂਦਾ ਉਥੇ ਰੇਪ ਕਰਕੇ ਘਰ ਨੂੰ ਭੇਜ ਦਿੰਦੇ ਨੇ ਸੋ یوں ਕਰਕੇ ਜਿਹੜੇ ਇਹ ਜਿਹੇ ਵੀ ਹੁੰਦੇ ਨੇ ਹਾਂਜੀ ਜਿਹੜਾ ਜਿਹੜਾ ਕਹਿੰਦੇ ਉਹ ਬੰਦੇ ਜਿਹੜੇ ਹੁੰਦੇ ਨੇ ਕਹਿੰਦੇ ਇਹ ਜਿਹੇ ਦੇ ਕੱਚੇ ਹੁੰਦੇ ਨੇ ਉਹ ਮਾੜੇ ਹੁੰਦੇ ਨੇ ਸਿੱਖ ਅਧਿਕਾਰ ਨਾ ਕਰੇ ਪਛਾਣ ਕਹਿੰਦੇ ਸਿੱਖ ਅਧਿ ਉਹਨੂੰ ਸਿੱਖ ਦੇ ਅਧਿਕਾਰ ਦਾ ਪਤਾ ਹੀ ਨਹੀਂ ਲੱਗੇ ਵੀ ਕਿਹੜੀ ਲੈਵਲ ਦੀ ਗੱਲ ਕਰ ਰਿਹਾ ਉਹ ਆਪਣੇ ਉਪਦੇਸ਼ ਦਾ ਚੁੱਪ ਤੋਰੀ ਜਾਵੇ ਕਈ ਹੁੰਦੇ ਨੇ ਬਾਬੇ 2-4 ਸ਼ਬਦ ਚੇਤੇ ਕੀਤੇ ਉਹ ਉਹੀ ਮਾਰੀ ਜਾਂਦੇ ਸਾਰਿਆਂ ਨੂੰ ਬਸਦ ਕੇ ਬਸ ਤੂੰ ਆਹੀ ਪੜ ਲਾ ਤੂੰ ਆਹੀ ਪੜ ਲਾ ਬਸ ਤੁਰ ਹੀ ਜਾ ਉਹਨਾਂ ਤੌਰ ਕੀ ਜਿਹੜਾ ਹਨ ਹੋਰੇ ਰਸਤੇ ਤੋਰ ਦਿੰਦੇ ਹਨ ਇਸ ਉਪਦੇਸ਼ ਅਯੋਗ ਬਤਾਵਾ ਉਹਨਾਂ ਉਪਦੇਸ਼ ਦਾ ਅਯੋਗ ਦੇ ਦਿੰਦੇ ਨੇ ਜਿਹੜਾ ਨਹੀਂ ਉਹਦੇ ਕੰਮ ਆਉਣ ਵਾਲਾ ਤੇ ਉਹਦੀ ਬਰਬਾਦੀ ਕਰਨ ਵਾਲਾ ਹੋਰ ਹੀ ਉਹਨੂੰ ਉਪਦੇਸ਼ ਦੇਤਾ ਜੀ ਰਹੀ ਸ਼੍ਰੇ ਮਰ ਨਰਕ ਸਦਾਵਾ ਉਹਦੀ ਮੁਕਤੀ ਤਾਂ ਪਾਸੇ ਰਹਿ ਗਈ ਵਿਚਾਰਾ ਹੋਰ ਨਰਕਾਂ ਨੂੰ ਜਾਊ ਸਿੱਧਾ ਨਰਕਾਂ ਨੂੰ ਭੇਜਦੇ ਨੇ ਉਹਨੂੰ ਐਨ ਟਿਕਟ ਦੇ ਕੇ ਸ ਜਾ ਕੇ ਕਹਿੰਦੇ ਵੀ ਤੂੰ ਜਾ ਪਾਈ ਹੁਣ ਨਰਕਾਂ ਨੂੰ ਜਾ ਹਾਂਜੀ ਤੇ ਲੋਕ ਵੀ ਬੜੇ ਖੁਸ਼ ਹੋ ਕੇ ਜਾ ਕੇ ਜਾਂਦੇ ਨੇ ਥਾਲ ਭਰ-ਭਰ ਕੇ ਜਾ ਕੇ ਉੱਥੇ ਭੇਟਾ ਚੜਾਉਂਦੇ ਨੇ ਜਾਂ ਜਾ ਕੇ ਵੀ ਸਾਨੂੰ ਭੇਜ ਨਰਕਾਂ ਨੂੰ ਛਤੀ ਜਾਂ ਤੇ ਤੂੰ ਔਰ ਲੈ ਹੋ ਵਿਚਾਰੀ ਕਹਿੰਦੇ ਇਸ ਕਰਕੇ ਆਪਣੇ ਹਿਰਦੇ 'ਚ ਤੂੰ ਵਿਚਾਰ ਕਰੋ ਮਹਾਰਾਜ ਕਹਿੰਦੇ ਸਿੱਖਾਂ ਨੂੰ ਭਗਤ ਕਰਨ ਕੇ ਹੋ ਹੋ ਅਧਕਾਰੀ ਕਹਿੰਦੇ ਭਗਤ ਕਰਨ ਕੇ ਰਹੋ ਕਹਾਂ ਕਹੋ ਅਧਕਾਰੀ ਜਿਹੜੇ ਭਗਤੀ ਦੇ ਅਧਕਾਰੀ ਨੇ ਉਹਨਾਂ ਵਾਸਤੇ ਉਹ ਸ਼ਬਦ ਏਕਤਾ ਵਾਲੇ ਨੇ ਉਹ ਉੱਚੀ ਅਵਸਥਾ ਵਾਲੇ ਹਨ ਸਤਨਾਮ ਸਿਮਰੋ ਦਿਨ ਰਾਤ ਇਸ ਕਰਕੇ ਮਹਾਰਾਜ ਨੇ ਇਹ ਸਿੱਖਾਂ ਨੂੰ ਉਪਦੇਸ਼ ਦਿੱਤਾ ਕਹਿੰਦੇ ਦਿਨ ਰਾਤ ਸਿਮਰਨ ਕਰਿਆ ਕਰ ਆਪਣਾ ਧਿਆਨ ਪਰਮਾਤਮਾ ਦੇ ਨਾਮ ਵਿੱਚ ਰੱਖੋ ਸਤ ਸੰਗਤ ਸੇਵੋ ਪਲ ਪਾਤੀ ਤੇ ਸੇਵਾ ਕਰਿਆ ਕਰੋ ਸਾਥ ਸੰਗਤ ਦੀ ਜਾ ਕੇ ਤੇ ਸੇਵਾ ਕਰੋ ਹਾਂਜੀ ਵੋਲੰਟਰੀਲੀ ਜਾਂ ਕੇ ਨਿਸ਼ਕਾਮ ਹੋ ਕੇ ਸਲਫਲੈਸਲੀ ਸੇਵਾ ਕਰੋ ਵਰ ਸੇਖਨ ਕੇ ਟਹਿਲ ਕਰੀ ਜਾ ਤੇ ਸੇਖਾਂ ਦੀ ਟਹਿਲ ਕਰਿਆ ਕਰੋ ਜਾਂ ਕੇ ਉਹਨਾਂ ਦਾ ਜਾ ਕੇ ਜਿਹੜਾ ਕੱਪੜੇ ਧੋਣੇ ਪੈਰ ਧੋਣੇ ਜਾਂ ਕੇ ਉਹਨਾਂ ਦੀ ਸੇਵਾ ਕਰੋ ਜੀ ਔਰ ਹੰਕਾਰ ਵਿਦਾਰਸੋ ਦੀ ਸੇਵਾ ਕਿਉਂ ਕਰਨੀ ਹੈ ਆਪਣਾ ਹੰਕਾਰ ਖਤਮ ਕਰਨ ਵਾਸਤੇ ਬਸ ਇਹ ਗੱਲ ਹੈ ਉਹ ਤੁਸੀਂ ਉਹਨਾਂ ਦੇ ਚਰਨੀ ਤੋਰੇ ਤੁਸੀਂ ਉਹਨਾਂ ਦੇ ਕੱਪੜੇ ਨਹੀਂ ਤੋਰੇ ਤੁਸੀਂ ਜੁੱਤੇ ਪਾਣੇ ਨਹੀਂ ਤੋਰੇ ਤੁਸੀਂ ਆਪਣਾ ਮਨ ਤੋਰੇ ਹੋ ਇਹ ਮਨ ਤੋਂ ਨਿਦਲੋੜ ਹੈ ਇਹਦੇ ਵਿੱਚ ਹੰਕਾਰ ਕੱਢਣ ਦੀ ਲੋੜ ਹੈ ਸੁਣ ਕੇ ਸਾਧੂ ਦੇ ਉਪਦੇਸ਼ ਇਹ ਗੁਰੂ ਮਹਾਰਾਜ ਦਾ ਉਪਦੇਸ਼ ਸੁਣ ਕੇ ਲਾਗੇ ਸੇਵਾ ਕਰਨ ਹਮੇ ਇਹ ਸਾਰੇ ਸਿੱਖ ਜਿਹੜੇ ਸੇਵਾ ਕਰਨ ਲੱਗ ਪਏ ਸਿਮਰਤ ਨਾਮ ਪਰਮਗਤ ਪਾਈ ਤੇ ਨਾਮ ਦਾ ਸਿਮਰਨ ਕਰਕੇ ਪਰਮਗਤੀ ਇਹਨਾਂ ਨੂੰ ਮਿਲੀ ਸਾਧੂ ਦੇ ਸੇਵੇ ਪਏ ਸਹਾਇ ਸਤਗੁਰੂ ਨੇ ਮਹਾਰਾਜ ਨੇ ਮਾਰਾ ਨੂੰ ਯਾਦ ਕਰਦੇ ਰਹੇ ਹਰ ਵੇਲੇ ਤੇ ਮਾਰਾ ਨੇ ਇਹਨਾਂ ਦੀ ਸਹਾਇਤਾ ਕੀਤੀ ਇਹ ਮੁਕਤ ਹੋ ਗਏ ਸੋ ਇਹਨਾਂ ਨੂੰ ਤਾਂ ਚਲੋ ਇਹਨਾਂ ਦਾ ਕੰਮ ਹੋ ਗਿਆ ਜੀ ਸੁਨ ਕੈ ਸਤਿਗੁਰ ਕੇ ਉਪਦੇਸ ਲਾਗੇ ਸੇਵਾ ਕਰਨ ਹਮੇਸ਼ ਸਿਮਰਤ ਨਾਮ ਪਰਮ ਗਤ ਪਾਈ ਸਤਿਗੁਰ ਸੇਵੇ ਪਏ ਸਹਾਈ ਇਹ ਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤ੍ਰਿਤੀਆ ਰਾਸੇ ਸਿਖਰ ਪਰ ਸੰਗ ਵਰਨਨ ਨਾਮ ਖਸ਼ਟ ਪੰਜਾ ਸਮੂ ਅੰਸ਼ੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ